the next session, that is government policies and school education. But before starting the session, can we have the AV please? ਸਿੱਖਿਆ ਯਾਨੀ ਬਿਹਤਰ ਭਵਿੱਖ ਦਾ ਆਧਾਰ ਅਤੇ ਸਿੱਖਿਆ ਨਾਲ ਜੁੜੇ ਹਰ ਖੇਤਰ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੀ ਹੈ ਸਿੱਖਿਆ ਯਾਨੀ ਬਿਹਤਰ ਭਵਿੱਖ ਦਾ ਆਧਾਰ ਅਤੇ ਸਿੱਖਿਆ ਨਾਲ ਜੁੜੇ ਹਰ ਖੇਤਰ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੀ ਹੈ ਪੰਜਾਬ ਸਰਕਾਰ। ਇਹ ਕਵਾਇਦ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹਰ ਉਹ ਸਹੂਲਤ ਮੁਹੱਈਆ ਕਰਾਉਣ ਦੀ ਹੈ ਜਿਸ ਲਈ ਹੁਣ ਤੱਕ ਸਿਰਫ ਪ੍ਰਾਈਵੇਟ ਸਕੂਲ ਹੀ ਜਾਣੇ ਜਾਂਦੇ ਸਨ। ਨਤੀਜਾ ਇਹ ਕਿ ਸਕੂਲ ਆਫ ਐਮੀਨੈਂਸ ਮੂਰਤ ਰੂਪ ਲੈਣ ਵੱਲ ਅੱਗੇ ਵਧ ਰਹੇ ਨੇ। ਸਰਕਾਰੀ ਸਕੂਲਾਂ ਵਿੱਚ PTM ਹੋ ਰਹੀ ਹੈ ਤਾਂ ਅਧਿਆਪਕਾਂ ਨੂੰ ਵੀ ਸੂਬੇ ਅਤੇ ਦੇਸ਼ ਦੀਆਂ ਹੱਦਾਂ ਤੋਂ ਬਾਹਰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ। ਕੋਸ਼ਿਸ਼ ਇਹ ਵੀ ਹੈ ਕਿ ਅਧਿਆਪਕਾਂ ਤੋਂ ਸਿਰਫ ਸਿਖਲਾਈ ਦਾ ਹੀ ਕੰਮ ਲਿਆ ਜਾਵੇ, ਬੱਚਿਆਂ ਦਾ ਸਰਵਪੱਖੀ ਵਿਕਾਸ ਹੋਵੇ। ਇਸ ਲਈ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਹੀ ਨਾਮਚੀਨ ਅਦਾਰਿਆਂ ਵਿੱਚ ਵੀ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਜਾਣ ਦਾ ਮੌਕਾ ਮਿਲਿਆ। ਇਹ ਸਭ ਜਿਸ ਸ਼ਖਸ ਦੀ ਅਣਥਕ ਮਿਹਨਤ, ਸਿੱਖਿਆ ਦੇ ਖੇਤਰ ਨੂੰ ਪੂਰੇ ਤਰੀਕੇ ਬਦਲਣ ਦੀ ਸਿਰੜ ਅਤੇ ਅਧਿਆਪਕਾਂ ਅਤੇ ਬੱਚਿਆਂ ਨੂੰ ਇੱਕ ਪਰਿਵਾਰ ਵਾਂਗ ਸਤਿਕਾਰ ਅਤੇ ਪਿਆਰ ਦੇਣ ਦੀ ਸੋਚ ਦਾ ਨਤੀਜਾ ਹੈ। ਐਜੂਕੇਸ਼ਨ ਕੌਨਕਲੇਵ ਦੇ ਵਿੱਚ ਉਸ ਸ਼ਖਸ ਨੂੰ ਦਿੰਦੇ ਹਾਂ ਸੱਦਾ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ। ਐਂਡ ਫਾਰ ਡਿਸਕਸ਼ਨ ਔਨ ਦਿਸ ਟੌਪਿਕ ਆਈ ਵੁੱਡ ਲਾਈਕ ਟੂ ਕਾਲ ਮਾਈ ਕਲੀਗਸ ਗੌਰਵ ਸ਼ੁਕਲਾ ਐਂਡ ਗਗਨਦੀਪ ਚੌਹਾਨ ਟੂ ਪਲੀਜ਼ ਕਮ ਔਨ ਸਟੇਜ। ਪੰਜਾਬ ਦਾ ਭਵਿੱਖ ਇਸ ਨੂੰ ਕਿਸ ਤਰੀਕੇ ਦੇ ਨਾਲ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ, ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਆਉਣ ਵਾਲੀ ਪੀੜ੍ਹੀ ਨੂੰ ਉਹ ਮਾਹੌਲ ਕਿਵੇਂ ਦੇਣਾ ਹੈ, ਐਜੂਕੇਸ਼ਨ ਦੇ ਖੇਤਰ ਚ ਗਵਰਨਮੈਂਟ ਪਾਲਿਸੀਜ਼ ਤੇ ਰੋਡ ਮੈਪ ਕਿਵੇਂ ਨੇ, ਤੇ ਆਪਣੀ ਕਮਾਂਡਿੰਗ ਲੀਡਰਸ਼ਿਪ ਕੁਆਲਿਟੀ ਨਾਲ ਸਿੱਖਿਆ ਵਿਭਾਗ ਨੂੰ ਮਜ਼ਬੂਤ ਬਣਾਉਂਦੇ ਹੋਏ ਹਰਜੋਤ ਸਿੰਘ ਬੈਂਸ। ਓਵਰ ਟੂ ਯੂ ਸ਼ੁਕਰੀਆ ਸਰ। ਅਸੀਂ ਐਜੂਕੇਸ਼ਨ ਸਮਿਟ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦਾ ਭਵਿੱਖ ਬੈਟਰ ਹੋ ਸਕੇ, ਤੇ ਉਹੀ ਕੁਝ ਕੋਸ਼ਿਸ਼ ਹਰਜੋਤ ਸਿੰਘ ਬੈਂਸ, ਪੰਜਾਬ ਦੇ ਐਜੂਕੇਸ਼ਨ ਮਿਨਿਸਟਰ, ਕਾਫੀ ਟਾਈਮ ਤੋਂ ਕਰ ਰਹੇ ਨੇ। ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੇ ਇਨਫਰਾ ਤੋਂ ਲੈ ਕੇ ਕਰੀਕੁਲਮ ਤੱਕ ਦੇ ਜਿਹੜੇ ਕੁਐਸਚਨਸ ਨੇ ਜਾਂ ਜਿਹੜੇ ਪੁਆਇੰਟਸ ਨੇ ਜਾਂ ਇਸ਼ੂਜ਼ ਨੇ, ਉਹਨਾਂ ਨੂੰ ਕਿਵੇਂ ਹੈਂਡਲ ਕਰ ਰਹੇ ਨੇ। ਔਰ ਮੈਂ ਸਪੈਸ਼ਲੀ, ਕਿਉਂਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਪੂਰਾ ਉਹ ਟਾਈਮ ਹੈ ਜਦੋਂ ਐਗਜ਼ਾਮਸ ਬਿਲਕੁਲ ਬੱਚਿਆਂ ਦੇ ਸਿਰ ਦੇ ਉੱਤੇ ਨੇ, ਬਹੁਤ ਪ੍ਰੈਸ਼ਰ ਮਹਿਸੂਸ ਕਰ ਰਹੇ ਹੋਣਗੇ ਬਹੁਤ ਸਾਰੇ ਬੱਚੇ, ਤਾਂ ਉਸ ਨੂੰ ਲੈ ਕੇ ਕੀ ਪਲੈਨਿੰਗ ਹੈ, ਉਹ ਕਿਵੇਂ ਸਾਰੀਆਂ ਚੀਜ਼ਾਂ ਸਕੂਲ ਮੈਨੇਜਮੈਂਟ ਜਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਕਿਵੇਂ ਹੈਂਡਲ ਕਰ ਰਿਹਾ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਧੰਨਵਾਦ ਗੌਰਵ, ਥੈਂਕ ਯੂ। ਮੈਂ ਸ਼ੁਰੂਆਤ ਇਸੀ ਗੱਲ ਤੋਂ ਕਰਦਾ ਕਿਉਂਕਿ ਐਗਜ਼ਾਮ ਦੇ ਉੱਤੇ ਮੈਂ ਫੋਕਸ ਕਰਨ ਦੀ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਨਜ਼ਦੀਕ ਹੈ, ਇਨਫੈਕਟ ਬਹੁਤ ਸਾਰੇ ਬੱਚੇ ਇਸ ਸਮੇਂ ਲੱਗੇ ਹੋਣਗੇ ਬਿਲਕੁਲ ਆਪਣੇ ਐਗਜ਼ਾਮ ਵਾਲੇ ਪਾਸੇ ਤਿਆਰੀਆਂ ਕਰਨ ਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਸਕੂਲ ਦੇ ਵਿੱਚ ਜਾ ਕੇ, ਇਨਫਰਾ ਨੂੰ ਲੈ ਕੇ, ਟੀਚਰਾਂ ਨਾਲ ਗੱਲ ਕਰਨੀ, ਟੀਚਰਾਂ ਨੂੰ ਟ੍ਰੇਨ ਕਰਨਾ, ਇਹਨਾਂ ਸਾਰਿਆਂ ਦੇ ਵਿੱਚ ਐਗਜ਼ਾਮ ਪ੍ਰੈਸ਼ਰ ਦੀ ਜਗ੍ਹਾ ਹੈ, ਜੇ ਹੈ ਤਾਂ ਕਿੱਥੇ ਹੈ, ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਜੀ ਗੌਰਵ, ਤੁਸੀਂ ਸਹੀ ਹੋ। ਪਿਛਲੇ 20-30-40 ਸਾਲਾਂ ਦੇ ਵਿੱਚ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਪ੍ਰੈਸ਼ਰ ਆ ਬਹੁਤ ਜ਼ਿਆਦਾ ਵੱਧ ਗਿਆ, ਖਾਸ ਕਰਕੇ ਪੇਰੈਂਟਸ ਵੱਲੋਂ, ਟੀਚਰਸ ਵੱਲੋਂ। ਇਹ ਹੁੰਦਾ ਕਿ ਤੁਸੀਂ ਬੈਸਟ ਪਰਫੋਰਮ ਕਰੋ। ਰੀਸੈਂਟਲੀ ਆਪਾਂ ਦੇਖਿਆ ਦੇਸ਼ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ, ਈਵਨ ਪੰਜਾਬ 'ਚ ਵੀ, ਅਤੇ ਖਾਸ ਕਰਕੇ ਜੇ ਮੈਂ ਜ਼ਿਕਰ ਕਰਾਂ ਕੋਟਾ ਦੇ ਵਿੱਚ। ਬਿਲਕੁਲ, ਕੋਟਾ ਕਿਉਂਕਿ ਉਹ ਉੱਥੇ ਹਰ ਸਾਲ ਲੱਖਾਂ ਬੱਚੇ ਜਾਂਦੇ ਨੇ,
ਜੀ ਤੇ ਜੋ ਮੈਂ ਦੇਖਿਆ ਕਿ ਕੋਟਾ ਦੇ ਵਿੱਚ ਇਸ ਵਕਤ ਕੋਈ ਏਦਾਂ ਦਾ ਪੀਜੀ ਨਹੀਂ ਹੈ ਜਿਹਦੀ ਵਿੰਡੋਜ਼ ਨੂੰ ਨਹੀਂ ਓਪਨ ਰੱਖਿਆ ਹੋਵੇ, ਪੱਖਿਆਂ ਦੇ ਵਿੱਚ ਸਪਰਿੰਗ ਲਾ ਦਿੱਤੇ, ਉਹ ਮੈਂਟਲ ਪ੍ਰੈਸ਼ਰ ਦੇ ਕਰਕੇ ਹੈ ਕਿਉਂਕਿ ਇੰਨੀ ਸੁਸਾਈਡਸ ਹੋਣ ਲੱਗ ਗਈਆਂ। ਇਟਸ ਅ ਸੈਡ ਪਾਰਟ। ਅਸੀਂ ਐਜੂਕੇਸ਼ਨ 'ਤੇ ਫੋਕਸ ਕਰਦੇ ਰਹੇ ਪਰ ਅਸੀਂ ਮੈਂਟਲ ਹੈਲਥ ਨੂੰ ਕਿਤੇ ਨਾ ਕਿਤੇ ਟੋਟਲੀ ਜਿਹੜਾ ਹੈ ਗਾਇਬ ਕਰ ਦਿੱਤਾ। ਇਸ ਵਾਰ ਅਸੀਂ ਇਸ ਚੀਜ਼ ਨੂੰ ਕੌਂਕਰ ਕਰਨ ਲਈ, ਇੱਕ ਤਾਂ ਇਹ ਕਿ ਸਿਰਫ ਇਟ ਨੋਟ ਓਨਲੀ ਫੋਰ ਐਗਜ਼ਾਮਸ, ਇਮਤਿਹਾਨ ਹਰ ਸਾਲ ਨਹੀਂ ਆਉਣਗੇ। ਮੈਂ ਤਾਂ ਬੱਚਿਆਂ ਨੂੰ ਇਹ ਵੀ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਸਿਰਫ ਇਮਤਿਹਾਨ ਜਿਹੜੇ ਉਹ ਮਾਰਚ ਅਪ੍ਰੈਲ 'ਚ ਆਉਣਗੇ, ਪਰ ਜਿੱਦਾਂ ਹੀ ਤੁਸੀਂ ਸਕੂਲ ਤੋਂ ਨਿਕਲੋਗੇ ਫਿਰ ਉਸ ਵਾਰ ਕਾਲਜ ਤੋਂ ਨਿਕਲੋਗੇ, ਪੂਰਾ ਜੀਵਨ ਇੱਕ ਇਮਤਿਹਾਨ ਹੈ। ਬਿਲਕੁਲ, ਤੁਹਾਨੂੰ ਜੀਵਨ ਬਾਰ ਬਾਰ ਤੁਹਾਨੂੰ ਜ਼ਿੰਦਗੀ ਟੈਸਟ ਕਰੂਗੀ, ਠੀਕ ਹੈ ਨਾ। ਹਾਰਡ ਟਾਈਮਸ ਵਿਲ ਕਮ, ਦਿਨ ਤੋਂ ਬਾਅਦ ਰਾਤ ਆਉਣੀ ਆਉਣੀ ਹੈ, ਸਾਡੇ ਜੀਵਨਾਂ 'ਚ ਵੀ ਆਈ ਹੈ, ਆਪ ਜੀ ਦੇ ਨਾਲ ਸਭ ਦੇ ਨਾਲ ਹੋਊਗਾ। ਸੋ ਮੈਂਟਲ ਹੈਲਥ ਵੀ ਆਰ ਫੋਕਸਿੰਗ ਔਨ ਇਟ। ਅਸੀਂ ਅਗਲੇ ਸਾਲ ਦੇ ਉੱਤੋਂ ਕੇਵਲ ਬਹੁਤ ਸਾਰਾ ਕੰਮ ਕਰ ਰਹੇ ਹਾਂ, ਇਨਫਰਾਸਟਰਕਚਰ 'ਤੇ ਵੀ ਕੰਮ ਕਰ ਰਹੇ ਹਾਂ, ਸਿਲੇਬਸ ਵੀ ਚੇਂਜ ਕਰਨਾ, ਅਕੈਡਮਿਕ ਪਰਫੋਰਮੈਂਸਿਸ ਬੈਟਰ ਕਰਨੀਆਂ ਨਾਲ ਹੀ। ਬਟ ਅਸੀਂ ਜਿਵੇਂ ਦਿੱਲੀ ਦੇ ਵਿੱਚ ਹੈਪੀਨੈਸ ਕਰਿਕੁਲਮ ਹੋਇਆ ਸੀ ਜੀ, ਉਸ ਲਾਈਨ ਦੇ ਉੱਤੇ ਸੈਡਲੀ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਇਆ ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਮੈਨੂੰ ਲੱਗਿਆ ਅੱਛਾ ਬਹੁਤ ਚੰਗਾ ਕੰਮ ਹੋਇਆ ਹੋਣਾ, ਜਦੋਂ ਮੈਂ ਦੇਖਿਆ ਤਾਂ ਉਹ ਵੀ ਸਿਰਫ ਇੱਕ ਇਮਤਿਹਾਨ ਬਣਾ ਕੇ ਰੱਖਤਾ ਉਹਨੂੰ। ਅੱਛਾ, ਮਤਲਬ ਕਿਹੜਾ ਚੀਜ਼, ਜਿਹੜੀ ਚੀਜ਼ ਤੁਹਾਡੇ ਪ੍ਰੈਸ਼ਰ ਘੱਟ ਕਰਨ ਲਈ ਆਈ ਸੀ, ਪਤਾ ਲੱਗਿਆ ਬੱਚੇ ਉਹਦਾ ਵੀ ਚੈਪਟਰ ਪੜ੍ਹਦੇ ਨੇ ਤੇ ਉਹਦਾ ਵੀ ਪੇਪਰ ਦਿੰਦੇ ਨੇ, ਉਹਦੀ ਵੀ ਟੈਨਸ਼ਨ ਹੈ। ਮੈਂ ਕਿਹਾ ਉਹਦੀ ਵੀ ਟੈਨਸ਼ਨ, ਮੈਂ ਕਿਹਾ ਇਹਦਾ ਪਰਪਸ ਹੀ। ਤਾਂ ਮੈਂ ਕਿਹਾ ਬਿਲਕੁਲ ਉਹਦੀ ਕਿਤਾਬ ਬੰਦ ਕਰਾਂਗੇ, ਅਸੀਂ ਹੈਪੀਨੈਸ ਕਰਿਕੁਲਮ ਦਾ ਇੱਕ ਨਵਾਂ ਰੂਪ ਪੰਜਾਬ ਦੇ ਵਿੱਚ ਇਸ ਸਾਲ ਲੈ ਕੇ ਆਵਾਂਗੇ, ਸ਼ੁਰੂ ਕਰਾਂਗੇ, ਐਕਸਪੈਰੀਮੈਂਟ ਕਰਾਂਗੇ, ਤਾਂ ਕਿ ਬੱਚੇ ਸਿਰਫ ਇਮਤਿਹਾਨ ਲਈ ਨਹੀਂ ਜੀਵਨ ਦੇ ਇਮਤਿਹਾਨਾਂ ਲਈ ਵੀ, ਅਤੇ ਉਹ ਇੱਕ ਬੈਟਰ ਨਾਗਰਿਕ ਬਣ ਸਕਣ, ਇੱਕ ਚੰਗੇ ਸਿਟੀਜ਼ਨ ਬਣ ਸਕਣ, ਉੱਦਾਂ ਦੇ ਉਹਦੇ 'ਤੇ ਕੰਮ ਕਰ ਰਹੇ ਹਾਂ। ਇਸ ਵਕਤ ਅਸੀਂ, ਮੈਂ ਤੁਹਾਨੂੰ ਦੱਸਿਆ, ਅਸੀਂ ਮਿਸ਼ਨ 100% ਚਲਾ ਰਹੇ ਹਾਂ। ਮਿਸ਼ਨ 100% ਇਹ ਹੈ ਕਿ ਬੱਚਿਆਂ ਨੂੰ ਇਹ ਕਿ ਤੁਸੀਂ ਆਪਣਾ 100% ਦੇਣਾ। ਉਹਦੇ ਲਈ ਰੋਜ਼ ਸਵੇਰੇ ਉਹਨਾਂ ਦੀ ਮਾਰਨਿੰਗ ਪਲੈਜ ਹੁੰਦੀ ਹੈ, ਉਹਨਾਂ ਨੂੰ ਮੋਟੀਵੇਸ਼ਨਲ ਸਟੋਰੀਜ਼ ਹੈ, ਕਿ ਤੁਸੀਂ ਰੀਡਿੰਗ ਕਾਰਨਰਸ ਲਾਓ, ਕਿਵੇਂ ਟਾਈਮ ਨੂੰ ਸਹੀ ਯੂਟੀਲਾਈਜ਼ ਕਰਕੇ ਤੁਸੀਂ ਬਹੁਤ ਈਜ਼ੀਲੀ ਐਗਜ਼ਾਮਸ। ਪਿਛਲੇ ਸਾਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਸੀ ਅਤੇ ਮੈਨੂੰ ਆਸ ਹੈ ਇਸ ਵਾਰੀ ਵੀ ਵਧੀਆ ਰਹੂਗਾ। ਜੀ, ਮੈਂ ਇਸੀ ਦੇ ਨਾਲ ਐਡ ਕਰ ਦਵਾਂ, ਇੱਕ ਫੇਲ ਨਾ ਕਰਨ ਵਾਲਾ ਕਲਚਰ ਕਿ ਉਹ ਸਾਡੇ ਸਟੱਡੀ ਸਿਸਟਮ ਦੇ ਲਈ ਠੀਕ ਹੈ, ਬਹੁਤ ਸਾਰੀ ਇਸ ਦੇ ਉੱਪਰ ਗੱਲ ਹੁੰਦੀ ਹੈ। ਮੈਂ ਜ਼ਿਕਰ ਕਰਾਂ ਕਿ ਬਹੁਤ ਸਾਰੇ ਮੈਂ ਬੱਚਿਆਂ ਦੇ ਨਾਲ, ਇਨਫੈਕਟ ਫੈਮਿਲੀ ਦੇ ਕੁਝ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਬਹੁਤ ਸਾਰੇ ਬੱਚੇ ਐਸੇ ਹਨ ਜਿਹੜੇ 8th 9th ਦੇ ਵਿੱਚ ਜਾ ਕੇ ਉਹਨਾਂ ਨੂੰ ਰੀਡਿੰਗ, ਹਿੰਦੀ ਪੰਜਾਬੀ ਰੀਡਿੰਗ 'ਚ ਵੀ ਪ੍ਰੋਬਲਮ ਹੈ ਜੀ, ਅਤੇ ਉਹ ਇੱਕ ਵਜ੍ਹਾ ਇਹ ਦੱਸ ਦਿੱਤੀ ਜਾਂਦੀ ਹੈ ਪੇਰੈਂਟਸ ਦੇ ਵੱਲੋਂ ਜਾਂ ਟੀਚਰਸ ਦੇ ਵੱਲੋਂ ਕਿ ਦੇਖੋ ਬੱਚਾ ਤਾਂ ਫੇਲ ਕਰ ਨਹੀਂ ਸਕਦੇ ਜੀ, ਬੱਚੇ ਤਾਂ ਸਾਰੇ ਪਾਸ ਕਰਨੇ ਹੀ ਪੈਣੇ, ਕੋਈ 5ਵੀਂ 'ਚ ਹੈ, ਕੋਈ 6ਵੀਂ 'ਚ ਹੈ, ਤਾਂ ਉਹ ਬਹੁਤ ਵੱਡਾ ਸੈਟਬੈਕ ਨਹੀਂ ਹੈ ਇੱਕ ਇੱਕ ਬੱਚੇ ਦੇ ਫਿਊਚਰ ਦੇ ਜੀ। ਮੈਂ ਇਸਨੂੰ ਦੋ ਹਿੱਸਿਆਂ ਵਿੱਚ ਵੰਡੂੰਗਾ, ਇੱਕ ਤਾਂ ਜਿਹੜਾ ਤੁਸੀਂ ਸਪੈਸੀਫਿਕਲੀ ਕੁਐਸਚਨ ਪੁੱਛਿਆ ਕਿ ਬੱਚੇ ਉਹ 8ਵੀਂ ਜਮਾਤ ਵਿੱਚ 9ਵੀਂ ਜਮਾਤ 'ਚ ਪਹੁੰਚ ਕੇ ਪਰ ਹਜੇ ਉਸ ਲੈਵਲ 'ਤੇ ਨਹੀਂ ਹੈ, ਇੱਕ ਤਾਂ ਉਹ ਸੈਕਸ਼ਨ ਹੈ। ਉਸ ਤੋਂ ਪਹਿਲਾਂ ਤੁਸੀਂ ਆਖਿਆ ਕਿ ਵੀ ਕੀ ਐਗਜ਼ਾਮ ਜਿਹੜਾ ਉਹਦਾ ਪ੍ਰੈਸ਼ਰ, ਦੇਖੋ ਜੇ ਤੁਸੀਂ ਹੁਣ CBSE ਦੇ 'ਤੇ ਕੰਮ ਕਰ ਰਹੇ ਪਰ ਉਹ ਵੀ ਪੂਰਾ ਨਹੀਂ, ਆਪਾਂ ਇੱਕ ਸਾਲ ਦਾ ਅਕੈਡਮਿਕ ਸੈਸ਼ਨ ਹੁੰਦਾ ਜੀ, ਤਕਰੀਬਨ 200 ਤੋਂ ਵੱਧ ਦਿਨ 225 ਦਿਨ ਬੱਚਿਆਂ ਨੂੰ ਇੱਕ ਸਬਜੈਕਟ ਪੜ੍ਹਾਇਆ ਜਾਂਦਾ, ਐਂਡ ਫਾਈਨਲੀ ਅਸੀਂ 3 ਘੰਟੇ ਦੇ ਪੇਪਰ ਦੇ ਵਿੱਚ ਉਹਦੇ ਸਾਰੇ ਸਾਲ ਦੀ ਮਿਹਨਤ ਨੂੰ ਅਸੀਂ 3 ਘੰਟਿਆਂ 'ਚ ਜੱਜ ਕਰ ਲੈਂਦੇ ਹਾਂ ਅਤੇ ਉਹਨੂੰ ਕਹਿ ਦਿੰਦੇ ਅੱਛਾ ਵੀ ਤੂੰ 90% ਵਾਲਾ, ਤੂੰ 80, ਤੂੰ 60, ਤੂੰ 40, ਤੂੰ ਫੇਲ ਹੈ, ਤੂੰ ਪਾਸ ਹੈ। ਇਹ ਸਾਰਾ ਸਿਸਟਮ ਹੀ ਕਿਤੇ ਨਾ ਕਿਤੇ ਗਲਤ ਹੈ। ਵਾਈ ਨੋਟ ਕਿ ਰੋਜ਼ ਦੀ ਉਰੀ ਹੋਵੇ, ਹੁਣ CBSE ਕਹਿੰਦੇ ਅਸੀਂ ਸਾਲ 'ਚ 2 ਵਾਰੀ ਰਿਹਾ ਕਰਾਂਗੇ ਬਹੁਤ। ਸੋ ਇਟਸ ਅ ਡਿਬੇਟ, ਪੂਰੀ ਦੁਨੀਆ ਦੇ ਵਿੱਚ ਇਹ ਡਿਬੇਟ ਚੱਲ ਰਹੀ ਹੈ, ਅਸੀਂ ਵੀ ਉਹਦੇ 'ਤੇ ਕੰਮ ਕਰ ਰਹੇ ਹਾਂ ਕਿ ਫਿਊਚਰਿਸਟਿਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ, ਵੀ ਵਾਂਟ ਟੂ ਰੀਵੈਂਪ ਆਰ ਯੂ ਨੋ ਐਗਜ਼ਾਮੀਨੇਸ਼ਨ ਸਿਸਟਮ,
ਕਰੀਕੁਲਮ ਹੁਣ ਤੁਸੀਂ ਦੇਖਿਆ ਰੀਵੈਲੂਏਸ਼ਨ ਬੰਦ ਕੀਤੀ, ਇਹ ਸਾਰੀ ਬਹੁਤ ਸਾਰੀ ਚੀਜ਼ਾਂ ਨੂੰ ਅਸੀਂ ਰਿਵੈਂਪ ਕਰ ਰਹੇ ਹਾਂ। ਤਾਂ ਉਹ ਇੱਕ ਉਹ ਇਹ ਵੀ ਕਹਿਣਾ ਕਿ ਕੀ 3 ਘੰਟੇ ਦਾ ਪੇਪਰ ਹੀ ਬੱਚੇ ਨੂੰ ਦੱਸੂਗਾ ਕਿ ਤੇਰੀ ਸਾਰੇ ਸਾਲ ਦੀ ਮਿਹਨਤ। ਸੋ ਨੰਬਰ 1 ਇੱਕ ਸੈਕਿੰਡ ਜਿਹੜਾ ਤੁਸੀਂ ਕਿਹਾ ਗੌਰਵ ਬਿਲਕੁਲ ਦੁਰੁਸਤ ਹੈ। ਅਸੀਂ ਇਹ ਦੇਖਿਆ ਕਿ ਜਿਹੜੇ ਸਾਡੇ ਅੰਕੜੇ ਹੈ, ਤੁਹਾਨੂੰ ਤੁਸੀਂ ਦੇਖਿਆ ਹੋਣਾ ਪਿਛਲੀਆਂ ਸਰਕਾਰਾਂ ਬਹੁਤ ਵਿਦ ਥੰਪਿੰਗ ਚੈਸਟ ਕਹਿੰਦੀਆਂ ਸੀ ਕਿ ਅਸੀਂ ਪੰਜਾਬ ਨੰਬਰ 1 ਤੇ ਹੈ। ਨੰਬਰ 1 ਦਾ ਅੰਕੜਾ ਪਤਾ ਕੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪੰਜਾਬ ਦੇ ਸਾਰੇ ਪ੍ਰਾਈਵੇਟ ਵੀ ਜਿੰਨੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੇ ਵਿੱਚੋਂ ਸਿਰਫ 50% ਉਸ ਕਲਾਸ ਦੇ ਲੈਵਲ 'ਤੇ ਹੈ। ਯਾਨੀ ਬੱਚਾ ਜੇ 5ਵੀਂ ਜਮਾਤ 'ਚ ਹੈ ਤਾਂ ਉਹਨਾਂ ਵਿੱਚੋਂ ਸਿਰਫ 50% ਬੱਚੇ ਐਸੇ ਨੇ ਜੋ 5ਵੀਂ ਦਾ ਮੈਥ, ਜੋ 5ਵੀਂ ਦੀ ਇੰਗਲਿਸ਼, ਜੋ 5ਵੀਂ ਦੀ ਪੰਜਾਬੀ ਪੜ੍ਹ ਸਕਣ। ਅਸੀਂ ਉਸਦੇ ਲਈ ਇੱਕ ਮਿਸ਼ਨ ਚਲਾਇਆ, ਮਿਸ਼ਨ ਸਮਰੱਥ। ਇਹ ਸਾਡਾ ਇੱਕ ਪ੍ਰੋਜੈਕਟ ਹੈ ਸਮਰੱਥ। ਸਮਰੱਥ ਦਾ ਭਾਵ ਇਹ ਹੈ ਕਿ ਹਰ ਬੱਚਾ ਸਮਰੱਥ ਹੋਵੇ। ਅਤੇ ਅਸੀਂ ਆਪਣੇ ਟੀਚਰਸ ਹੁਣ 1.5 ਲੱਖ ਬੱਚਿਆਂ ਨੇ ਜੰਪ ਕੀਤਾ ਪਿਛਲੇ 2 ਮਹੀਨਿਆਂ ਦੇ ਵਿੱਚ। 1.5 ਲੱਖ ਬੱਚੇ 3ਜੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਇੱਦਾਂ ਦੇ ਸੀ ਕਿ ਜਿਹੜੇ ਪਹਿਲਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੂਰੀ ਲਾਈਨ ਨਹੀਂ ਪੜ੍ਹ ਪਾਉਂਦੇ ਸੀ, ਅੱਜ ਉਹ ਪੈਰਾਂ 'ਤੇ ਪੜ੍ਹ ਪਾ। ਅਤੇ ਇਹ ਇੱਕ ਬਹੁਤ ਵੱਡਾ ਗੈਪ ਹੈ ਸਿਸਟਮ 'ਚ। ਉਹਦੇ ਕਰਕੇ ਤੁਸੀਂ RTE Act ਦੀ ਵੀ ਮਜਬੂਰੀ ਹੈ ਕਿ ਤੁਸੀਂ ਕਿਸੇ ਨੂੰ ਫੇਲ ਨਹੀਂ ਕਰ ਸਕਦੇ, ਤੁਸੀਂ ਉਸਨੂੰ ਬਰਾਬਰ ਲੈ ਕੇ ਆਉਣਾ। ਦੂਜੀ ਜਦੋਂ ਤਾਂ ਹੀ ਅਸੀਂ ਔਨਲਾਈਨ ਅਟੈਂਡੈਂਸ ਲੈ ਕੇ ਆ ਰਹੇ ਹਾਂ, ਬਹੁਤ ਜਲਦੀ ਅਸੀਂ ਔਨਲਾਈਨ ਅਟੈਂਡੈਂਸ ਲੈ ਕੇ ਆ ਰਹੇ। ਜਦੋਂ ਮੈਂ ਟੀਚਰਸ ਨੂੰ ਕਹਿੰਦੇ ਜੀ ਜਦੋਂ ਬੱਚਾ ਆਊਗਾ ਹੀ ਨਹੀਂ, ਔਨਲਾਈਨ ਅਟੈਂਡੈਂਸ ਨਾਲ ਸਾਨੂੰ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਬੱਚੇ ਕਿਹੜੇ ਸਾਲ ਦੇ ਕਿਹੜੇ ਸਮੇਂ ਦੇ ਵਿੱਚ ਐਬਸੈਂਟ ਰਹਿੰਦੇ ਆ, ਕੀ ਕੋਈ ਬਾਡੀਆਂ ਦੇ ਸੀਜ਼ਨ 'ਚ ਹੈ, ਇਸ ਜ਼ਿਲ੍ਹੇ ਦੀ ਕੀ ਪ੍ਰੋਬਲਮ ਹੈ, ਇਸ ਜ਼ਿਲ੍ਹੇ ਦੀ ਕੀ ਪ੍ਰੋਬਲਮ ਹੈ, ਲੁਧਿਆਣੇ ਸ਼ਹਿਰ ਦੀ ਕੀ ਦਿੱਕਤ ਹੈ, ਪਟਿਆਲੇ ਦੀ ਕੀ ਦਿੱਕਤ ਹੈ, ਅਸੀਂ ਉੱਤੇ ਵਰਕ ਕਰ ਸਕਦੇ ਹਾਂ। ਹੁਣ ਉਹ ਟੀਚਰ ਕਹਿੰਦਾ ਜੀ ਇਹ ਬੱਚਾ ਮੇਰੇ ਕੋਲ ਆ ਹੀ ਨਹੀਂ ਰਿਹਾ, ਠੀਕ ਹੈ, ਮੈਂ ਇਸ ਬੱਚੇ ਨੂੰ ਕਿਵੇਂ ਉਸ ਲੈਵਲ 'ਤੇ ਪਹੁੰਚਾਵਾਂ। ਜਾਂ ਫਿਰ ਜਦੋਂ ਬੱਚਾ ਪ੍ਰਾਇਮਰੀ ਤੋਂ ਹਾਈ ਸਕੂਲ ਜਾਂ ਸੀਨੀਅਰ ਸੈਕੈਂਡਰੀ ਸਕੂਲ ਜਾਂਦਾ, 5ਵੀਂ ਤੋਂ ਉੱਥੇ 6ਵੀਂ 'ਚ ਜਾਂਦਾ, ਤਾਂ ਸੀਨੀਅਰ ਸੈਕੈਂਡਰੀ ਸਕੂਲ ਵਾਲੇ ਕਹਿੰਦੇ ਜੀ ਇਹ ਬੱਚਾ ਹੁਣ 6ਵੀਂ 'ਚ ਅਸੀਂ ਐਡਮਿਟ ਤਾਂ ਕਰ ਲਿਆ ਪਰ ਸੈਡਲੀ ਦਾ ਲੈਵਲ ਤਾਂ 3ਜੀ ਕਲਾਸ ਵਾਲਾ। ਸੋ ਇਹ ਬਹੁਤ ਕੁਛ ਚੀਜ਼ਾਂ ਨੇ ਜਿਹਦੇ 'ਤੇ ਕੰਮ ਕਰ ਰਹੇ ਹਾਂ। ਮੈਂ ਸਭ ਤੁਸੀਂ ਗੱਲ ਕੀਤੀ ਕਿ 3 ਘੰਟੇ ਦੇ ਵਿੱਚ ਬੱਚੇ ਨੂੰ ਇਵੈਲੂਏਟ ਨਹੀਂ ਕੀਤਾ ਜਾ ਸਕਦਾ ਉਸਦੀ ਪੂਰੇ ਸਾਲ ਦੀ ਮਿਹਨਤ ਲਈ। ਬਾਕੀ ਬੋਰਡਸ ਤਾਂ ਆਪਾਂ ਚੇਂਜ ਨਹੀਂ ਕਰ ਸਕਦੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਕੁਝ ਇਸ ਤਰੀਕੇ ਦਾ ਚੇਂਜ ਲਿਆਉਣ ਦੀ ਤਿਆਰੀ ਹੈਗੀ ਅਸੀਂ ਕਰ ਰਹੇ ਹਾਂ। ਮੈਂ ਤੁਹਾਨੂੰ ਈਅਰ ਅਸੀਂ ਬੱਚੇ ਨੂੰ ਸਿਰਫ ਉਸਦੀ ਟੈਸਟਿੰਗ ਮਾਰਕਸ 'ਤੇ ਹੀ ਨਹੀਂ, ਉਸਦੀ ਅਦਰ ਸਕਿੱਲਸ ਦੇ ਬੇਸ 'ਤੇ ਵੀ ਉਸਨੂੰ। ਜੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ ਪਰ ਗਗਨ ਜੀ ਲੌਂਗ ਟਰਮ ਜਰਨੀ ਹੈ, ਮੈਂ ਇੱਕਦਮ ਚੇਂਜ ਕਰ ਇੱਦਾਂ ਨਹੀਂ ਹੈ ਨਾ। ਅਤੇ ਅਸੀਂ ਐਕਸਪਰਟਸ ਦੀ ਵੀ ਮਦਦ ਲੈ ਰਹੇ ਹਾਂ। ਪਹਿਲੀ ਵਾਰੀ ਹੈ ਕਿ ਸਾਡੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ, ਅਸੀਂ ਜਦੋਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵਿੱਚ ਅੰਗਰੇਜ਼ੀ ਦਾ ਲੀਡਰਸ਼ਿਪ ਕੌਣ ਹੈ? ਕੈਂਬਰਿਜ ਯੂਨੀਵਰਸਿਟੀ। ਅਸੀਂ ਕੈਂਬਰਿਜ ਯੂਨੀਵਰਸਿਟੀ ਨਾਲ ਪਾਰਟਨਰਸ਼ਿਪ ਕੀਤੀ ਹੈ ਵੀ ਆਓ ਅਸੀਂ ਵੀ ਵਾਂਟ ਟੂ ਰੀਵੈਂਪ ਆਰ ਇੰਗਲਿਸ਼। ਅਸੀਂ ਵਰਕੇਬਲ ਇੰਗਲਿਸ਼ ਜਿਹੜੀ ਹੈ ਕਿ ਬੱਚਿਆਂ 'ਚ ਕੌਨਫੀਡੈਂਸ ਆਵੇ, ਉਹ ਬੱਚੇ ਇੰਗਲਿਸ਼ ਬੋਲਣ ਤੋਂ ਡਰਨ ਨਾ, ਅਸੀਂ ਉਹ ਦੈਨ ਅਸੀਂ IIT Delhi ਦੇ ਨਾਲ ਅਸੀਂ ਜਿਵੇਂ ਜੋ ਦੇਸ਼ 'ਤੇ ਦੁਨੀਆ ਦੇ ਬੈਸਟ ਹੈ ਉਹਨਾਂ ਨੂੰ ਕਰਕੇ ਰੀਵੈਂਪ ਕਰ ਰਹੇ ਹਾਂ। ਬਟ ਇਹ ਇੱਕਦਮ ਓਵਰਨਾਈਟ ਨਹੀਂ ਚੇਂਜ ਹੋ ਸਕਦਾ, ਅਸੀਂ ਓਵਰਨਾਈਟ ਪੂਰੇ ਜੋ ਸਿਸਟਮ ਚੱਲਿਆ ਆ ਰਿਹਾ ਉਸਨੂੰ ਓਵਰਨਾਈਟ ਨਹੀਂ ਬਦਲ ਸਕਦੇ, ਪਰ ਇਸ ਨੂੰ ਹੌਲੀ ਹੌਲੀ ਅਸੀਂ ਬਦਲ ਰਹੇ। ਮੈਂ ਇੱਕ ਛੋਟਾ ਜਿਹਾ ਸਵਾਲ ਇਗਜ਼ਾਮ ਦੇ ਨਾਲ ਜੁੜਿਆ ਹੋਇਆ ਪੁੱਛਣਾ, ਕਿਉਂਕਿ ਮੈਨੂੰ ਦਿਨ 'ਚ ਪਤਾ ਲੱਗਿਆ, ਮੈਨੂੰ ਲੱਗਿਆ ਲੋਕ ਸੁਣ ਵੀ ਰਹੇ ਹੋਣੇ ਆ, ਸਿੱਖਿਆ ਮੰਤਰੀ ਸਾਡੇ ਕੋਲ ਬੈਠੇ ਉਹਨਾਂ ਨੂੰ ਪੁੱਛ ਹੀ ਲਵਾਂ। ਕੁਝ ਲੋਕਾਂ ਦੇ ਬੱਚਿਆਂ ਦੇ ਸੈਂਟਰ ਬਹੁਤ ਦੂਰ ਬਣੇ ਆ, ਕੋਈ ਇਸ ਨੂੰ ਲੈ ਕੇ ਵੀ ਹੈ? ਮੇਰੇ ਕੋਲ ਇੱਕ ਖਬਰ ਹੈ, ਮੈਂ ਇੱਕ ਸਟੋਰੀ 70 ਕਿਲੋਮੀਟਰ 80 ਕਿਲੋਮੀਟਰ ਸਟੋਰੀ, ਮੈਂ ਵੀ ਉਹ ਸਟੋਰੀ ਅੱਜ ਮੇਰੇ ਕੋਲ ਵੀ ਆਈ ਹੈ ਜੀ। ਯਾਨੀ ਦੇਖੋ ਨਾ, ਗੌਰਵ 20,000 ਸਕੂਲ ਨੇ ਜੋ ਸਰਕਾਰੀ ਨੇ, ਤਕਰੀਬਨ ਪੰਜਾਬ ਦੇ ਵਿੱਚ 8,000 ਪ੍ਰਾਈਵੇਟ ਸਕੂਲ ਹੈ। ਸੋ ਤੁਹਾਡੇ ਕੋਲ ਹਰ ਖਬਰ ਉਸ ਤੱਕ ਨਹੀਂ, ਡਿਮਾਂਡ ਨਹੀਂ ਪਹੁੰਚਦੀ, ਪਰ ਉਹ ਖਬਰ ਮੈਂ ਵੀ ਦੇਖੀ ਉਸਨੂੰ ਆਲਰੇਡੀ। ਹੁਣੀ ਮੈਂ ਇੱਥੇ ਆਉਣ ਤੋਂ ਪਹਿਲਾਂ
ਉਹਦੇ ਆਰਡਰ ਕਰ ਦਿੱਤੇ ਕਿ ਜੋ ਵੀ ਨੀਅਰੈਸਟ ਪੋਸੀਬਲ ਹੈ ਉਹ ਕਰ ਦਿੱਤਾ ਜਾਵੇ। ਤਾਂ ਇਹ ਵੀ ਕਿਹਾ ਕਿ ਇੰਨੀ ਦੂਰ ਹੋਇਆ ਕਿਵੇਂ, ਹੋ ਸਕਦਾ ਕਈ ਵਾਰੀ ਤੁਸੀਂ ਕਮਾਂਡ ਲਾ ਦਿੰਦੇ ਹੋ ਅਤੇ ਉਹ ਪਤਾ ਉਹਨਾਂ ਨੂੰ ਨਹੀਂ ਪਤਾ, ਪਰ ਜ਼ਮੀਨੀ ਹਕੀਕਤ ਉਹ ਆਲਰੇਡੀ ਸੌਟ ਆਊਟ ਕਹਿ ਦਿੱਤਾ ਗਿਆ। ਠੀਕ ਹੈ, ਅਸੀਂ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਇਸ ਪੂਰੇ ਸੈਸ਼ਨ ਦੇ ਵਿੱਚ ਮੈਂ ਹੋਰ ਕੁਝ ਚੀਜ਼ਾਂ 'ਤੇ ਫੋਕਸ ਕਰਨਾ ਚਾਹੁੰਦਾ, ਕਿਉਂਕਿ ਇੱਕ ਪਨਿਸ਼ਮੈਂਟ ਵਾਲਾ ਇੱਕ ਕਲਚਰ ਖਤਮ ਹੋ ਗਿਆ। ਚਲੋ ਹੁਣ ਇਸ ਨੂੰ ਕਈ ਲੋਕ ਠੀਕ ਕਹਿੰਦੇ ਨੇ, ਕਈ ਲੋਕਾਂ ਨੂੰ ਲੱਗਦਾ ਕਿ ਨਹੀਂ, ਕਿਉਂਕਿ ਜਦੋਂ ਤੁਸੀਂ ਆਪਣੇ ਪੇਰੈਂਟਸ ਨਾਲ ਗ੍ਰੈਂਡ ਪੇਰੈਂਟਸ ਨਾਲ ਗੱਲ ਕਰੋ ਤਾਂ ਉਹ ਕਹਿੰਦੇ ਬੱਚਿਆਂ ਦੇ ਵਿੱਚ ਡਰ ਖਤਮ ਹੋ ਗਿਆ। ਡਰ ਨੇ ਬੱਚਿਆਂ ਨੂੰ ਪੜ੍ਹਨ ਵਾਲਾ ਜਿਹੜਾ ਰੱਖਿਆ ਹੋਇਆ ਸੀ, ਮੈਂ ਆਪਣੇ ਟਾਈਮ ਦੀ ਗੱਲ ਕਰਾਂ, ਤੁਸੀਂ ਆਪਣੇ ਟਾਈਮ ਦੀ ਗੱਲ ਕਰੋਗੇ, ਵੱਖਰਾ ਸੀ। ਅੱਜ ਤਾਂ ਤੁਸੀਂ ਜੇ ਉੱਚਾ ਵੀ ਬੋਲ ਦਿੰਦੇ ਹੋ ਤਾਂ ਟੀਚਰ ਦੇ ਕੋਲ ਪੇਰੈਂਟਸ ਪਹੁੰਚ ਜਾਂਦੇ ਨੇ। ਬਤੌਰ ਸਿੱਖਿਆ ਮੰਤਰੀ ਤੁਹਾਨੂੰ ਲੱਗ ਰਿਹਾ ਕਿ ਇਹ ਬਿਲਕੁਲ ਸਹੀ ਉਸ ਤਰੀਕੇ ਨਾਲ ਅੱਗੇ ਵਧਿਆ ਜਿਵੇਂ ਹੋਣਾ ਚਾਹੀਦਾ ਸੀ? ਨਹੀਂ, ਦੇਖੋ ਦੋਸਤੋ, ਪੁਰਾਣੇ ਜ਼ਮਾਨੇ 'ਚ ਅਸੀਂ ਵੀ ਸੁਣਦੇ ਬਜ਼ੁਰਗਾਂ ਤੋਂ ਕਿ ਸਾਡੀ ਤਾਂ ਛੇਤੀ ਵੱਜਦੀ ਸੀ ਜੇ ਕੰਮ ਨਾ ਕਰਕੇ ਆਓ, ਪਰ ਦੈਟ ਇਜ਼ ਤੁਸੀਂ ਹੁਣ ਉਹ ਨਹੀਂ ਕਰ ਸਕਦੇ। ਇਹ ਬਦਲਿਆ ਹੋਇਆ ਜ਼ਮਾਨਾ ਤੁਸੀਂ ਹੁਣ ਵੀ ਦੇਖਦੇ ਹੋ, ਆਏ ਜਾਣੀ ਕਦੇ ਕਦੇ ਵੀਡੀਓਜ਼ ਆਉਂਦੀਆਂ ਰਹਿੰਦੀਆਂ, ਤੁਹਾਡੇ ਕੋਲ ਵੀ ਆਉਂਦੀਆਂ, ਕਿੱਥੇ ਮੈਂ ਉਹਨਾਂ ਵੀਡੀਓਜ਼ 'ਚ ਜਦੋਂ ਕਾਰਵਾਈ ਕਰਦੇ ਤਾਂ ਪਤਾ ਲੱਗਦਾ ਪੇਰੈਂਟਸ ਕਹਿੰਦੇ ਜੀ ਅਸੀਂ ਤਾਂ ਆਪ ਟੀਚਰ ਨੂੰ ਕਿਹਾ ਸੀ ਕਿ ਜੀ ਸਾਡਾ ਮੈਸੇਜ ਤਾਂ ਆਪ, ਜਿੰਨੇ ਵੀ ਪਿਛਲੇ 5-6 ਮਹੀਨੇ ਸਾਲ 'ਚ ਇੱਦਾਂ ਦੇ ਕੇਸ ਹੋਏ ਆ, ਸਾਰੇ ਕੇਸਾਂ ਦੇ ਵਿੱਚ ਪੇਰੈਂਟਸ ਨੇ ਬਿਆਨ ਦਿੱਤਾ ਵੀ ਅਸੀਂ ਟੀਚਰ ਨੂੰ ਰਿਕੁਐਸਟ ਕੀਤੀ ਸੀ। ਬਟ ਸੈਡਲੀ ਤੁਸੀਂ ਬੱਚੇ ਮਾਸੂਮ ਨੇ, ਬੱਚੇ ਬਹੁਤ ਪਿਆਰੇ ਨੇ, ਬੱਚੇ ਬਹੁਤ ਪਿਆਰੇ ਨੇ, ਇਹ ਉਹਨਾਂ ਦਾ ਸੁਭਾਅ ਹੈ। ਤੁਸੀਂ ਉਹਨਾਂ ਨੂੰ ਡਰ ਕੇ, ਇਹ ਕੋਈ ਤਰੀਕਾ ਨਹੀਂ ਹੈ, ਤੁਹਾਨੂੰ ਉਸ ਬੱਚੇ ਨੂੰ ਸਮਝਣਾ ਪੈਣਾ, ਉਸ ਬੱਚੇ ਨੂੰ ਸਮਝ ਕੇ ਉਸ ਬੱਚੇ ਦਾ ਦਿਲ ਜਿੱਤ ਕੇ ਤੁਹਾਨੂੰ ਵਿੱਦਿਆ ਦੇਣੀ ਪੈਣੀ ਹੈ। ਤੁਸੀਂ ਦੇਖੋ ਇਹ ਕੋਈ ਤਾਲੀਬਾਨੀ ਮੁਲਕ ਨਹੀਂ ਹੈ, ਤੁਹਾਨੂੰ ਉਸ ਬੱਚੇ ਨੂੰ ਯਕੀਨ ਹੁਣ ਜਦੋਂ ਨਾ ਕੀ ਹੈ ਕੰਫਰਟੇਬਲ ਨਹੀਂ ਹੈ। ਮੈਂ ਇੱਕ ਗੱਲ ਤੇ ਮੈਂ ਹੁਣ ਸਮਝਦਾ, ਅਸੀਂ ਬੱਚੇ ਨੂੰ ਕਹਿੰਦੇ ਹਾਂ ਤੂੰ ਇਹ ਫਲਾਨੀ ਕਿਤਾਬ ਪੜ੍ਹ, ਇੰਗਲਿਸ਼ ਦਾ ਨੋਵਲ ਬਹੁਤ ਸ਼ਾਨਦਾਰ ਹੈ, ਪੰਜਾਬੀ ਦਾ ਬਹੁਤ ਸ਼ਾਨ, ਹਿੰਦੀ, ਤੁਸੀਂ ਉਹਨੂੰ ਪੜ੍ਹਨਾ ਸਿਖਾਓ, ਤੁਸੀਂ ਉਹਨੂੰ ਉਸ ਭਾਸ਼ਾ ਦੇ ਵਿੱਚ ਸਕਸ਼ਮ ਸਿਖਾਓ। ਅਗਰ ਉਹ ਇੰਗਲਿਸ਼ ਕੰਫਰਟੇਬਲ ਹੋ ਜੂਗਾ, ਮੈਂ ਦਾਅਵੇ ਨਾਲ ਕਹਿੰਦਾ ਉਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਸ਼ੇਕਸਪੀਅਰ ਪੜ੍ਹ ਲੂਗਾ। ਅਗਰ ਉਹ ਪੰਜਾਬੀ ਦੇ ਵਿੱਚ ਕੰਫਰਟੇਬਲ ਹੋ ਜੂਗਾ, ਉਹ ਨਾਨਕ ਸਿੰਘ ਪੜ੍ਹ ਲੂਗਾ। ਅੱਜ ਕੀ ਹੈ, ਜਦੋਂ ਉਹਨੂੰ ਤੁਸੀਂ ਸਕਸ਼ਮ ਨਹੀਂ ਬਣਾ ਰਹੇ, ਉਹਨੂੰ ਡਰ ਲੱਗਦਾ ਵਿੱਦਿਆ ਤੋਂ। ਮੈਂ ਇਸੀ ਪੁਆਇੰਟ ਤੇ ਗਗਨ ਕੁਝ ਕਹਿਣਾ ਚਾਹ ਰਿਹਾ, ਮੈਂ ਇੱਕ ਛੋਟਾ ਜਿਹਾ ਐਡ ਕਰਵਾ ਦਵਾਂ। ਦੇਖੋ ਬੱਚਾ ਪੜ੍ਹੇਗਾ ਕਿਉਂ, ਜਾਂ ਤਾਂ ਉਸਨੂੰ ਡਰ ਹੋਵੇ ਫੇਲ ਹੋਣ ਦਾ, ਜਾਂ ਫਿਰ ਡਰ ਹੋਵੇ ਝਿੜਕਾਂ ਦਾ, ਜਾਂ ਫਿਰ ਕੁੱਟ ਦਾ। ਮਤਲਬ ਮੈਂ ਪ੍ਰੈਕਟੀਕਲ ਥੋੜੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਪੇਰੈਂਟਸ ਇਹ ਗੱਲ ਕਰ ਰਹੇ ਹੈ, ਮੈਂ ਕਿ ਕਿਵੇਂ ਉਸ ਚੀਜ਼ ਨੂੰ ਆਪਾਂ ਹੈਂਡਲ ਕਰੀਏ। ਤੁਸੀਂ ਬੱਚਿਆਂ ਨੂੰ, ਤੁਸੀਂ, ਮੈਂ ਨਹੀਂ ਕਹਿ ਰਿਹਾ ਕਿ ਬੱਚਿਆਂ ਨੂੰ ਕੁੱਟਿਆ ਜਾਵੇ, ਪਰ ਮੈਂ ਇਹ ਸਮਝਣਾ ਚਾਹ ਰਿਹਾ ਕਿ ਜਦੋਂ ਆਪਾਂ ਨੇ ਡਰ ਬੱਚੇ ਦਾ ਅੰਦਰੋਂ ਖਤਮ ਕਰ ਦਿੱਤਾ, ਤਾਂ ਫਿਰ ਉਹ ਅੱਗੇ ਵਧੇ ਤੇ ਉਸਦੇ ਉੱਤੇ ਉਹ ਪੜ੍ਹੇ ਕਿਵੇਂ ਪੋਸੀਬਲ ਹੋ ਪਾਏ? ਤੁਸੀਂ ਉਹਨੂੰ ਵਿਜ਼ਨ ਦਿਖਾਓ ਨਾ, ਤੁਸੀਂ ਉਹਨੂੰ ਵਿਜ਼ਨ ਦਿਖਾਓ ਕਿ ਦੋਸਤ ਅਗਰ ਇਸ ਕੁਰਸੀ ਤੇ ਬਹਿਣਾ, ਅਗਰ ਗੌਰਵ ਸ਼ੁਕਲਾ ਬਣਨਾ ਤਾਂ ਤੁਹਾਨੂੰ ਪੰਜਾਬੀ ਸਕਸ਼ਮ ਹੋਣੀ ਚਾਹੀਦੀ ਹੈ। ਕਿ ਆ ਅਗਰ ਤੁਸੀਂ ਜਰਨਲਿਸਟ ਬਣਨਾ ਚਾਹੁੰਦੇ ਹੋ, ਅਗਰ ਤੁਸੀਂ ਲਾਇਰ ਬਣਨਾ ਚਾਹੁੰਦੇ ਹੋ, ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ, ਵਿੱਦਿਆ ਦੀ ਮਹੱਤਤਾ ਕੀ ਹੈ, ਵਿੱਦਿਆ ਦੀ ਮਹੱਤਤਾ ਜਦੋਂ ਤੱਕ ਦੱਸਾਂਗੇ ਅਸੀਂ ਤਾਂ ਆਪਣੇ ਬਦਲਣਗੇ। ਮੈਂ ਸੈਡਲੀ ਜਦੋਂ ਮੈਂ ਸਿੱਖਿਆ ਮੰਤਰੀ ਬਣਿਆ, ਮੈਂ ਤੁਹਾਨੂੰ ਇੱਕ ਸਕੂਲ ਦਾ ਕਿੱਸਾ ਦੱਸ, ਮੈਂ ਇੱਕ ਸਕੂਲ ਦਾ ਕਿੱਸਾ, ਉੱਥੇ ਖਾਸ ਤਰ੍ਹਾਂ ਦੀ ਕਮਿਊਨਿਟੀ ਰਹਿੰਦੀ ਹੈ ਜੀ, ਉਹ ਠੀਕ ਹੈ ਨਾ, ਅਤੇ ਉਹ ਕਮਿਊਨਿਟੀ ਮੱਛੀਆਂ ਫੜਨ ਦਾ ਕੰਮ ਕਰਦੀ ਹੈ, ਠੀਕ ਹੈ ਨਾ ਜੀ, ਅਤੇ ਦਰਿਆ ਦੇ ਲਾਗੇ ਲਾਗੇ ਜਿਵੇਂ ਸਾਡੇ ਇਲਾਕੇ ਦੇ ਪੰਜਾਬ 'ਚ ਉੱਥੇ ਕਿਤੇ, ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਬੱਚਿਆਂ ਦੇ ਆਪਾਂ ਕਰਨਾ ਇਹਨਾਂ ਬੱਚਿਆਂ ਨੇ, ਤਾਂ ਸੈਡਲੀ ਕਿਉਂਕਿ ਉਹ ਮੇਰਾ ਹਲਕਾ ਸੀ ਅਤੇ ਮੈਂ ਉਹ ਜਾਣਦਾ ਟੀਚਰ, ਉਹ ਕਹਿੰਦਾ ਸਰ ਕੀ ਕਰੂੰਗੇ, ਨਹੀਂ ਤਾਂ ਮੱਛੀਆਂ ਹੀ ਫੜਨੀਆਂ। ਜਦੋਂ ਤੱਕ ਟੀਚਰ ਦੀ ਇਹ ਮਾਨਸਿਕਤਾ ਹੈ ਜੀ, ਉਦੋਂ ਤੱਕ ਬੱਚੇ ਨਹੀਂ ਪੜਨਗੇ। ਜੇਕਰ ਉਹੀ ਟੀਚਰ ਉਹਨਾਂ ਬੱਚਿਆਂ ਨੂੰ ਦਿਖਾਵੇ ਕਿ ਨਹੀਂ, ਜੇ ਤੁਸੀਂ ਆਪਣਾ ਜੀਵਨ ਬਦਲਣਾ ਤਾਂ ਤੁਹਾਨੂੰ ਇਹ ਕਿਤਾਬ ਪੜ੍ਹਨੀ ਪੈਣੀ, ਬੱਚੇ ਬਦਲਣਗੇ।
ਮੈਂ ਇਸੇ ਪੁਆਇੰਟ ਤੇ ਆ ਰਹੀ ਸੀ ਬੈਂਸ ਸਾਹਿਬ, ਮੈਂ ਥੋੜਾ ਜਿਹਾ ਤਰੀਕੇ ਨਾਲ ਨਾਲੋਂ ਮੈਂ ਥੋੜਾ ਜਿਹਾ ਮੈਂ ਬਸ ਇਹ ਕਹਿਣਾ ਸੀ ਅਗਰ ਡਰ ਦੇ ਨਾਲ ਹੁੰਦਾ ਨਾ ਤਾਂ ਅਫਗਾਨਿਸਤਾਨ ਗਲੋਬਲ ਲੀਡਰ ਹੁੰਦਾ ਐਜੂਕੇਸ਼ਨ 'ਚ। ਬਿਲਕੁਲ, ਮੈਂ ਇਸੇ ਪੁਆਇੰਟ ਤੇ ਆ ਰਿਹਾ ਸੀ ਔਰ ਥੋੜਾ ਜਿਹਾ ਮੈਂ ਗੌਰਵ ਨਾਲ ਡਿਫਰ ਕਰਦਾ, ਮੇਰੇ ਕੁਝ ਜਿਹੜੇ ਫਰੈਂਡਸ ਦੇ ਵਿੱਚ ਵੀ ਗੱਲਬਾਤ ਹੁੰਦੀ ਹੈ ਕਿ ਜੇਕਰ ਟੀਚਰ ਚੰਗਾ ਹੈ ਤਾਂ ਉਸਨੂੰ ਕਦੇ ਬੱਚੇ ਨੂੰ ਨਾ ਤਾਂ ਡਾਂਟਣ ਦੀ ਲੋੜ ਪਏਗੀ ਨਾ ਉਸਨੂੰ ਕਦੇ ਕੁੱਟਣ ਦੀ ਲੋੜ ਪਏਗੀ, ਔਰ ਬੱਚੇ ਉਸਦੀ ਕਲਾਸ ਅਟੈਂਡ ਕਰਨਗੇ ਜੇਕਰ ਉਹ ਰਿਐਲਿਟੀ ਦੇ ਵਿੱਚ ਟੀਚਰ ਹੈ। ਜੇ ਉਸਨੂੰ ਕਿਸੇ ਹੋਰ ਪ੍ਰੋਫੈਸ਼ਨ ਵਿੱਚ ਹੋਣਾ ਚਾਹੀਦਾ ਸੀ, ਯਾਨੀ ਭਲਵਾਨੀ ਵਿੱਚ ਹੋਣਾ ਚਾਹੀਦਾ ਸੀ ਜਾਂ ਪੁਲਿਸ ਦੇ ਵਿੱਚ ਹੋਣਾ ਚਾਹੀਦਾ ਸੀ, ਔਰ ਉਹ ਗਲਤੀ ਨਾਲ ਬੀਐਡ ਕਰਕੇ ਟੀਚਰ ਬਣ ਗਿਆ ਤਾਂ ਫਿਰ ਉਹ ਕੁੱਟੇਗਾ। ਜੇਕਰ ਕੋਈ ਬਾਏ ਨੇਚਰ ਟੀਚਰ ਹੈ ਤਾਂ ਉਹ ਬੱਚੇ ਨੂੰ ਨਹੀਂ ਕੁੱਟੇਗਾ। ਐਗਰੀ? ਨਹੀਂ, ਦੇਖੋ ਜੀ, ਮੈਂ ਮੇਰੇ 'ਚ ਇਹ ਮੰਨਣਾ ਕਿ ਪਹਿਲੀ ਗੱਲ ਤਾਂ ਸਾਡਾ ਸਮਾਜ ਦੇ ਵਿੱਚ ਮੈਨੂੰ ਸਭ ਤੋਂ ਵੱਧ ਤਕਲੀਫ ਐਜ਼ ਐਜੂਕੇਸ਼ਨ ਮਿਨਿਸਟਰ ਹੁੰਦੀ ਹੈ, ਅਤੇ ਮੈਂ ਆਪਣੇ ਟੀਚਰਸ ਨੂੰ ਕਹਿ, ਪਤਾ ਨਹੀਂ ਕੀ ਕਾਰਨ ਹੋਇਆ, ਟੀਚਰਸ ਦੀ ਰਿਸਪੈਕਟ ਖਤਮ ਹੋਈ ਹੈ ਜੀ। ਦਿਸ ਇਜ਼ ਵੈਰੀ ਸੈਡ, ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਟੀਚਰਸ ਨੂੰ ਅਸੀਂ ਆਪਣਾ ਵਿਰਸਾ ਦੇਖੀਏ, ਗੁਰੂ ਦਾ ਦਰਜਾ ਸੀ, ਟੀਚਰਸ ਦੀ ਰਿਸਪੈਕਟ ਖਤਮ ਹੋ ਗਈ ਹੈ। ਇਹ ਅਸੀਂ, ਮੇਰੀ ਸਭ ਤੋਂ ਪ੍ਰਾਥਮਿਕ ਕੋਸ਼ਿਸ਼ ਇਹ ਹੈ ਕਿ ਟੀਚਰਸ ਦੀ ਰਿਸਪੈਕਟ ਨੂੰ ਦੁਬਾਰਾ ਬਹਾਲ ਕਰੀਏ। ਉਹ ਸ਼ਿਕਸ਼ਕ ਹੈ, ਜਦੋਂ ਤੁਸੀਂ ਉਹਨੂੰ ਇੰਪਾਵਰ ਕਰੋਗੇ ਨਾ, ਜਦੋਂ ਤੁਸੀਂ ਉਸਨੂੰ ਇੰਪਾਵਰ ਕਰੋਗੇ, ਅਸੀਂ ਉਸਨੂੰ ਇੰਪਾਵਰ ਹੀ ਨਹੀਂ ਕੀਤਾ, ਤੁਸੀਂ ਉਸਨੂੰ ਇੰਪਾਵਰ ਕਰੋਗੇ, ਉਸ ਟੀਚਰ ਨੂੰ ਇਹ ਕਹਿ ਦਿਓ ਵੀ ਤੇਰੀ ਜ਼ਿੰਮੇਦਾਰੀ, ਉਸਨੂੰ ਪਤਾ, ਜੇ ਉਹਨੂੰ ਡਾਂਟਣਾ ਵੀ ਹੈ ਨਾ, ਉਹਨੂੰ ਪਤਾ ਮੈਂ ਬੱਚੇ ਨੂੰ ਕਿਵੇਂ ਡਾਂਟਣਾ, ਉਹਨੂੰ ਪਤਾ, ਤੁਸੀਂ ਉਹਨੂੰ ਇੰਪਾਵਰ ਕਰੋਗੇ, ਅਤੇ ਮੈਂ ਤੁਹਾਨੂੰ ਯਕੀਨ ਮੰਨੋ ਕਿ ਬਹੁਤ ਬਹੁਤ ਸੁਧਾਰ ਹੋ ਰਿਹਾ, ਅਤੇ ਇੰਨੀਆਂ ਸਟੋਰੀਜ਼ ਨੇ ਕਿ ਤੁਸੀਂ ਰੋਜ਼ ਹੀ ਆਪਣੇ ਚੈਨਲ 'ਤੇ ਸਵੇਰ ਤੋਂ ਲੈ ਕੇ ਸ਼ਾਮ, ਇੰਨੇ ਮਹਾਨ ਮਹਾਨ ਟੀਚਰਸ ਵੀ ਹੈ ਜੋ ਆਪਣੇ ਕੰਮ ਕੀਤੇ, ਜੀਵਨ ਜਿਹੜੇ ਜਿਨ੍ਹਾਂ ਨੇ ਰੋਜ਼ ਜੀਵਨ ਬਤੀਤ ਕਰਦੇ ਨੇ, ਇੰਨੇ ਮਹਾਨ ਮਹਾਨ ਟੀਚਰਸ ਵੀ ਹੈ, ਬਟ ਅਸੀਂ ਸਿਰਫ ਚੰਦ ਲੋਕਾਂ ਕਰਕੇ ਨੈਗੇਟਿਵ ਖਬਰ, ਚੋਲੇ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ, ਟੀਚਰ ਨੇ ਬੱਚੇ ਨੂੰ ਕੁੜਤਾ ਸਭ ਸ਼ੇਅਰ ਕਰਨਗੇ, ਆਹ ਧਰਨਾ ਲੱਗਿਆ ਇਹਨਾਂ ਕੋਲ ਵੀ ਆ ਗਈ ਖਬਰ, ਮੇਰੇ ਕੋਲ ਵੀ ਆ ਗਈ। ਇੱਕ ਚੰਗੇ ਟੀਚਰ ਦੀ ਕਹਾਣੀ ਨਹੀਂ ਕੋਈ ਸ਼ੇਅਰ ਕਰਦਾ, ਮਾੜੀ ਖਬਰ ਜਦੀ ਹੀ ਫਲੋਟ ਹੁੰਦੀ ਹੈ, ਤਾਂ ਮੈਂ, ਅਸੀਂ ਉਸ ਚੰਗੇ ਪਾਸੇ ਫੋਕਸ ਕਰ ਰਹੇ ਹਾਂ, ਮਾੜੀਆਂ ਚੀਜ਼ਾਂ ਨੂੰ ਵੀ ਠੀਕ ਕਰਨਾ। ਅੱਛਾ, ਇਸ ਪੂਰੇ ਪ੍ਰੋਸੈਸ ਦੇ ਵਿੱਚ ਪੇਰੈਂਟਸ, ਖਾਸ ਕਰਕੇ ਪੰਜਾਬ ਵਰਗੇ ਸੂਬੇ ਨੂੰ ਵੀ ਤੁਸੀਂ ਹੈਂਡਲ ਕਰੋ, ਜਿੱਥੇ ਜ਼ਿਆਦਾਤਰ ਮਾਪੇ ਤਾਂ ਇਹ ਸੋਚਦੇ ਆ ਵੀ ਅਸੀਂ ਸਕੂਲ ਵਿੱਚ ਬੱਚਾ ਭੇਜਤਾ, ਹੁਣ ਤੁਹਾਨੂੰ ਸੌਂਪਤਾ, ਹੁਣ ਤੁਹਾਡੀ ਜ਼ਿੰਮੇਵਾਰੀ ਹੈ ਇਹਨੂੰ ਪੜ੍ਹਾਉਣਾ, ਇਹਨੂੰ ਚੰਗਾ ਬਣਾਉਣਾ, ਸਾਡੀ ਜ਼ਿੰਮੇਵਾਰੀ ਮੁੱਕੀ, ਅਸੀਂ ਤਾਂ ਅੰਦਰ ਐਂਟਰ ਕਰਾਤਾ ਜੀ। ਪੇਰੈਂਟਸ ਦੇ ਰੋਲ ਦੇ ਲਈ ਹਾਲਾਂਕਿ ਤੁਸੀਂ PTM ਸ਼ੁਰੂ ਕੀਤਾ, ਪੇਰੈਂਟਸ ਟੀਚਰ ਮੀਟਿੰਗ, ਔਰ ਕਿੰਨਾ ਚੇਂਜ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ? ਕਾਫੀ ਚੇਂਜ ਦੇਖਣ ਨੂੰ ਮਿਲਿਆ ਜੀ। ਦੇਖੋ ਗਗਨ ਜੀ, ਸਭ ਤੋਂ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ, ਸੈਡਲੀ ਸਰਕਾਰੀ ਸਕੂਲਾਂ 'ਚ ਮਾਤਾ ਪਿਤਾ ਬੱਚੇ, ਹੁਣ ਤੱਕ ਅਸੀਂ ਇਸਨੂੰ ਬਦਲਾਂਗੇ, ਮੇਰਾ ਸੁਪਨਾ ਇਹ ਹੈ ਕਿ ਇਸਨੂੰ ਬਦਲਾਂ, ਮੇਰਾ ਜੇ ਮਿਸ਼ਨ ਤੁਸੀਂ ਇੱਕ ਲਾਈਨ 'ਚ ਪੁੱਛੋ ਕਿ ਕੀ ਮਿਸ਼ਨ ਹੈ, ਮੇਰਾ ਸੁਪਨਾ ਇਹ ਹੈ ਕਿ ਮੈਂ ਚਾਹੁੰਦਾ ਕਿ ਮਾਂ ਬਾਪ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਮਜਬੂਰੀ 'ਚ ਨਾ ਭੇਜਣ, ਯਾਨੀ ਸ਼ੌਂਕ ਨਾਲ ਭੇਜਣ। ਹੁਣ ਸੈਡਲੀ ਇਹ ਸਾਡੇ ਮੁਲਕ ਦੀ ਕਹਿ ਸਕਦੇ ਹਾਂ ਕਿ ਦੁਰਭਾਗਿਆ ਕਿ ਹਜੇ ਤੱਕ ਕਿਸੇ ਸਰਕਾਰ ਨੇ ਕੰਮ ਹੀ ਨਹੀਂ ਕੀਤਾ ਸੀ, ਹੁਣ ਤੱਕ ਜਿੰਨੇ ਬੱਚੇ ਮਾਤਾ ਪਿਤਾ ਹੈ ਉਹ ਆਪਣੇ ਬੱਚਿਆਂ ਨੂੰ ਮਜਬੂਰੀ ਕਰਕੇ ਸਰਕਾਰੀ ਸਕੂਲ ਭੇਜ, ਕਿਉਂਕਿ ਅਫੋਰਡ ਨਹੀਂ ਕਰ ਪਾ ਰਹੇ ਪ੍ਰਾਈਵੇਟ। ਹਕੀਕਤ ਹੈ, ਲੈਟ ਅਸ ਐਡਮਿਟ ਇਟ, ਜੇ ਮੈਂ ਨਹੀਂ ਐਡਮਿਟ ਕਰੂੰਗਾ, ਯਾਨੀ ਇਹ ਹਕੀਕਤ ਹੈ, ਇਹ ਜ਼ਮੀਨੀ ਹਕੀਕਤ ਹੈ। ਹੁਣ ਤੁਸੀਂ ਦੇਖੋ, ਤੁਸੀਂ ਉਹ ਜਿਹੜੇ ਆ, ਉਹ ਇਹਦਾ ਮਤਲਬ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਹੈ, ਕੋਈ ਕਿਸੇ ਦੀ ਕਾਰ ਚਲਾਉਂਦਾ, ਕੋਈ ਕਿਸੇ ਦੇ ਕੋਲ ਸੀਰੀ ਹੈ, ਕੋਈ ਕਿਸੇ ਦੇ ਘਰ ਦੇ ਵਿੱਚ ਝਾੜੂ ਮਾਰਦਾ, ਹੁਣ ਉਹਨਾਂ ਨੂੰ ਲੱਗਿਆ, ਪਹਿਲੀ ਵਾਰੀ ਲੱਗਿਆ ਕਿ ਅਸੀਂ ਵੀ, ਸਾਡੇ ਵੀ ਬੱਚੇ ਆ। ਇਸ ਤੋਂ ਪਹਿਲਾਂ ਕਾਗਜ਼ਾਂ 'ਚ ਹੋ ਜਾਂਦਾ ਸੀ, ਨਾਮ ਰੱਖਿਆ ਸੀ ਮਾਪੇ ਅਧਿਆਪਕ ਮਿਲਣੀ, ਠੀਕ ਹੈ ਨਾ, ਚਲੋ ਠੀਕ ਹੈ, ਪੰਜਾਬੀ ਦਾ ਮੈਂ ਆਪ, ਮੇਰੇ ਕੋਲ ਭਾਸ਼ਾ ਵਿਭਾਗ ਹੈ, ਪਰ ਠੀਕ ਹੈ, ਪਰ ਜੇ ਪ੍ਰਾਈਵੇਟ ਸਕੂਲ 'ਚ PTM ਹੁੰਦੀ ਹੈ ਤਾਂ ਸਰਕਾਰੀ 'ਚ PTM ਕਿਉਂ ਨਹੀਂ ਹੋ ਸਕਦੀ? ਉੱਥੇ ਕਾਗਜ਼ਾਂ 'ਚ ਜੀ ਮਾਪੇ ਦੀ ਅਧਿਆਪਕ ਮਿਲਣੀ ਕਰਤੀ, ਉਹ ਵੀ 3 ਜਾਂ 4 ਦਿਨ ਚੱਲਦੀ ਹੈ, ਆਉਣਾ ਆ ਜਾਓ। ਪਹਿਲੀ ਵਾਰੀ
ਕਿਸੇ ਦੇ ਕਾਰ ਦੇ ਡਰਾਈਵਰ ਨੇ ਆਪਣੇ ਬੌਸ ਨੂੰ ਕਿਹਾ ਕਿ ਜੀ ਅੱਜ ਮੈਂ 2 ਘੰਟੇ ਲਈ ਮੈਨੂੰ ਛੁੱਟੀ ਚਾਹੀਦੀ ਹੈ। ਮੈਨੂੰ ਇਹ ਕਿਸੇ ਫੈਕਟਰੀ ਦੇ ਮਾਲਕ ਨੇ ਦੱਸਿਆ, ਕਹਿੰਦਾ ਮੈਂ ਕਿਹਾ ਯਾਰ ਕਿਉਂ ਚਾਹੀਦੀ ਹੈ, ਕਹਿੰਦਾ ਜੀ ਅੱਜ ਮੇਰੇ ਬੱਚੇ ਦੇ ਸਕੂਲ 'ਚ PTM ਹੈ। ਉਹਨੂੰ ਲੱਗਿਆ ਯਾਰ ਕਿ ਮੈਂ ਵੀ ਸਿੱਖਿਆ, ਮੇਰਾ ਵੀ ਕੋਈ ਸਟੇਕ ਹੈ ਮੇਰੇ ਬੱਚੇ ਲਈ। ਮੈਂ ਇੱਕ ਪਿੰਡ 'ਚ, ਮਸੌਲ ਪਿੰਡ ਹੈ ਜੀ ਇੱਥੇ ਨਾਲ ਹੀ, ਮੈਂ ਇੱਕ ਵਾਰੀ ਉੱਥੇ ਗਿਆ, ਸੈਕਟਰੀਏਟ ਤੋਂ 20 ਮਿੰਟ ਦੀ ਦੂਰੀ 'ਤੇ ਹੈ। ਜਦੋਂ ਮੈਂ ਉੱਥੇ ਗਿਆ, ਉੱਥੇ ਦੇ ਟੀਚਰ ਸਰਕਾਰੀ, ਸੋਰੀ ਟੂ ਸੇ, ਉਹ ਦੋਨੋਂ ਟੀਚਰ ਅਸੀਂ ਸਸਪੈਂਡ ਕੀਤੇ, ਉਹ 10-12 ਸਕੂਲ ਤੋਂ ਪੜ੍ਹਾ ਰਹੇ ਸੀ, ਪਰ ਬੱਚਿਆਂ ਨੂੰ ਨਹੀਂ ਵਿੱਦਿਆ ਮਿਲ ਰਹੀ ਸੀ। ਤਾਂ ਉੱਥੇ ਸਾਰੇ ਪਿੰਡ ਦੀ ਲੇਡੀਜ਼ ਕਹਿੰਦੇ ਸਾਨੂੰ ਪਤਾ, ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜ ਰਹੇ ਸੀ, ਪਰ ਸਾਨੂੰ ਪਤਾ ਕੁਛ ਸਿੱਕੇ ਨਹੀਂ ਆਉਂਦੇ, ਪਰ ਕੀ ਅਸੀਂ ਭੇਜ ਰਹੇ ਸੀ, ਹੋਰ ਕਿਤੇ ਭੇਜ ਨਹੀਂ ਸਕਦੇ, ਕਿ ਬੋਲੇ ਦੂਰ ਹੈ ਇੰਨਾ ਪਿੰਡ, ਹੋਰ ਕੋਈ ਰਸਤਾ ਹੈ ਨਹੀਂ, ਇਹ ਹੈ ਨਹੀਂ, ਇਹ ਮਜਬੂਰ। ਮਾਤਾ ਪਿਤਾ ਚਾਹੇ ਉਹ ਕੋਈ ਵੀ ਕੰਮ ਕਰੇ, ਚਾਹੇ ਉਹ ਅਨਪੜ੍ਹ ਵੀ ਹੋਵੇ, ਪਰ ਉਸਨੂੰ ਪਤਾ ਲੱਗ ਜਾਂਦਾ ਕਿ ਮੇਰਾ ਬੱਚਾ ਪੜ੍ਹ ਕੇ ਆ ਰਿਹਾ, ਸਿੱਖ ਰਿਹਾ, ਮੇਰੇ ਬੱਚੇ 'ਚ ਕੋਈ ਸੁਧਾਰ ਹੋ ਰਿਹਾ ਕਿ ਨਹੀਂ ਹੋ ਰਿਹਾ, ਚਾਹੇ ਉਹ ਅਨਪੜ੍ਹ ਵੀ ਹੋਵੇ। ਤਾਂ ਅਸੀਂ ਇਸ ਸਿਸਟਮ ਨੂੰ ਬਦਲ ਰਹੇ ਹਾਂ, ਇੱਕ ਲੰਬਾ ਪ੍ਰੋਸੈਸ ਹੈ, ਪਰ ਇਸਦੇ ਉੱਤੇ ਯਾਨੀ ਲੱਗੇ ਹੋਏ। ਮੈਂ ਸਿਲੇਬਸ ਵਾਲੇ ਪਾਸੇ ਜਾਣਾ ਹੈ, ਪਰ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ। ਤੁਹਾਡੀਆਂ ਅਸੀਂ ਵੀਡੀਓਜ਼, ਖਬਰਾਂ ਦੇਖਦੇ ਰਹਿੰਦੇ ਹਾਂ, ਬਹੁਤ ਸਾਰੇ ਸਕੂਲਾਂ 'ਚ ਤੁਸੀਂ ਵਿਜ਼ਿਟ ਕਰ ਰਹੇ ਹੋ। ਪੁਆਇੰਟ ਨੰਬਰ 1 ਕਿ ਕਿੰਨੇ ਸਕੂਲਾਂ 'ਚ ਹੁਣ ਤੱਕ ਵਿਜ਼ਿਟ ਕਰ ਚੁੱਕੇ ਤੁਸੀਂ ਆਲ ਓਵਰ ਪੰਜਾਬ ਜਦੋਂ ਤੁਸੀਂ ਸਿੱਖਿਆ ਮੰਤਰਾਲਾ ਸੰਭਾਲਿਆ? ਮੈਂ ਗੌਰਵ ਹੁਣ ਨਾ ਵੀਡੀਓ ਪਾਣੀ ਛੱਡਤੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹ ਤੁਸੀਂ ਬਹੁਤ ਰੇਅਰ ਹੈ, ਬਟ ਦੇਖੋ ਉਹ ਵੀ ਕਹਿਣਗੇ ਜੀ ਹੁਣ ਦਿਸਦੇ ਨਹੀਂ, ਪਰ ਅਸੀਂ ਹੁਣ ਜਿਹੜਾ ਹੈ ਹਜੇ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਫ਼ਤੇ ਦੇ ਵਿੱਚ ਆਪਣੇ 3 ਦਿਨਾਂ ਦੇ ਵਿੱਚ ਸਕੂਲ ਵਿਜ਼ਿਟ ਜ਼ਰੂਰ ਰੱਖਾਂ। ਮੈਂ ਪਿੱਛੇ ਜੇ ਚੈੱਕ ਕਰ ਰਿਹਾ ਸੀ, ਤਕਰੀਬਨ 700 ਤੋਂ ਵੱਧ ਸਕੂਲ ਮੈਂ ਆਪ ਵਿਜ਼ਿਟ ਕਰ ਚੁੱਕਿਆ, 700 ਤੋਂ ਵੱਧ ਸਕੂਲ। ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਦੇ ਬਾਰੇ ਮੈਨੂੰ, ਯਾਨੀ ਤੁਸੀਂ ਯਕੀਨ ਹੋਊਗੇ, ਜਿਹੜੇ 700 ਸਕੂਲ ਮੈਂ ਗਿਆ, ਮੈਨੂੰ ਇਹ ਪਤਾ ਕਿਹੜੇ ਸਕੂਲ ਦੇ ਵਿੱਚ ਕਿਹੜੀ ਕਮੀ ਸੀ, ਕਿੱਥੇ ਹੈ ਮੂੰਹ ਜ਼ਬਾਨ। ਜਦੋਂ ਮੈਂ ਨਕਸ਼ਿਆਂ 'ਤੇ ਬੈਠਦਾ ਤਾਂ ਮੈਨੂੰ ਯਾਦ, ਇਹ ਮੇਰਾ ਪੈਸ਼ਨ ਹੈ। ਇੱਕ ਖਾਸ ਜ਼ਿਲ੍ਹਾ ਸੀ ਜਾਂ ਸਾਰੇ ਪੰਜਾਬ? ਨਹੀਂ, ਸਾਰੇ ਪੰਜਾਬ 'ਚ। ਕਦੀ ਵੀ ਕਿਤੇ ਵੀ ਜਾਣਾ, ਹੁਣ ਤਾਂ ਮੇਰੀ ਇੱਦਾਂ ਦੀ, ਤੁਸੀਂ ਮੈਂ ਕੀ ਦੱਸਾਂ, ਕਈ ਵਾਰੀ ਇਹ ਹੁੰਦਾ ਕਿ ਤੁਸੀਂ ਟਰੈਵਲ ਕਰ ਰਹੇ ਹੋ ਦਿੱਲੀ ਵੱਲ, ਤਾਂ ਵੀ ਮੈਂ ਸਾਈਡਾਂ 'ਤੇ ਸਕੂਲ ਹੀ ਲਿਖਦਾ ਰਹਿੰਦਾ। ਸੋਚ ਇੱਦਾਂ ਦੀ ਵੱਧ ਗਈ ਹੈ ਕਿ ਅੱਛਾ ਇਹ ਹਰਿਆਣੇ ਦਾ ਸਕੂਲ ਕਿੱਦਾਂ ਦਾ, ਇੱਥੇ ਦਾ ਸਕੂਲ ਕਿੱਦਾਂ ਦਾ। ਮੈਂ ਪਿੱਛੇ ਜੇ, ਮੇਰੇ ਦੋਸਤ ਦੀ ਵੈਡਿੰਗ ਸੀ, ਮੈਂ ਸਿਰਫ 48 ਘੰਟੇ ਲਈ ਕੈਨੇਡਾ ਗਿਆ ਜੀ, ਇਹ ਗੱਲ ਮੈਨੂੰ ਦੱਸਣੀ, ਪਰ ਉਸ 48 ਘੰਟੇ 'ਚ ਵੀ ਮੈਂ ਬਰਫ਼ ਪੈ, ਮੈਂ ਸਿਰਫ ਉੱਥੇ ਜਾ ਕੇ ਇੱਕ ਸਕੂਲ ਦੇਖਿਆ ਅਤੇ ਸਿਰਫ ਵਿਆਹ ਕੀਤਾ ਅਤੇ ਵਾਪਸ ਆ ਗਿਆ, ਉਹ ਜਿਹੜਾ ਵਿਆਹ ਅਟੈਂਡ ਕੀਤਾ ਅਤੇ ਵਾਪਸ। ਪਰ ਉੱਥੇ ਵੀ ਮੈਨੂੰ ਇਹ ਕੋਸ਼ਿਸ਼ ਸੀ ਮੈਂ ਇੱਕ ਸਕੂਲ ਜ਼ਰੂਰ ਦੇਖ ਕੇ ਆਵਾਂ। ਸੋ ਇਹ ਤੁਹਾਡਾ, ਮੈਨੂੰ ਲੱਗਦਾ ਕਿ ਤੁਸੀਂ ਜਦੋਂ ਵੀ ਕੋਈ ਕੰਮ ਕਰਦੇ ਹੋ, ਅਤੇ ਹੁਣ ਮੈਨੂੰ ਸੱਜੇ ਖੱਬੇ ਹੋਰ ਕੁਝ ਦਿਸਦਾ ਵੀ ਨਹੀਂ, ਹੁਣ ਮੈਨੂੰ ਸੱਜੇ ਖੱਬੇ ਸਿਰਫ ਸਕੂਲ ਦਿਸਦੇ ਨੇ। ਅਤੇ ਬਹੁਤ ਵਾਰੀ, ਕਈ ਵਾਰੀ ਤੁਸੀਂ ਇਹ ਹੁੰਦਾ ਕਿ ਤੁਸੀਂ, ਤੁਹਾਡੇ ਕੋਲ ਸਮਾਂ ਘੱਟ ਹੈ, ਤੁਸੀਂ ਕਿਤੇ ਜਾ ਰਹੇ ਹੋ ਪ੍ਰੋਗਰਾਮ 'ਤੇ, ਪਰ ਉਹ ਦੇਖ ਲੈਂਦੇ, ਅੱਛਾ ਇਹ ਸਕੂਲ ਦੀ ਦੀਵਾਰ ਟੁੱਟੀ ਹੋਈ ਹੈ, ਤਾਂ ਮੈਂ ਪਤਾ ਕਰਦਾ ਕਿਹੜਾ ਪਿੰਡ ਸੀ, ਪਤਾ ਕਰੋ, ਇਹਨੂੰ ਕਰੋ। ਤਾਂ ਬਹੁਤ ਵਾਰੀ ਜਿਹੜਾ ਇੱਦਾਂ ਵੀ, ਤੁਹਾਡੇ ਇੱਦਾਂ ਦੇ ਤਾਂ ਪਤਾ ਨਹੀਂ ਕਿੰਨੇ ਬੇਸ਼ੁਮਾਰ ਵਿਜ਼ਿਟਸ ਕੀਤੀਆਂ ਨੇ। ਗਗਨ, ਤੁਹਾਡਾ ਸਵਾਲ, ਗਗਨ ਦੇ ਸਵਾਲ ਤੋਂ ਬਾਅਦ ਸਾਡੇ ਨਾਲ ਇੱਥੇ ਬਹੁਤ ਸਾਰੇ ਸਟੂਡੈਂਟਸ ਜੁੜੇ ਹੋਏ ਨੇ, ਮੈਂ ਉਹਨਾਂ ਦਾ ਵੀ ਰੁੱਖ ਕਰਾਂਗਾ, ਪਰ ਪਹਿਲਾਂ ਗਗਨ ਕੁਝ। ਸਰ, ਸਕੂਲ ਆਫ ਐਮੀਨੈਂਸ 117 ਹੈ ਨਾ, ਅੱਜ ਅਸੀਂ ਇਸ ਕੌਨਕਲੇਵ ਦੇ ਵਿੱਚ ਚਰਚਾ ਕੀਤੀ ਕਈ ਸਾਰੇ ਮਸਲਿਆਂ ਨੂੰ ਲੈ ਕੇ, ਉਸ ਦੇ ਵਿੱਚ ਪ੍ਰਾਈਵੇਟ ਸੈਕਟਰ ਦਾ ਜਿਹੜਾ ਸਕੂਲ ਹੈਗਾ ਉਹ ਸਮਾਰਟ ਬੋਰਡ ਦੀ ਵੀ ਗੱਲ ਕਰ ਰਹੇ ਨੇ, ਜਾਂ ਇਸ ਤਰੀਕੇ ਦੀ ਰੈਵੋਲਿਊਸ਼ਨ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਸਟੂਡੈਂਟ ਨੂੰ ਔਨਲਾਈਨ ਤੱਕ ਲਿਆਇਆ ਜਾਵੇ। ਓਬਵੀਅਸ ਹੈ ਤੁਹਾਡੇ ਜ਼ਹਿਨ ਵਿੱਚ ਵੀ ਹੋਏਗਾ ਕਿ ਇੱਕ ਲੈਵਲ ਤਾਂ ਅਸੀਂ ਸੈੱਟ ਕਰਾਂਗੇ, ਕੁਛ ਇਸ ਤਰੀਕੇ ਦੀ ਪ੍ਰੋਜੈਕਸ਼ਨ। ਸਕੂਲ ਆਫ ਐਮੀਨੈਂਸ ਠੀਕ ਹੈ, 117 ਉਹਨਾਂ ਦਾ ਇੱਕ ਲੈਵਲ ਆਪ ਤੁਸੀਂ ਲੈ ਕੇ ਆ ਰਹੇ ਹੋ, ਬਾਕੀ ਸਕੂਲਸ ਦੇ ਲਈ ਓਵਰਆਲ? ਮੈਂ ਪਹਿਲਾਂ ਤਾਂ ਸਕੂਲ ਆਫ ਐਮੀਨੈਂਸ 'ਚ ਗੱਲ ਕਰ ਲਵਾਂ। ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਮੰਚ ਤੋਂ ਇਹ ਅਨਾਊਂਸ ਕੀਤਾ, 13 ਹੋਰ ਸਕੂਲ ਬਣ ਕੇ ਤਿਆਰ ਹੈ, ਤਾਂ ਇਸੀ ਮਹੀਨੇ ਲੋਕ ਅਰਪਣ ਕਰਨਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਉਹ ਲੋਕ ਅਰਪਣ ਕਰਨਗੇ।
ਤੇ ਤੁਸੀਂ ਜਦੋਂ ਮੈਂ ਤੁਸੀਂ ਇੱਕ ਵੀਡੀਓ ਚਲਾਈ ਉਹਦੇ ਸਕੂਲ ਆਫ ਐਮੀਨੈਂਸ ਛਿਆਟਾ ਦਾ ਕਲਾਸਰੂਮ ਵੀ ਅਤੇ ਉਹ ਵੀ ਸਕੂਲ ਹੈ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਤੁਸੀਂ ਜ਼ਰੂਰ ਜਾ ਕੇ ਦੇਖ ਕੇ ਆਓ ਜਦੋਂ ਵੀ ਤੁਸੀਂ ਗੁਰੂ ਨਗਰੀ ਜਾਓ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਓ ਜ਼ਰੂਰ ਜਾਇਓ ਮੇਰੇ ਮੇਰੀ ਰਿਕੁਐਸਟ ਹੈ ਤੁਹਾਨੂੰ ਅਸੀਂ ਉਹ ਸਕੂਲ ਜਿਹੜਾ ਬਹੁਤ ਜਿਹਨੂੰ ਕਹਿ ਸਕਦੇ ਹੋ ਪੈਸ਼ਨ ਨਾਲ ਮੈਂ ਜਿਹੜਾ ਬਣਾਇਆ ਉਹ ਆਪਣੇ ਆਪ ਦੇ ਵਿੱਚ ਠੀਕ ਹੈ ਬੜੀ ਉਸ ਵਕਤ ਬੜੀ ਕੰਟਰੋਵਰਸੀ ਹੋਈ ਜੀ ਬਹੁਤ ਸਭ ਮੈਂ ਸਭ ਨੂੰ ਕਹਿੰਦਾ ਕਿ ਜਾ ਕੇ ਦੇਖਣ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਘੱਟ ਜਾਂਦਾ ਮੈਨੂੰ ਬਹੁਤ ਸਾਰੇ ਇਨਵਾਈਟ ਆਉਂਦੇ ਐਨੂਅਲ ਫੰਕਸ਼ਨ ਇਹ ਨਹੀਂ ਕਿ ਪ੍ਰਾਈਵੇਟ ਸਕੂਲ ਵੀ ਸਾਡੇ ਹੈ ਉਹਨਾਂ ਨਾਲ ਕੋਈ ਵੈਰ ਨਹੀਂ ਹੈਗਾ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਸਰਕਾਰੀ ਸਕੂਲ ਜਾਵਾਂ ਤਾਂ ਪਿੱਛੇ ਜੇ ਮੇਰੀ ਕੋਈ ਕੰਸਟੀਟੂਐਂਸੀ ਦਾ ਬਹੁਤ ਨਾਮੀ ਪ੍ਰਾਈਵੇਟ ਸਕੂਲ ਹੈ ਉਹ ਮੇਰੇ ਮਗਰ ਅਤੇ ਉਹ ਸਾਰੇ ਚਲੋ ਮੇਰੇ ਜਿੰਨੇ ਵੀ ਪੇਰੈਂਟਸ ਆ ਉਹ ਵੀ ਵੋਟਰ ਵੀ ਹੈ ਉਹ ਕਹਿੰਦੇ ਜੀ 3000 ਪੇਰੈਂਟਸ ਹੋਣਗੇ ਤਾਂ ਮੈਂ ਉਹ ਸਕੂਲ 'ਚ ਗਿਆ ਜਦੋਂ ਅਸੀਂ ਸਕੂਲ 'ਚ ਗਏ ਤਾਂ ਮੇਰੇ ਨਾਲ ਮੇਰਾ ਸਿਕਿਉਰਿਟੀ ਸਟਾਫ ਅਤੇ ਹੋਰ ਜਿੰਨੀ ਸਾਰੇ ਸਾਡੇ ਸਾਥੀ ਹੁੰਦੇ ਇਹ ਵੀ ਨਾਲ ਸੀ ਤਾਂ ਮੈਂ ਪਹਿਲੀ ਵਾਰੀ ਉਸ ਸਕੂਲ 'ਚ ਅਤੇ ਸਭ ਤੋਂ ਨਾਮੀ ਸਕੂਲ ਹੈ ਜੀ ਮੇਰੇ ਕੋਲ ਜਾਣੀ ਐਡਮਿਸ਼ਨ ਵਾਲੀ ਸਵਾਰਾ ਜੇ ਵੋ ਸਭ ਹਰ ਦਾ ਸੁਪਨਾ ਹੈ ਕਿ ਮੇਰਾ ਉੱਥੇ ਪੜ੍ਹੇ ਅਤੇ ਅਸੀਂ ਜਦੋਂ ਦੇਖਿਆ ਉਹਨਾਂ ਦੇ ਕਲਾਸਰੂਮ ਜਾ ਰਹੇ ਸੀ ਉਹਨਾਂ ਦੇ ਆਡੀਟੋਰੀਅਮ ਵਗੈਰਾ ਦੇਖਿਆ ਬਾਅਦ 'ਚੋਂ ਆ ਕੇ ਇਹ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸ ਰਿਹਾ ਬਾਅਦ 'ਚ ਆ ਕੇ ਜਦੋਂ ਕਿਹਾ ਉੱਥੇ ਹੁਣ ਉਹ ਮੇਰੇ ਨਾਲ ਸਰਕਾਰੀ ਸਕੂਲਾਂ 'ਚ ਵੀ ਜਾਂਦੇ ਰਹਿੰਦੇ ਆ ਉਹ ਅੰਮ੍ਰਿਤਸਰ ਵੀ 5-7 ਵਾਰੀ ਗਏ ਆ ਉਸ ਸਕੂਲ ਦੇ ਵਿੱਚ ਉਹਨੇ ਆ ਕੇ ਕਿਹਾ ਕਹਿੰਦੇ ਯਾਰ ਇਹ ਤਾਂ ਯਾਨੀ ਸਕੂਲ ਆਫ ਐਮੀਨੈਂਸ ਅੰਮ੍ਰਿਤਸਰ ਦੇ ਪੈਰਾਂ ਵਰਗਾ ਵੀ ਨਹੀਂ ਹੈ ਨਾ ਉਹਦੇ ਕਲਾਸਰੂਮ ਉੱਦਾਂ ਦੇ ਨਾ ਉਹਦਾ ਹਾਲ ਯਾਨੀ ਵੀ ਹੈਵ ਕ੍ਰੀਏਟਿਡ ਅ ਵਰਲਡ ਕਲਾਸ ਇਨਫਰਾਸਟਰਕਚਰ ਸੈਕਿੰਡ ਚੀਜ਼ ਇਕੱਲਾ ਇਨਫਰਾਸਟਰਕਚਰ ਨਹੀਂ ਪੰਜਾਬ ਦਾ ਕੋਈ ਵੀ ਸਕੂਲ ਬੱਚਿਆਂ ਨੂੰ ਐਕਸਪੋਜਰ ਵਿਜ਼ਿਟਸ ਨਹੀਂ ਦਿੰਦਾ ਵੀ ਆਰ ਦ ਓਨਲੀ ਸਕੂਲਸ ਜੋ ਬੱਚਿਆਂ ਨੂੰ ਐਕਸਪੋਜਰ ਵਿਜ਼ਿਟ ਦਿੰਦੇ ਅਗਰ ਬੱਚਾ ਇਹ ਕਹਿੰਦਾ ਕਿ ਮੈਨੂੰ NDA ਦੇ ਵਿੱਚ ਜਾਣਾ ਮੈਨੂੰ ਆਰਮੀ 'ਚ ਜਾਣਾ ਅਸੀਂ ਉਸਨੂੰ ਐਟਮੋਸਫੇਅਰ ਦਿੰਦੇ ਹਾਂ ਉਹਨੂੰ ਆਰਮੀ ਕੰਟੋਨਮੈਂਟਸ ਭੇਜਦੇ ਉਹਦੇ ਲੈਕਚਰਸ ਔਰਗਨਾਈਜ਼ ਕਰਾਉਂਦੇ ਹਾਂ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਅਗਰ ਬੱਚਾ ਕਹਿੰਦਾ ਮੈਨੂੰ UPSC ਕਲੀਅਰ ਕਰਨਾ ਵੀ ਆਰ ਦ ਓਨਲੀ ਸਕੂਲਸ ਅਸੀਂ ਉਹਨਾਂ ਦੀ ਐਕਸਪੋਜਰ ਵਿਜ਼ਿਟਸ ਕਰਾਉਂਦੇ ਹਾਂ IAS ਆਫਿਸਰਸ ਦੇ ਨਾਲ IPS ਆਫਿਸਰਸ ਦੇ ਨਾਲ PCS ਆਫਿਸਰਸ ਦੇ ਨਾਲ ਤਾਂ ਕਿ ਮਹਿਸੂਸ ਕਰ ਸਕਣ ਅਗਰ ਉਹ ਕਵੇ ਮੈਨੂੰ ਵਕੀਲ ਬਣਾ ਤਾਂ ਅਸੀਂ ਉਹਨਾਂ ਦੀ ਜਿਹੜਾ ਐਕਸਪੋਜਰ ਵਿਜ਼ਿਟ ਜੱਜਸ ਦੇ ਨਾਲ ਤੇ ਲਾਇਰਸ ਨਾਲ ਇਹ ਨਹੀਂ ਹੁੰਦਾ ਕਿਤੇ ਨੀਟ ਕਰਨੀ ਹੈ JEE ਕਲੀਅਰ ਕਰਨਾ ਹੈ ਇੰਡੀਆ ਦੇ ਬੈਸਟ ਜਿਹੜੇ ਕੋਚਿਸ ਨੇ ਉਹਨਾਂ ਨੂੰ ਅਸੀਂ ਬੁਲਾਇਆ ਤੇ ਵਿੰਟਰ ਕੈਂਪ ਆਰਗੇਨਾਈਜ਼ ਕਰਾਏ ਕੋਈ ਪ੍ਰਾਈਵੇਟ ਸਕੂਲ ਨਹੀਂ ਕਰਾਉਂਦਾ ਠੀਕ ਹੈ ਅਸੀਂ ਵੀ ਆਰ ਦਾ ਓਨਲੀ ਸਕੂਲਸ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦਾ ਸਕੂਲ ਆਫ ਐਮੀਨੈਂਸ ਇੱਕ ਲੌਤਾ ਪੰਜਾਬ ਤੋਂ ਸਕੂਲ ਸੀਗਾ ਜੋ ਚੰਦਰਯਾਨ ਲਾਂਚ ਦੇਖਣਗੇ ਸਾਡੇ ਬੱਚੇ ਕਿਸੇ ਪ੍ਰਾਈਵੇਟ ਸਕੂਲ ਨੇ ਨਹੀਂ ਭੇਜੇ ਰਾਈਟ ਚਲੋ ਮੈਂ ਮੇਰਾ ਇੱਕ ਸਵਾਲ ਜਪਾਨ ਬੱਚੇ ਗਏ ਸਿਰਫ ਸਾਡੇ ਸਰਕਾਰੀ ਸਕੂਲ ਚੋਂ ਗਏ ਆ ਸੋ ਇਹ ਲਿਸਟ ਇਹ ਦੇਖੋ ਇਹ ਲੰਬਾ ਹੈ ਅੱਜ ਜੇ ਤੁਸੀਂ ਮੈਨੂੰ ਪੁੱਛੋ ਕਿ ਸਾਰੇ ਸਕੂਲ ਠੀਕ ਹੋ ਗਏ ਸੈਕਿੰਡ ਕੁਐਸਚਨ ਨਹੀਂ ਸ਼ੁਰੂਆਤ ਹੋਈ ਹੈ ਅੱਗੇ ਕੀ ਸੀਗਾ ਸਕੂਲ ਆਫ ਐਮੀਨੈਂਸ ਦਾ ਕਨਸੈਪਟ ਕੀ ਆਇਆ ਕਿਉਂ ਆਇਆ ਉਹ ਕਹਿੰਦੇ ਜੀ ਤੁਸੀਂ ਸਾਰੇ ਬੱਚਿਆਂ ਤੇ ਫੋਕਸ ਕਿਉਂ ਨਹੀਂ ਕਰਦੇ ਹੋਇਆ ਕਿ ਜੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਬਹੁਤ ਹੋਣਹਾਰ ਨੇ ਉਹ ਉਸ ਸਿਸਟਮ ਦੇ ਵਿੱਚ 29 ਲੱਖ ਬੱਚੇ ਆ ਉਸ ਸਿਸਟਮ 'ਚੋਂ ਕਿਤੇ ਨਾ ਕਿਤੇ ਗੁੰਮ ਹੋ ਜਾਂਦੇ ਸੀ ਗੁਆਚ ਜਾਂਦੇ ਨੇ ਕਿਤੇ ਉਹ ਬੱਚੇ ਦੇ ਵਿੱਚ ਸਾਇੰਟਿਸਟ ਬਣਨ ਦੀ ਕਾਬਲੀਅਤ ਹੈ ਪਰ ਕਿਉਂਕਿ ਉਹਦੇ ਮਾਤਾ ਪਿਤਾ ਉਹਨੂੰ ਚੰਗੇ ਸਕੂਲ 'ਚ ਨਹੀਂ ਭੇਜ ਸਕੇ ਉਹ ਗੁੰਮ ਹੋ ਜਾ ਹਾਂ ਆਪਣੀ ਮਿਹਨਤ ਬਹੁਤ ਸਾਰੇ ਬਣ ਵੀ ਗਏ ਹੋਣਗੇ ਪਰ ਉਹ ਕਿਤੇ ਨਾ ਕਿਤੇ ਉਸ ਸਿਸਟਮ 'ਚ ਗੁੰਮ ਹੋ ਜਾਂਦੇ ਸੀ ਅਸੀਂ ਉਹ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਕੱਠੇ ਕੀਤਾ ਤੇ ਕਿਹਾ ਬੇਟਾ ਤੁਹਾਡੀ ਵਰਦੀ ਸਭ ਤੋਂ ਸ਼ਾਨਦਾਰ ਹੋਊਗੀ ਤੁਹਾਡੀ ਟਰਾਂਸਪੋਰਟ ਦੀ ਟੈਨਸ਼ਨ ਸਾਡੀ ਤੁਸੀਂ ਪੜ੍ਹੋ ਇਹ ਹੈ ਹੁਣ ਸੈਕਿੰਡ ਆ ਗਿਆ ਜਿਹੜੇ ਦੂਜੇ ਸਕੂਲ ਹੈ ਜੇ ਮੈਂ ਤੁਹਾਨੂੰ ਦੱਸਿਆ 8000 ਸਕੂਲਾਂ 4 ਦੀਵਾਰੀ ਬਣ ਰਹੀ ਹੈ ਤੁਹਾਡੇ ਸਕੂਲਾਂ ਦੇ ਵਿੱਚ ਵਾਸ਼ਰੂਮ ਨਹੀਂ ਸੀ ਅਸੀਂ ਵਾਸ਼ਰੂਮ ਬਣਾ ਰਹੇ ਹਾਂ 13000 ਨਵੇਂ ਕਮਰੇ ਬਣੇ ਹੈ ਅੱਜ ਦਾ ਡਾਟਾ ਹੈ ਅੱਜ ਦੀ ਫਿਗਰ ਹੈ 19000 ਸਕੂਲ ਹੈ ਮੇਰੇ ਕੋਲ 10000 ਸਕੂਲਾਂ 'ਚ ਵਾਈਫਾਈ ਲੱਗ ਚੁੱਕਿਆ ਤੁਸੀਂ ਵੈਰੀਫਾਈ ਕਰ ਸਕਦੇ ਅੱਜ ਤੋਂ ਪਹਿਲਾਂ ਵਾਈਫਾਈ ਨਹੀਂ ਸੀਗਾ ਯਾਨੀ ਦੂਰ ਦੂਰ ਬਾਰਡਰ ਦੇ ਸਕੂਲ ਤੁਸੀਂ ਕਹਿੰਦੇ ਹੋ ਸਮਾਰਟ ਐਜੂਕੇਸ਼ਨ ਦੇਖੋ
ਕੀ ਪਲੈਨਿੰਗ ਆ ਸੀ, ਕੀ ਸੀ ਰੱਬ ਜਾਣੇ। ਬਸ ਆਲ ਸਕੂਲ ਹੈ, ਪ੍ਰੋਜੈਕਟਰ ਲੱਗਿਆ, ਜਾ ਕੇ ਸਪੀਕਰ ਮੈਂ ਖੋਲਿਆ, ਉਹ ਪ੍ਰੋਜੈਕਟਰ ਕਦੀ ਚੱਲਿਆ ਹੀ ਨਹੀਂ, ਉੱਥੇ ਤਾਂ ਮੋਬਾਈਲ ਦੀ ਰੇਂਜ ਨਹੀਂ ਆਉਂਦੀ ਰਾਈਟ, ਕਿੱਥੋਂ ਜਾਣੀ, ਜਿਹੜਾ ਟੀਚਰ ਵੀ ਹੁੰਦਾ ਸੀ ਉਹਦੀ ਮੋਬਾਈਲ ਦੀ ਨਹੀਂ ਰੇਂਜ ਆਉਂਦੀ ਸੀ, ਉੱਥੇ ਹੁਣ ਵਾਈਫਾਈ ਲੱਗ ਗਿਆ। ਸੋ 10,000 ਸਕੂਲਾਂ 'ਚ ਅਸੀਂ ਵਾਈਫਾਈ ਲਗਾਏ ਹੈ। ਅੱਜ ਪੰਜਾਬ ਦਾ ਕੋਈ ਵੀ ਇੱਦਾਂ ਦਾ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈ ਜਿਹਦੇ ਵਿੱਚ 500 ਤੋਂ ਵੱਧ ਬੱਚੇ ਹੋਣ ਅਤੇ ਮੇਰੇ ਦੋ ਸਿਕਿਉਰਿਟੀ ਗਾਰਡ ਤੁਹਾਨੂੰ ਬਾਹਰ ਖੜ੍ਹੇ ਨਾ ਮਿਲਣ। ਦੋ ਸਿਕਿਉਰਿਟੀ ਗਾਰਡ ਸਾਡੇ ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ ਹੈ, ਇਹ ਜਾਣੀ ਮੈਂ ਨਹੀਂ ਕਹਿ ਰਿਹਾ ਕਰਾਂਗੇ, ਕਰ ਚੁੱਕੇ ਹਾਂ ਅਸੀਂ, ਕੈਂਪਸ ਮੈਨੇਜਰ ਆ ਚੁੱਕੇ ਹੈ। ਅੱਜ ਤੱਕ ਸਕੂਲਾਂ ਦੇ ਵਿੱਚ ਕੋਈ ਕਲੀਨਿੰਗਨੈਸ ਦਾ ਪੈਸਾ ਹੀ ਨਹੀਂ ਦਿੱਤਾ ਗਿਆ, ਸਕੂਲ ਗੰਦੇ, ਬਾਥਰੂਮ ਗੰਦੇ। 3,000 ਰੁਪਏ ਮਹੀਨੇ ਤੋਂ ਲੈ ਕੇ 50,000 ਰੁਪਇਆ ਹਰ ਮਹੀਨਾ ਸਕੂਲ ਸਾਫ਼ ਕਰਨ ਨੂੰ ਮਿਲ ਰਿਹਾ। ਤੁਸੀਂ ਟੀਚਰਸ ਨੂੰ ਵੇਰੀਫਾਈ ਕਰ ਸਕਦੇ ਹੋ ਕਿ ਹਰਜੋਤ ਬੈਂਸ ਆਏ ਸੀ ਬੋਲ ਕੇ ਗਏ, ਸੱਚ ਹੈ ਕਿ ਝੂਠ ਹੈ। ਯਾਨੀ ਆਈ ਐਮ ਸੇਇੰਗ ਵਿਦ ਕਿ ਜੇ ਕੋਈ ਕਮੀ ਹੋਈ ਤਾਂ ਮੈਂ ਖੁਸ਼ ਹੋਊਂਗਾ, ਜੇ ਤੁਸੀਂ ਕੋਈ ਸਕੂਲ ਲੱਭ ਕੇ ਲੈ ਕੇ ਆਉਂਗੇ ਤਾਂ ਮੈਂ ਇਹ ਨਹੀਂ ਬੁਰਾ ਨਹੀਂ ਮੰਨੂੰਗਾ, ਮੈਂ ਉਹ ਵੀ ਠੀਕ ਕਰੂੰਗਾ, ਮੈਂ ਖੁਸ਼ ਹੋਊਂਗਾ। ਇੱਕ ਟੀਚਰਾਂ ਦਾ ਗਿਲਾ, ਮੈਂ ਉਸਦਾ ਜ਼ਿਕਰ ਕਰ ਦਵਾਂ, ਬਹੁਤ ਸਾਰੇ ਜਿਹੜੇ ਬੱਚੇ ਬੈਠੇ ਹੋਏ ਨੇ ਮੈਂ ਉਹਨਾਂ ਨਾਲ ਗੱਲ ਕਰਾਂਗਾ, ਪਰ ਉਸ ਤੋਂ ਇੱਕ ਪਹਿਲਾਂ ਸਵਾਲ ਹੈ। ਬਹੁਤ ਸਾਰੇ ਟੀਚਰਾਂ ਨਾਲ ਜਦੋਂ ਮੈਂ ਗੱਲ ਕਰਦਾ ਉਹ ਇਹ ਕਹਿੰਦੇ ਨੇ ਕਿ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਨੋ ਡਾਊਟ, ਪਰ ਬਹੁਤ ਕੁਝ ਐਸੇ ਕੰਮ ਨੇ ਜਿਹੜੇ ਅਲੱਗ ਅਲੱਗ ਹੁੰਦੇ ਨੇ ਜਿਨ੍ਹਾਂ ਦਾ ਸਟੱਡੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦੇ ਚੱਕਰਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਹਾਮ ਹੁੰਦੀ ਰਹਿੰਦੀ ਹੈ। ਮੈਂ ਸੈਮੀਨਾਰਸ ਦਾ ਜ਼ਿਕਰ ਨਹੀਂ ਕਰ ਰਿਹਾ। ਔਰ ਇੱਕ ਪੁਆਇੰਟ ਉਹਨਾਂ ਦਾ ਇਹ ਵੀ ਹੁੰਦਾ ਕਿ ਕਈ ਵਾਰੀ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਸਕੂਲਾਂ ਦੀ ਰੈਂਕਿੰਗਸ ਦੇ ਲਈ ਕੁਝ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਲਈ ਪ੍ਰਿਪੇਅਰ ਕਰੋ, ਟੀਚਰਸ ਉਸਦੇ ਵਿੱਚ ਲੱਗੇ ਰਹਿੰਦੇ ਆ, ਤਾਂ ਬੱਚਿਆਂ ਦੀ ਪੜ੍ਹਾਈ ਹਾਮ ਹੁੰਦੀ ਹੈ। ਇਹ ਇੱਕ ਪੁਆਇੰਟ ਹੈ ਕਿ ਟੀਚਰਾਂ ਦਾ ਇੱਕ ਤਰੀਕੇ ਨਾਲ ਕਹਿ ਲਓ ਕਿ ਗਿਲਾ। ਇੱਕ ਇੱਕ ਚੀਜ਼ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਦੋਸਤ, ਇੱਕ ਤਾਂ ਸੀ ਜਿਵੇਂ ਅੱਜ ਵਾਲਾ ਇਵੈਂਟ ਸੀ ਜਿਹੜਾ ਮਾਨਯੋਗ ਸੀਐਮ ਸਾਹਿਬ ਦਾ, ਹੁਣ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਫਿਰ ਡੀਓ ਆਫਿਸ ਦੇ ਵਿੱਚ ਹੈੱਡ ਕਲਰਕ ਹੀ ਨਹੀਂ ਸੀਗੇ, ਟੀਚਰ ਕਰਦੇ ਰਹਿੰਦੇ ਹੋ, ਟੀਚਰ ਕੰਮ ਬੀਐਲਓ ਦਾ ਕੰਮ ਕਰਦੇ ਰਹਿੰਦੇ ਹੋ, ਬੜੇ ਪਰੇਸ਼ਾਨ ਅੱਜ 300 ਕਲਰਕ ਦੇਤੇ ਆ, ਹੁਣ ਉਹ ਜਾਣੀ ਸਿਸਟਮ 'ਚ ਐਡ ਆਨ ਹੋਣਗੇ, ਡੀਓ ਆਫਿਸ ਖਾਲੀ ਪਏ ਨੇ, ਸਕੂਲਾਂ 'ਚ ਜਾਣਗੇ, ਪਰ ਉਹਦੇ ਵਿੱਚ ਵੀ ਇਹ ਕਿਹਾ ਕਿ ਜਿਹੜੇ ਸਕੂਲ 'ਚ ਜ਼ਿਆਦਾ ਬੱਚੇ ਆ ਪਹਿਲਾਂ ਉੱਥੇ ਭੇਜੋ ਤਾਂ ਕਿ ਟੀਚਰਾਂ ਦਾ ਬੋਝ ਘਟੇ। ਕੈਂਪਸ ਮੈਨੇਜਰ ਆ ਚੁੱਕਿਆ, ਟੀਚਰਾਂ ਦਾ ਬੋਝ ਘਟ ਗਿਆ। ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਹੁਣ ਤੱਕ ਤਾਂ ਉਹਨਾਂ ਨੂੰ ਬੋਰਡ ਨੇ ਕਿਤਾਬ ਛਾਪ ਕੇ ਦਿੱਤੀ, ਕਿਤਾਬ ਲੈ ਕੇ ਕੌਣ ਆਊਗਾ, ਟੀਚਰ ਜਾਊਗਾ। ਅੱਛਾ ਉਹ ਵੀ ਇੱਦਾਂ ਦਾ ਸਿਸਟਮ ਸੀਗਾ ਕਿ ਜੀ ਅੱਜ ਉਹ ਹਿੰਦੀ ਦੀ ਕਿਤਾਬ ਲੈਣ ਜਾ ਰਹੇ ਆ, ਕੱਲ੍ਹ ਮੈਥ ਦੀ ਕਿਤਾਬ ਆ ਗਈ, ਪਰਸੋਂ ਸਾਇੰਸ ਦੀ ਆ ਗਈ, ਉਹ ਵੀ ਇਕੱਠੀਆਂ ਨਹੀਂ ਆ ਰਹੀਆਂ, ਜਾਂ ਤਾਂ ਉਹ ਵੀ ਕਿ ਚਲੋ ਮੰਨਿਆ ਫਿਰ ਵੀ। ਸੋ ਦੇ ਆਰ ਰਾਈਟ, ਉਹ ਸਹੀ ਨੇ, ਫਰਲਾ ਦਾ ਵੀ ਤਰੀਕਾ ਹੋ ਜਾਂਦਾ। ਹਾਂ ਇਹ ਉਹ ਸਹੀ ਨੇ, ਇਹਨੂੰ ਬਦਲ ਰਹੇ ਆ, ਇਹਨੂੰ ਕਾਫੀ ਕੁਛ ਠੀਕ ਕਰ ਰਹੇ ਆ। ਠੀਕ ਆ, ਅਸੀਂ ਥੋੜੇ ਜਿਹੇ ਸਵਾਲ ਲੈਣ ਦੀ ਮੈਂ ਕੋਸ਼ਿਸ਼ ਕਰਾਂਗਾ। ਜਿਹੜੇ ਸਟੂਡੈਂਟਸ ਹੈਗੇ ਆ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ, ਇੱਕ ਤਾਂ ਹੱਥ ਖੜਾ ਕਰ ਲਿਓ ਜਿਨ੍ਹਾਂ ਨੇ ਸਵਾਲ ਪੁੱਛਣਾ, ਔਰ ਦੂਜਾ ਬਹੁਤ ਛੋਟਾ ਸਵਾਲ ਰੱਖਿਓ, ਬਿਲਕੁਲ ਟੂ ਲਾਈਨਰ ਜਿਵੇਂ ਹੁੰਦਾ ਹੈ। ਜੇਕਰ ਕੋਈ ਸਵਾਲ ਪੁੱਛਣਾ ਚਾਹੇ ਮੈਂ ਖੁਦ ਆ ਜਾਵਾਂਗਾ ਉਹਨਾਂ ਦੇ ਕੋਲ। ਕੋਈ ਸਵਾਲ ਪੁੱਛਣਾ ਚਾਹੇ, ਇੱਕ ਪਿੱਛੇ ਮੇਰੇ ਕੋਲ ਹੱਥ ਹੈ, ਕੋਈ ਹੋਰ ਬੱਚਾ, ਕੋਈ ਟੀਚਰ, ਕੋਈ ਸਵਾਲ ਪੁੱਛਣਾ ਚਾਹੇ। ਠੀਕ ਹੈ, ਮੈਂ ਕੋਸ਼ਿਸ਼ ਕਰਦਾ ਕਿ ਮੈਂ ਤੁਹਾਡੇ ਕੋਲ ਆਵਾਂ, ਤੁਸੀਂ ਥੋੜ੍ਹਾ ਜਿਹਾ ਅੱਗੇ ਜ਼ਰੂਰ ਆ ਜਿਓ ਕਿਉਂਕਿ ਇਹ ਥੋੜ੍ਹੀ ਲਾਈਟਿੰਗ ਵੀ ਜ਼ਰੂਰ ਹੋਵੇ। ਤੁਸੀਂ ਕੀ ਸਵਾਲ ਹੈ, ਤੁਹਾਡਾ ਕੀ ਪੁੱਛਣਾ ਹੈ? ਸਰ, ਆਈ ਵਾਂਟ ਟੂ ਆਸਕ ਕਿ ਆਪਕੀ ਟੀਚਰਸ ਤੋਂ ਪੂਰੇ ਨਹੀਂ ਹੈ ਸਕੂਲਸ ਮੇਂ, ਔਰ ਅਨਇੰਪਲੋਇਮੈਂਟ ਬਹੁਤ ਹੈ, ਹਾਓ ਯੂ ਆਰ ਟਰਾਇੰਗ ਟੂ ਬੈਲੈਂਸ ਇਟ? ਮੈਮ, ਯੂ ਆਰ ਰਾਈਟ, ਬਟ ਨਾਓ ਦਿਸ ਇਜ਼ ਨਾਟ ਅ ਕੰਪਲੀਟਲੀ ਟਰੂ ਸਟੇਟਮੈਂਟ। ਇਨ ਲਾਸਟ 2 ਈਅਰਸ ਵੀ ਹੈਵ ਐਡਿਡ ਮੋਰ ਦੈਨ, ਸਿੰਸ ਤੁਸੀਂ ਇੰਗਲਿਸ਼ ਪੁੱਛਿਆ ਮੈਂ ਤਾਂ ਇੰਗਲਿਸ਼ ਜਵਾਬ ਦੇ ਰਿਹਾ। ਅਸੀਂ ਪਿਛਲੇ 2 ਸਾਲਾਂ ਦੇ ਵਿੱਚ 10,000 ਟੀਚਰਸ ਨੂੰ ਸਿਸਟਮ ਦੇ ਵਿੱਚ ਐਡ ਔਨ ਕੀਤਾ। ਅੱਜ ਵੀ ਈਵਨ ਅੱਜ ਵੀ ਮੇਰੀ 2 ਭਰਤੀਆਂ ਹਾਈ ਕੋਰਟ ਵਿੱਚ ਨੇ, ਠੀਕ ਹੈ ਨੇ ਜੀ, ਅਸੀਂ ਹਾਲਾਂਕਿ ਉਹ ਮੇਰੇ ਪਿੰਡ ਬੈਠੇ, ਬਟ ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਮੀਟਿੰਗ ਕਰਕੇ ਆਇਆ, ਐਂਡ ਅਸੀਂ ਲੀਗਲ ਬੈਟਲ ਲੜ ਰਹੇ ਹਾਂ। ਮੇਰੀ 5994 ਭਰਤੀ ਹਾਈ ਕੋਰਟ ਦੇ ਵਿੱਚ ਹੁਣ 3 ਮਾਰਚ ਡੇਟ ਪਈ ਹੈ, ਪਰਸੋਂ ਤਰੀਕ ਸੀ, ਅਸੀਂ ਆਪਣਾ ਪੂਰਾ ਜ਼ੋਰ ਲਾਇਆ ਹੋਇਆ। ਅਗਰ ਉਹ ਟੀਚਰ ਆ ਜਾਣ ਮੇਰੇ ਕੋਲ
ਤਾਂ ਪੰਜਾਬ ਦੇ ਵਿੱਚ ਕੋਈ ਵੀ ਇੱਦਾਂ ਦਾ ਸਕੂਲ, ਪ੍ਰਾਇਮਰੀ ਸਕੂਲ ਸਾਡੇ 13,000 ਸਕੂਲ ਹੈ, ਉਹ ਭਰਤੀ ਮੇਰੀ ਕਲੀਅਰ ਹੁੰਦੀ ਹੈ ਅਤੇ ਉਹਦੇ ਲਈ ਅਸੀਂ ਪੂਰੀ ਜੀ ਜਾਨ ਲਾਈ ਹੋਈ ਹੈ ਅਸੀਂ, ਤਾਂ ਪੰਜਾਬ ਦੇ ਵਿੱਚ ਕੋਈ ਵੀ ਇੱਦਾਂ ਦਾ ਪ੍ਰਾਇਮਰੀ ਸਕੂਲ ਨਹੀਂ ਹੋਊਗਾ ਜੋ ਟੀਚਰਲੈਸ ਜਾਂ ਸਿੰਗਲ ਟੀਚਰ ਸਕੂਲ ਹੋਵੇ। ਸਾਡੇ ਟੋਟਲ ਸਕੂਲਸ ਜਿਹੜੇ ਆ ਪਰਫੈਕਟ ਹੋ ਜਾਣਗੇ। ਉਹ ਹੁਣ ਹਾਈਕੋਰਟ 'ਚ ਮੇਰੀ ਇੱਕ ਬੇਨਤੀ ਹੈ, ਉਹ ਇਟ ਇਜ਼ ਇਨ ਦੇ। ਅਸੀਂ ਲੈਕਚਰਾਰਸ ਦੀ ਭਰਤੀ ਉਹ ਬਹੁਤ ਜਲਦੀ ਲੈ ਕੇ ਆ ਰਹੇ ਹਾਂ। ਅੱਜ ਤੁਸੀਂ ਜਾ ਕੇ ਦੇਖੋ, ਮੈਂ ਆਪ ਤੁਹਾਨੂੰ ਦੱਸਦਾ, ਜਿੰਨੇ ਸੀਨੀਅਰ ਸੈਕੰਡਰੀ ਸਕੂਲਸ ਨੇ ਮੈਂ ਜਾ ਕੇ ਦੇਖਿਆ, ਜਿਹੜੇ ਤਾਂ ਸ਼ਹਿਰਾਂ 'ਚ ਨੇ, ਉਹਨਾਂ ਦੇ ਵਿੱਚ ਲੈਕਚਰ ਦੀ ਇੱਕ ਵੀ ਲੈਕਚਰ ਮਿਸਿੰਗ ਨਹੀਂ ਹੈ। ਜਿੱਦਾਂ ਹੀ ਤੁਸੀਂ ਕਿਸੇ ਪਿੰਡ ਦੇ ਸਕੂਲ 'ਚ ਜਾਂਦੇ, ਉੱਥੇ ਇੱਕ ਵੀ ਲੈਕਚਰਾਰ ਨਹੀਂ ਹੈ, ਕਿਉਂਕਿ ਉਹ ਲੈਕਚਰਾਰ ਸਾਰੇ ਸ਼ਹਿਰਾਂ 'ਚ ਆ ਗਏ। ਹੁਣ ਅਸੀਂ ਉਹ ਨਵੀਂ ਭਰਤੀ ਕਰ ਰਹੇ ਹਾਂ, ਉਹ ਵੀ ਜਿਹੜੀ ਹੈ ਬਹੁਤ ਜਲਦੀ ਆ ਰਹੀ ਹੈ ਉਹ ਭਰਤੀ। ਵੀ ਆਰ ਗੈਟਿੰਗ ਲੈਕਚਰਰਸ। ਸੋ ਇਹ ਕਹਿਣਾ 10,000 ਟੀਚਰਸ ਵਿਦ ਇਨ ਅ ਸਪੈਮ ਆਫ 20-22 ਮਹੀਨੇ ਅਸੀਂ ਐਡ ਆਨ ਕੀਤੇ ਹੈ ਜੀ। ਠੀਕ ਹੈ, ਚਲੋ ਮੈਂ ਇੱਕ ਦੋ ਕਾਊਂਟਰ ਕੁਐਸਚਨ ਨਹੀਂ, ਮੈਂ ਪਲੀਜ਼ ਤੁਹਾਡੇ ਕੋਲ ਆਉਂਦਾ, ਮੈਂ ਸਭ ਨੂੰ ਐਡ ਕਰ ਲਵਾਂ ਇੱਕ ਵਾਰੀ, ਸਭ ਨੂੰ ਮੈਂ ਮੌਕਾ ਦੇਵਾਂਗਾ। ਮੈਂ ਕੋਸ਼ਿਸ਼ ਕਰ ਰਿਹਾ ਕਿ ਕੁਝ ਬੱਚਿਆਂ ਦਾ ਮੈਂ ਜ਼ਰੂਰ ਕੁਐਸਚਨ ਲੈ ਲਵਾਂ, ਕਿ ਕੁਝ ਜਿਹੜੇ ਸਟੂਡੈਂਟਸ ਹੈਗੇ ਨੇ, ਤੁਸੀਂ ਥੋੜ੍ਹਾ ਜਿਹਾ ਅੱਗੇ ਆ ਜਾਓ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਵਿੰਦਰ ਸਿੰਘ ਹੈ ਜੀ। ਮਨਵਿੰਦਰ, ਆਈ ਐਮ ਸਟੱਡਿੰਗ ਇਨ SOE ਫੀਲ ਖਾਨਾ ਪਟਿਆਲਾ। ਆਪਾਂ ਪਹਿਲਾਂ ਵੀ ਮਿਲ ਚੁੱਕੇ ਹਾਂ ਨਾ? ਹਾਂਜੀ ਸਰ, ਚੰਦਰਯਾਨ ਦੀ ਲਾਂਚਿੰਗ ਵੇਲੇ। ਸੋ ਇਹ ਦੇਖੋ, ਤੁਸੀਂ ਉੱਥੇ ਗਏ ਸੀ ਚੰਦਰਯਾਨ ਦੀ ਲਾਂਚਿੰਗ ਤੇ? ਯੈਸ ਸਰ, ਮੈਂ ਉਹੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਜੋ ਸਾਡਾ ਪਹਿਲੀ ਵਾਰ, ਇੱਕ ਪਹਿਲਾ ਐਕਸਪੀਰੀਅੰਸ ਹੈ। ਬਸ ਕੁਐਸਚਨ ਪੁੱਛਾਂਗਾ। ਮੇਰਾ ਪਹਿਲਾ ਟਾਈਮ ਸੀਗਾ, ਫਸਟ ਐਕਸਪੀਰੀਅੰਸ ਸੀਗਾ ਕਿ ਮੈਂ ਫਲਾਈਟ 'ਚ ਬੈਠਿਆ, ਆਈ ਸੈਟ ਇਨ ਫਲਾਈਟ ਦੇ। ਸੈਕਿੰਡ, ਮੇਰਾ ਇੱਕ ਸਰ ਨੇ ਐਕਸਪੋਜ਼ਰ ਵਿਜ਼ਿਟ ਕੀਤੀ ਸੀਗੀ, ਸ਼ੁਰੂ ਕਰਵਾਈ ਸੀਗੀ। ਮੈਂ, ਮੇਰਾ ਡ੍ਰੀਮ ਹੈ ਟੂ ਬਿਕਮ ਐਨ IAS ਔਫਿਸਰ, ਐਂਡ ਆਈ ਹੈਡ ਵਿਜ਼ਿਟ ਦ DC ਔਫਿਸ ਪਟਿਆਲਾ ਐਂਡ ਮੀਟ ਵਿਦ ਓਨਰੇਬਲ DC ਮੈਡਮ ਪਟਿਆਲਾ, ਮਿਸ ਸਾਕਸ਼ੀ ਸਾਨੀ IAS। ਐਂਡ ਜੋ ਉੱਥੇ ਮੈਨੂੰ ਮਿਲਿਆ, ਉੱਥੇ ਜੋ ਸਰ ਦੀ ਇਸ ਓਪਰਚੁਨਿਟੀ ਕਰਕੇ ਜੋ ਮੈਨੂੰ ਮਿਲਿਆ, ਉਹਨਾਂ ਨੇ ਜੋ ਇੰਸਟਰਕਸ਼ਨਸ ਦਿੱਤੀਆਂ, ਗਾਈਡੈਂਸ ਦਿੱਤੀਆਂ, ਉਸ ਕਰਕੇ ਮੈਂ ਥੈਂਕ ਯੂ ਕਰਨਾ ਇੱਕ ਵਾਰ ਸਰ ਦਾ ਵੀ। ਅਤੇ ਮੇਰਾ ਕੋਈ ਕੁਐਸਚਨ ਹੈ, ਅਸੀਂ +2 ਕਰ ਲਾਂਗੇ, 10th +2 ਕਰ ਲਾਂਗੇ, ਉਸ ਤੋਂ ਬਾਅਦ ਸਰ ਜਿਹੜਾ ਅਸੀਂ ਹਾਇਰ ਐਜੂਕੇਸ਼ਨ 'ਚ ਜਾਵਾਂਗੇ, ਕਿ ਸਾਨੂੰ ਉੱਥੇ ਫੈਸਿਲਿਟੀ ਮਿਲਣਗੀਆਂ? ਦੇਵਾਂਗੇ ਜ਼ਰੂਰ। ਦੇਖੋ, ਮੁੰਡਾ ਕੌਨਫੀਡੈਂਟ ਬਹੁਤ ਹੈ, ਪਰ ਥੋੜ੍ਹਾ ਜਿਹਾ ਨਰਵਸ ਹੋਇਆ ਲੱਗ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਗੌਰਵ ਤੁਹਾਡਾ ਵੀ ਧੰਨਵਾਦ ਕਰਦਾ, News 18 ਦਾ ਵੀ ਧੰਨਵਾਦ ਕਰਦਾ। ਤੁਸੀਂ, ਮੈਂ ਦੇਖ ਲਿਆ ਮੇਰੇ ਬਹੁਤ ਸਾਰੇ ਸਕੂਲ ਆਫ ਫੈਮਿਨੈਂਸ ਦੇ ਬੱਚੇ ਤੁਸੀਂ ਇੱਥੇ ਬੁਲਾਇਆ, ਤਾਂ ਇਹ ਵੀ ਇਹਨਾਂ ਲਈ ਐਕਸਪੋਜ਼ਰ ਵਿਜ਼ਿਟ ਹੈ। ਤੁਸੀਂ, ਦਿਸ ਇਜ਼ ਆਲਸੋ ਐਨ ਐਕਸਪੋਜ਼ਰ ਵਿਜ਼ਿਟ ਫੋਰ ਦੈਮ। ਤੁਹਾਡਾ ਧੰਨਵਾਦ। ਅਤੇ ਬਿਲਕੁਲ ਸਹੀ ਹੈ ਮਾਨਵਿੰਦਰ, ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਵੀ ਇਹ ਫੈਸਿਲਿਟੀਜ਼ ਦੇਵਾਂਗੇ, ਬਹੁਤ ਸਾਰਾ ਸੁਧਾਰ ਉੱਥੇ ਵੀ ਕਰ ਰਹੇ ਹਾਂ। ਅਤੇ ਇਹ ਮੈਨੂੰ ਤਾਂ ਹੀ ਯਾਦ ਹੈ, ਇਹ ਬੱਚਾ ਸਾਡੇ ਨਾਲ ਉੱਥੇ ਗਿਆ ਸੀ, ਅਤੇ ਸੇਮ ਅਸੀਂ ਫਲਾਈਟ 'ਤੇ ਬਹੁਤ ਸਾਰੇ, ਮੇਰੇ ਖਿਆਲ ਸਾਰੇ ਬੱਚੇ ਪਹਿਲੀ ਵਾਰੀ ਫਲਾਈਟ 'ਚ ਬੈਠੇ ਸੀ, ਅਤੇ ਅਸੀਂ ਇੱਕੋ ਹੋਟਲ 'ਚ ਰੁਕੇ। ਅਤੇ ਹੁਣ ਇਹ ਬੱਚੇ ਕਦੇ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਮਾਰ ਨਹੀਂ ਖਾਣਗੇ। ਬਿਲਕੁਲ, ਇਹ ਯਾਦ ਵੀ ਰੱਖਣਗੇ ਅੱਗੇ ਨੂੰ, ਫਲਾਈਟ 'ਚ ਤਾਂ ਡੈਫੀਨੇਟਲੀ ਬੈਠਣਗੇ, ਤਾਂ ਮੈਨੂੰ ਲੱਗਦਾ ਕਿ ਹਮੇਸ਼ਾ ਯਾਦ ਰਹੇਗਾ ਕਿ ਪਹਿਲੀ ਵਾਰ ਕਦੋਂ ਅਸੀਂ ਜਹਾਜ਼ 'ਚ ਬੈਠੇ ਸੀ। ਇੱਕ ਪਿੱਛੇ ਵੀ ਹੈ, ਇੱਕ ਇੱਧਰ ਸਟੂਡੈਂਟ ਵੀ ਮੈਨੂੰ ਨਜ਼ਰ ਆਏ, ਮੈਂ ਇੱਕ ਵਾਰ ਉਹਨਾਂ ਨਾਲ ਗੱਲ ਕਰ ਲਵਾਂ, ਫਿਰ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਹੋਰ ਸਾਡੇ ਆਡੀਅੰਸ ਦੇ ਵਿੱਚ ਲੋਕ ਹੈਗੇ ਉਹਨਾਂ ਨਾਲ ਗੱਲ ਕਰ ਸਕਾਂ। ਤੁਸੀਂ ਥੋੜ੍ਹੇ ਅੱਗੇ ਆ ਜਾਓ। ਤੁਸੀਂ ਕਿਹੜੇ ਵਾਲੇ ਸਕੂਲ ਤੋਂ ਆਏ ਹੋਏ ਹੋ, ਔਰ ਕੀ ਕਹਿਣਾ? ਗੁੱਡ ਮਾਰਨਿੰਗ ਸਰ, ਗੁੱਡ ਈਵਨਿੰਗ, ਸੋਰੀ ਸਰ, ਗੁੱਡ ਈਵਨਿੰਗ ਸਰ। ਫਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਕੇ ਗੱਲਬਾਤ ਕਰ ਰਹੇ ਹੋ। ਐਂਡ ਸਰ, ਮੈਂ ਤੁਹਾਡੇ ਵੱਲੋਂ ਔਰਗਨਾਈਜ਼ ਕੀਤਾ ਗਿਆ ਜਿਹੜਾ ਰੈਜ਼ੀਡੈਂਸ਼ੀਅਲ ਕੈਂਪ ਸੀਗਾ, ਮੈਂ ਅਟੈਂਡ ਕੀਤਾ। ਸਰ, ਮੇਰਾ ਓਵਰਆਲ ਐਕਸਪੀਰੀਅੰਸ ਉਹਦਾ ਬਹੁਤ ਵਧੀਆ ਰਿਹਾ ਹੈ ਮੇਰਾ।
ਤੁਹਾਡੇ ਵੱਲੋਂ ਜਿਹੜਾ ਸਟਾਫ ਉੱਥੇ ਆਰਗੇਨਾਈਜ਼ ਕੀਤਾ ਗਿਆ ਸੀ ਉਹ ਵੀ ਮੇਰੇ ਲਈ ਬਹੁਤ ਵਧੀਆ ਬੈਨੀਫੀਸ਼ੀਅਲ ਸਟਾਫ ਰਿਹਾ। ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ? ਸਰ, ਸਕੂਲ ਆਫ ਐਮੀਨੈਂਸ ਨਵਾਂਸ਼ਹਿਰ। ਅੱਛਾ। ਐਂਡ ਸਰ, ਉਹ ਸਟਾਫ ਵੀ ਬਹੁਤ ਵਧੀਆ ਸੀਗਾ। ਈਵਨ ਕਿ ਉਹ ਟੀਚਰਸ ਮੈਨੂੰ ਟਿਲ ਡੇਟ ਅੱਜ ਤੱਕ ਵੀ ਮੈਨੂੰ ਟੀਚਰਸ ਉਹ ਗਾਈਡ ਕਰ ਰਹੇ ਨੇ। ਸਰ, ਮੇਰਾ ਇੱਕ ਕੁਐਸਚਨ ਹੈ ਕਿ ਤੁਸੀਂ ਇੰਨੇ ਵੱਡੇ ਵੱਡੇ ਪ੍ਰੋਜੈਕਟਸ ਕੈਰੀ ਆਊਟ ਕਰ ਰਹੇ ਹੋ ਐਂਡ ਤੁਹਾਡੇ ਅੱਗੇ ਹੋਰ ਵੀ ਵਿਜ਼ਨਸ ਨੇ ਜਿੱਦਾਂ ਕਿ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਰਿਹਾ ਹੈ। ਸਰ, ਮੇਰਾ ਕੁਐਸਚਨ ਹੈ ਕਿ ਤੁਸੀਂ ਵੀ ਇੱਕ ਹਿਊਮਨ ਬੀਂਗ ਹੋ, ਤੁਹਾਨੂੰ ਵੀ ਸਟ੍ਰੈਸ ਵਗੈਰਾ ਹੁੰਦਾ ਹੈ, ਸਰ ਤੁਸੀਂ ਇਹਨੂੰ ਟੈਕਲ ਕਿੱਦਾਂ ਕਰਦੇ ਹੋ? ਨਹੀਂ, ਅੱਜ ਕੱਲ੍ਹ ਮੈਂ ਸਹੀ ਹੈ, ਬਹੁਤ ਜ਼ਿਆਦਾ ਸਟ੍ਰੈਸ ਹੁੰਦਾ ਅਤੇ ਅੱਜ ਕੱਲ੍ਹ ਮੈਂ ਸ਼ੂਟਿੰਗ ਟਰਾਈ ਕਰ ਰਿਹਾ ਗੇਮ, ਸੋ ਇਟ ਇਜ਼ ਅ ਵੈਰੀ ਗੁੱਡ। ਯੂ ਆਰ ਗੈਟਿੰਗ ਸਮ ਹੈਲਪ ਫਰੋਮ ਹੋਮ? ਹਾਂਜੀ, ਯੂ ਆਰ ਗੈਟਿੰਗ ਸਮ ਹੈਲਪ ਫਰੋਮ ਹੋਮ? ਨਹੀਂ ਨਹੀਂ, ਹੈਲਪ ਫਰੋਮ ਹੋਮ ਤਾਂ ਨਹੀਂ ਹੈ, ਪਰ ਮੈਂ ਤਾਂ ਕੁਝ ਹੋਰ ਐਡ ਕਰ ਰਿਹਾ ਕਿ ਜਿਹੜਾ ਸਰ ਸ਼ੂਟਿੰਗ ਦਾ ਮਸਲਾ ਹੈ ਨਾ, ਸਟ੍ਰੈਸ ਹੈ ਪਿਛਲੇ ਕੁਝ ਮਹੀਨੇ, ਜ਼ਿਆਦਾ ਤਾਂ ਨਹੀਂ ਹੋਇਆ? ਮੈਂ ਹੋਰ ਮੋਰ ਸਪੈਸੀਫਿਕਲੀ ਬੋਲਾਂ ਕਿ ਆਫਟਰ ਮੈਰਿਜ। ਨਹੀਂ ਨਹੀਂ ਜੀ, ਦੋਸਤ, ਮੈਨੂੰ ਇਹ ਲੱਗਦਾ ਕਿ ਜਦੋਂ ਵੀ ਤੁਸੀਂ ਜਿਵੇਂ ਆਹ ਬੱਚਿਆਂ ਨੂੰ ਮਿਲਦੇ ਹੋ ਜਾਂ ਕੋਈ ਵੀ ਸ਼ਖਸ ਆ ਕੇ, ਜਦੋਂ ਮੈਨੂੰ ਇਹ ਲੱਗਦਾ ਠੀਕ ਹੈ, ਇੱਕ ਵੀ ਸਕੂਲ ਦੀ ਚਾਰ ਦੀਵਾਰੀ ਬਣ ਗਈ ਤਾਂ ਮੈਨੂੰ ਸਕੂਨ ਆਉਂਦਾ। ਮੈਨੂੰ ਲੱਗਦਾ ਕਿ ਰੱਬ ਨੇ ਮੌਕਾ ਦਿੱਤਾ, ਜਿੰਨਾ ਕੰਮ ਤੁਸੀਂ ਕਰ ਸਕੋ ਉਹ ਕਰੋ। ਅਤੇ ਜਿਵੇਂ ਹੁਣ ਇਹ ਬੱਚੀ ਨੇ ਦੱਸਿਆ, ਬੱਚੀ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਪੜ੍ਹ ਰਹੀ ਹੈ, ਤਾਂ ਹੁਣ ਤੁਸੀਂ ਤਾਂ ਵੈਰੀਫਾਈ ਕਰ ਲਓ। ਆਈ ਵਿਜ਼ਿਟਿਡ ਦੈਟ ਸਕੂਲ, ਮੈਂ ਸਕੂਲ 'ਚ ਗਿਆ, ਇਸ ਸਕੂਲ ਦੇ ਵਿੱਚ ਲਿਫਟ ਵੀ ਲੱਗੂਗੀ, ਕੰਮ ਚੱਲ ਰਿਹਾ, ਮੈਨੂੰ ਲੇਟੈਸਟ ਸਟੇਟਸ ਨਹੀਂ ਪਤਾ, ਪਰ ਇਹ ਸਰਕਾਰੀ ਸਕੂਲ ਹੋਊਗਾ ਜਿਹਦੇ ਵਿੱਚ ਲਿਫਟ ਵੀ ਲੱਗੂਗੀ। ਮੈਂ ਸਹੀ ਕਹਿ ਰਿਹਾ? ਕਿੰਨੇ ਫਲੋਰ ਹੈ ਤੁਹਾਡੇ ਸਕੂਲ 'ਚ? ਨਵੀਂ ਬਿਲਡਿੰਗ ਬਹੁਤ ਜਲਦੀ ਬਣ ਰਹੀ ਹੈ ਤੇ ਕਾਫੀ ਤੇਜ਼ੀ ਨਾਲ ਉਹਦਾ ਕੰਮ, ਸਹੀ ਕਹਿ ਰਿਹਾ ਨਾ ਮੈਂ? ਸਰ, ਤੁਸੀਂ ਜਦ ਸਕੂਲ ਆਏ ਸੀ ਉਦੋਂ ਵੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਫਿਰ ਰਿਮੈਂਬਰ ਉਦੋਂ ਵੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਐਂਡ ਸਕੂਲ ਦੇ ਵਿੱਚ ਕਾਫੀ ਜ਼ਿਆਦਾ ਡਿਵੈਲਪਮੈਂਟ ਹੁਣ ਦੇਖਣ ਨੂੰ ਮਿਲ ਰਹੀ ਹੈ। ਸੋ ਥੈਂਕ ਯੂ ਸੋ ਮਚ। ਸਾਡੀ ਕੋਸ਼ਿਸ਼ ਹੈ ਕਿ ਅਸੀਂ 23 ਮਾਰਚ ਦੇ ਆਸ ਪਾਸ ਇਸ ਸਕੂਲ ਨੂੰ ਅਸੀਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਡੈਡੀਕੇਟ ਕਰਾਂਗੇ ਤੇ ਬਹੁਤ ਸ਼ਾਨਦਾਰ, ਇਹਦਾ ਆਊਟਰ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਬਣ ਰਿਹਾ ਸਕੂਲ ਦਾ। ਬਹੁਤ ਸਾਰੇ ਹੈਂਡ ਰੇਜ਼ ਹੋ ਰਹੇ ਸੀ ਪਰ ਮੈਂ ਮਾਫੀ ਚਾਹੂੰਗਾ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਇਸ ਕਰਕੇ ਮੈਂ ਹੋਰ ਸਵਾਲ ਨਹੀਂ ਲੈ ਪਾਊਂਗਾ। ਇੱਕ ਦੋ ਸਵਾਲ ਸਾਡੇ ਜ਼ਰੂਰ ਹੈਗੇ ਆ ਜਿਹੜੇ ਅਸੀਂ ਆਪਾਂ ਕੰਕਲੂਡ ਕਰਾਂਗੇ। ਹਮ ਇੱਕ ਮੇਰੀ ਰਿਕੁਐਸਟ ਹੈ, ਬਸ ਇੱਕ ਰਿਕੁਐਸਟ ਹੈ, ਚਾਹੇ ਤੁਸੀਂ ਇਸ ਬੱਚੇ, ਮੈਂ ਚਾਹੂੰਗਾ ਕਿ ਇੱਕ ਵਾਰੀ ਮੇਰੇ ਇੱਕ ਦੋ ਬੱਚੇ ਆਉਣ ਤਾਂ ਇਹਨਾਂ ਦੀ ਯੂਨੀਫਾਰਮ ਤੁਸੀਂ ਜ਼ਰੂਰ ਦਿਖਾਓ। ਅਸੀਂ ਜਿਹੜੀ ਯੂਨੀਫਾਰਮ ਵੀ ਬੈਂਗਲੌਰ ਤੋਂ ਡਿਜ਼ਾਈਨ ਕਰਾਈ, ਮਨਵਿੰਦਰ ਦਾ ਮੈਨੂੰ ਨਾਮ ਯਾਦ ਹੈ, ਤੁਸੀਂ ਸਟੇਜ ਤੇ ਆ ਜਾਓ। ਚਾਹੇ ਦੋ ਬੱਚੇ, ਦਿਸ ਇਜ਼ ਇਹ ਸਾਡੇ ਸਕੂਲ ਆਫ ਐਮੀਨੈਂਸ ਬੱਚੇ ਦੀ ਜਿਹੜੀ ਹੈ ਯੂਨੀਫਾਰਮ ਹੈ, ਇਹਨਾਂ ਦੇ ਨਾਲ ਇਹਨਾਂ ਨੂੰ ਅਸੀਂ ਟਰੈਕ ਸੂਟਸ ਵੀ ਦਿੰਦੇ ਹਾਂ। ਇਹਨਾਂ ਦੇ ਨਾਲ ਟੀਚਰਸ ਵੀ ਆਏ ਹੋਣਗੇ ਮੈਨੂੰ ਲੱਗਦਾ, ਹੋਪਫੁਲੀ ਤਾਂ ਟੀਚਰਸ ਵੀ ਆ ਸਕਦੇ ਹਾਂ, ਕੋਈ ਗੱਲ ਨਹੀਂ ਜੀ, ਟੀਚਰਸ ਵੀ ਜੇਕਰ ਸਟੇਜ ਤੇ ਆ ਸਕਣ। ਦੇਖੋ, ਆਮ ਤੌਰ ਤੇ ਆਪਾਂ ਬਹੁਤ ਵਾਰੀ ਡਿਸਕਸ਼ਨ ਐਸੀ ਸਟੇਜ ਦੇ ਉੱਤੇ ਕੀਤੀ ਹੈ, ਥੋੜਾ ਡਿਫਰੈਂਟ ਵੀ ਹੈ ਜੀ। ਪਲੀਜ਼ ਤੁਸੀਂ ਆ ਜਾਓ, ਟੀਚਰਸ ਆਏ ਹੋਏ ਨੇ, ਮੈਂ ਉਹਨਾਂ ਨਾਲ ਕੋਸ਼ਿਸ਼ ਕਰਾਂਗਾ ਕਿ ਗੱਲ ਵੀ ਹੋ ਸਕੇ। ਤੁਹਾਡਾ ਗੁੱਡ ਨੇਮ? ਮਾਨਸੀ ਪਾਟ। ਮਾਨਸੀ ਔਰ ਮਨਵਿੰਦਰ? ਯੈਸ ਸਰ ਜੀ। ਵੈਲਕਮ ਸਰ, ਤੁਸੀਂ ਐਸਓਈ ਫੀਲ ਕਰਨਾ ਪਟਿਆਲਾ? ਠੀਕ ਹੈ, ਤੁਸੀਂ ਪਟਿਆਲੇ ਤੋਂ ਆਏ ਹੋਏ ਹੋ? ਮੈਮ ਆ ਜਾਓ ਪਲੀਜ਼, ਆ ਜਾਓ ਤੁਸੀਂ ਵੀ। ਠੀਕ ਹੈ, ਲੋਕ ਜਾਣਨਾ ਚਾਹੁੰਦੇ ਕਿ ਕੀ ਡਿਫਰੈਂਟ ਤੁਹਾਨੂੰ ਨਜ਼ਰ ਆ ਰਿਹਾ ਇਸ ਸਮੇਂ ਸਕੂਲ ਦੇ ਇਨਫਰਾ ਤੋਂ ਲੈ ਕੇ ਜਿਹੜੀਆਂ ਚੀਜ਼ਾਂ ਬਦਲੀਆਂ ਉਹਨਾਂ ਨੂੰ ਉਹਨਾਂ ਤੱਕ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਣਯੋਗ ਈ ਐਮ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਜੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ, ਮੈਂ ਉਸਦਾ ਇੱਕ ਅਹਿਮ ਹਿੱਸਾ ਐਜ਼ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫੀਲ ਖੰਨਾ ਪਟਿਆਲਾ। ਅਤੇ ਸਾਡੇ ਸਕੂਲ ਦੇ ਵਿੱਚ ਜਿਵੇਂ ਈ ਐਮ ਸਾਹਿਬ ਨੇ ਦੱਸਿਆ ਕਿ ਕੈਂਪਸ ਮੈਨੇਜਰ, ਸਿਕਿਉਰਟੀ ਗਾਰਡਸ, ਇੱਕ ਹੋਰ ਜਿਹੜੀ ਮੇਨ ਗੱਲ ਹੈ ਉਹ ਹੈ ਟਰਾਂਸਪੋਰਟ ਫੈਸਿਲਿਟੀ। ਸਾਡੇ ਬੱਚੇ ਵੀ ਜਿਹੜੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀ ਤਰ੍ਹਾਂ ਬੱਸ ਦੇ ਵਿੱਚ ਜਦੋਂ ਸਕੂਲ ਆਉਂਦੇ ਹੈ, ਜੋ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਹੁੰਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਉਹ ਜਿਹੜੀਆਂ ਫੈਸਿਲਿਟੀਜ਼ ਹੈ ਜਿਹੜੀਆਂ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀਆਂ ਉਹ ਸਾਰੀਆਂ ਇਹਨਾਂ ਨੇ ਦਿੱਤੀਆਂ। ਸਟੇਟ ਆਫ ਦਾ ਆਰਟ ਫਰਨੀਚਰ, ਸਟੇਟ ਆਫ ਦਾ ਆਰਟ ਲੈਬਸ,
ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸੈਮੀਨਾਰ ਜਿਹੜਾ ਹੈ ਮੇਰੇ ਸਕੂਲ ਦੇ ਵਿੱਚ ਹੋ ਰਿਹਾ ਹੈ। ਮੇਰੇ ਸਕੂਲ ਦੇ ਵਿੱਚ ਅਟਲ ਟਿੰਕਰਿੰਗ ਲੈਬ ਹੈ ਜਿੱਥੇ ਰੋਬੋਟਿਕਸ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਜਾ ਰਿਹਾ। ਸੋ ਇਹ ਸਾਰਾ ਜੋ ਹੈ ਫਿਊਚਰ ਸਕੂਲਸ ਦੀ ਆਪਾਂ ਗੱਲ ਕਰਦੇ ਹਾਂ ਅਤੇ ਮੇਰੀ ਸਰਕਾਰ ਨੇ ਪਹਿਲਾਂ ਹੀ ਇਹ ਫਿਊਚਰ ਸਕੂਲਸ ਸ਼ੁਰੂ ਕਰ ਦਿੱਤੇ ਹਨ ਅਤੇ ਸਾਡੇ ਮਾਣਯੋਗ ਵਿਜ਼ਨਰੀ ਈਐਮ ਸਾਹਿਬ ਜਿਹੜੇ ਹੈ ਇਸ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਵਧਾਈ ਦੇ ਪਾਤਰ। ਸਰ ਤੁਸੀਂ ਡਰੈਸ ਦਾ ਜ਼ਿਕਰ ਕਰ ਰਹੇ ਸੀ ਸਕੂਲ ਯੂਨੀਫਾਰਮ ਦਾ। ਜੀ ਆ ਤੁਹਾਡੇ ਸਾਹਮਣੇ ਤਾਂ ਇਸ ਯੂਨੀਫਾਰਮ ਹੈ, ਅਸੀਂ ਇਸਨੂੰ ਵੀ ਡਿਜ਼ਾਈਨ ਕਰਾਇਆ ਬੈਂਗਲੌਰ ਤੋਂ ਅਤੇ ਮੈਂ ਜਦੋਂ ਇਹ ਯੂਨੀਫਾਰਮ ਬਣ ਕੇ ਆਈ ਅਤੇ ਬੱਚਿਆਂ ਨੇ ਪਹਿਲੀ ਵਾਰੀ ਪਾ ਕੇ ਜਦੋਂ ਫੋਟੋ ਪਾਈ ਅਤੇ ਮੈਂ ਆਪਣੇ ਸੋਸ਼ਲ ਮੀਡੀਆ ਜਦੋਂ ਫੋਟੋ ਸ਼ੇਅਰ ਕੀਤੀ ਤਾਂ ਮੈਨੂੰ ਸਾਰੇ ਈਵਨ ਮੇਰੇ ਪਰਸਨਲ ਦੋਸਤ ਵੀ ਜਿਹੜੇ ਨਿੱਜੀ ਦੋਸਤ ਆ ਉਹਨੇ ਵੀ ਕਿਹਾ ਕਹਿੰਦੇ ਨਹੀਂ ਯਾਰ ਇਹ ਤਾਂ ਫੋਟੋ ਜਿਹੜੀ ਹੈ ਕਿਸੇ ਕੌਨਵੈਂਟ ਸਕੂਲ ਦੀ ਲੱਗਦੀ ਹੈ ਇਹ ਤੁਸੀਂ। ਸੋ ਛੋਟੀ ਛੋਟੀ ਚੀਜ਼ਾਂ ਜਿਵੇਂ ਯੂਨੀਫਾਰਮ ਵੀ ਕੌਨਫੀਡੈਂਸ 'ਚ ਐਡ ਕਰਦਾ। ਸੋ ਟਰਾਂਸਪੋਰਟ ਦਾ ਜ਼ਿਕਰ ਹੋਇਆ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਸਪੈਸ਼ਲ ਫੀਲ ਹੋਵੇ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਜਿਹੜਾ ਫਸਟ ਬੈਚ ਹੈ ਇਹ ਬਹੁਤ ਸ਼ਾਨਦਾਰ, ਦੇ ਆਰ ਪਰਫੋਰਮਿੰਗ ਵੈਰੀ ਯੂ ਨੋ ਐਕਸੀਲੈਂਟ। ਅਤੇ ਅਗਰ ਇਹਨਾਂ ਦੇ ਵਿੱਚੋਂ ਬੱਚੇ, ਅਤੇ ਪੰਜਾਬ ਦਾ ਭਵਿੱਖ ਹੈ ਇਹ, ਕੋਈ ਇਹਨਾਂ ਦੇ ਵਿੱਚੋਂ ਹੀ ਬੱਚੇ ਪੋਲੀਟਿਕਸ 'ਚ ਜਾਣਗੇ, ਇਹਨਾਂ ਦੇ ਵਿੱਚੋਂ ਹੀ ਜਿਹੜੇ ਬੱਚੇ ਹੈ ਉਹ ਪ੍ਰੋਫੈਸਰਸ ਬਣਨਗੇ, ਟੀਚਰਸ ਬਣਨਗੇ, ਲਾਇਰਸ ਬਣਨਗੇ, ਬਿਊਰੋਕਰੈਟਸ ਬਣਨਗੇ, ਇਹ ਸਾਡਾ ਭਵਿੱਖ ਹੈ। ਅਤੇ ਇੱਦਾਂ ਦੀ ਸਟੋਰੀਜ਼ ਹੁੰਦੀਆਂ ਨੇ, ਜਿਵੇਂ ਮੈਨੂੰ ਯਾਦ ਹੈ ਇੱਕ ਬੱਚੀ ਸਾਡੇ ਨਾਲ ਉੱਥੇ ਗਈ ਸੀ ਚੰਦਰਯਾਨ ਦੇ ਲਾਂਚ 'ਤੇ, ਇੰਨੀ ਬ੍ਰਾਈਟ ਬੱਚੀ, ਉਹਨੂੰ ਪੁੱਛਿਆ ਅਤੇ ਉਸਦੇ ਪਿਤਾ ਜੀ ਪੋਪਕੋਰਨ ਦੀ ਰੇੜੀ ਲਾਉਂਦੇ ਆ। ਹੁਣ ਇਹ ਤੁਹਾਨੂੰ ਇਹੀ ਹੈ, ਮੈਨੂੰ ਜੇ ਪੁੱਛਦਾ ਕਿ ਅਗਰ ਅੱਜ ਤੋਂ 10-15 ਸਾਲ ਬਾਅਦ ਇਹਨਾਂ 'ਚੋਂ ਕੋਈ ਬੱਚਾ ਮੈਨੂੰ ਮਿਲੇ ਅਤੇ ਕਹੇ ਕਿ ਜੀ ਅਸੀਂ ਸਕੂਲ ਆਫ ਫੈਮੀਨੈਂਸ ਦੇ ਸਟੂਡੈਂਟ ਹੈ ਅਤੇ ਅੱਜ ਅਸੀਂ ਸਾਇੰਟਿਸਟ ਬਣ ਗਏ, ਦੈਟ ਵਿਲ ਬੀ ਐਨ ਅਚੀਵਮੈਂਟ। ਅਤੇ ਵਿਸ਼ਿੰਗ ਦੈਮ ਬੈਸਟ ਆਫ ਲੱਕ ਅਤੇ ਬਹੁਤ ਸਾਡੇ ਸਾਰੇ ਬਾਕੀ ਸਾਰੇ ਬੱਚਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੂੰਗਾ ਗੌਰਵ, ਬਿਕੋਜ਼ ਆਪਾਂ ਇੱਥੇ ਗੱਲਬਾਤ ਕਰ ਰਹੇ ਹਾਂ ਤਾਂ ਕਈ ਵਾਰੀ ਲੱਗੂਗਾ ਅੱਛਾ ਜੀ ਇਹ ਸਪੈਸ਼ਲ, ਅਗਰ ਕਿਸੇ ਵੀ ਸਰਕਾਰੀ ਸਕੂਲ 'ਚ, ਪੰਜਾਬ ਦੇ ਕਿਸੇ ਵੀ ਸਰਕਾਰੀ ਸਕੂਲ 'ਚ ਕੋਈ ਵੀ ਕਮੀ ਹੈ, ਵੀ ਐਡਮਿਟਿਡ, ਠੀਕ ਹੈ, ਮੈਂ ਉਸਨੂੰ ਐਡਮਿਟ ਕਰਦਾ, ਮੈਂ ਬੇਨਤੀ ਕਰਦਾ ਆਪ ਜੀ ਦੇ ਮਾਧਿਅਮ ਰਾਹੀਂ, ਨਿਊਜ਼ 18 ਦੇ ਪੰਜਾਬ ਦੇ ਮਾਧਿਅਮ ਦੇ ਰਾਹੀਂ ਸਾਨੂੰ ਦੱਸੋ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਸਮਾਂ ਲੱਗ ਜੇ 2-4-5-6 ਮਹੀਨੇ ਲੱਗ ਜਾਣ ਪਰ ਉਹ ਮਸਲਾ ਹੱਲ ਹੋਊਗਾ। ਮੈਨੂੰ ਖੁਸ਼ੀ ਹੁੰਦੀ ਹੈ ਅਗਰ ਮੈਨੂੰ ਕੋਈ ਵੀ ਕਿਸੇ ਵੀ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਕੋਈ ਦੱਸਦਾ, ਮੈਨੂੰ ਖੁਸ਼ੀ ਹੁੰਦੀ ਹੈ। ਅਤੇ ਮੈਂ ਹਮੇਸ਼ਾ ਜਦੋਂ ਰੋਜ਼ ਸਵੇਰੇ ਆਪਣੇ ਘਰ ਬੈਠਦਾ ਤਾਂ ਮੈਂ ਉਡੀਕਦਾ ਕੋਈ ਉਹ ਪਿੰਡ ਦੀ ਪੰਚਾਇਤ ਆਵੇ, ਕੋਈ ਉਹ ਆਵੇ ਜੋ ਬਦਲੀ ਨਾ ਲੈ ਕੇ ਆਇਆ ਹੋਵੇ, ਪਿੰਡ ਦੇ ਸਕੂਲ ਦੀ ਮੰਗ ਲੈ ਕੇ ਆਇਆ ਹੋਵੇ। ਅੱਛਾ, ਇਹ ਵੀ ਦੱਸ ਦਿਓ ਲੋਕਾਂ ਨੂੰ ਕਿ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਖੁਦ ਕਿਹੜਾ ਚਲਾਉਂਦੇ ਹੋ? ਸਾਰੇ ਮੇਰੀ ਈਮੇਲ ID ਵੀ ਹੈ, ਸਾਰੇ ਖੁਦ ਚਲਾਉਂਦੇ। ਅਸੀਂ ਬਹੁਤ ਸਾਰੇ, ਜਿਵੇਂ ਮੈਂ ਤੁਹਾਨੂੰ ਦੇਖਿਆ ਕਈ ਵਾਰੀ ਕੀ ਹੁੰਦਾ, ਮੈਂ ਸਾਡੀ ਕੋਈ ਪਰਸਨਲ ਟੀਮ ਵੀ ਅਸੀਂ ਆਪਣੇ ਸਾਥੀ ਲਾਏ ਹੋਏ ਆ, ਅਗਰ ਕੋਈ ਕਿਸੇ ਸਕੂਲ ਦਾ ਕੋਈ ਵੈਸੇ ਵੀ ਕੋਈ, ਅਸੀਂ ਉਹਨੂੰ ਆਪ ਪਤਾ ਕਰਕੇ ਉੱਥੇ ਆਪ ਸਮਾਨ ਕਰਦੇ ਹਾਂ ਕਿ ਅੱਛਾ ਜੀ ਸਕੂਲ ਦੇ ਵਿੱਚ ਆਹ ਕਮੀ ਹੈ, ਸਕੂਲ ਦੇ ਵਿੱਚ ਆਹ ਕਮੀ ਹੈ। ਅਤੇ ਬਹੁਤ, ਜਿਵੇਂ ਪਿੱਛੇ ਜੇ ਮੈਂ ਇੱਕ ਪੋਸਟ ਦੇਖੀ ਕਿਤੇ ਕੋਈ ਵਾਟਰ ਕੂਲਰ ਟੁੱਟਿਆ ਹੋਇਆ ਸੀ, ਅਸੀਂ ਕਿਹਾ ਨਹੀਂ ਇਸ ਦੇ ਨਿੱਜੀ ਪੈਸੇ ਦੇਵਾਂਗੇ, ਤਾਂ ਅਸੀਂ ਇੱਦਾਂ ਜਿਹੜੇ ਪਰ ਅਸੀਂ ਸਕੂਲਾਂ ਨੂੰ ਠੀਕ ਕਰਨਾ ਚਾਹੁੰਦੇ। ਅਤੇ ਬਹੁਤ ਸਾਰੇ ਸਮਾਜ ਸੇਵੀ ਲੋਕ ਵੀ ਨੇ ਜੋ ਥਰੂ CSR ਸਕੂਲ ਨੂੰ ਠੀਕ ਕਰਨਾ ਚਾਹੁੰਦੇ ਨੇ, ਤਾਂ ਸਾਡੇ ਕੋਲ ਇੱਦਾਂ ਦੇ ਬਹੁਤ ਸਾਰੇ ਵੀ ਹੁੰਦੇ, ਸ਼ਖਸ ਹੁੰਦੇ ਜੋ ਸਕੂਲਸ ਨੂੰ ਅਡੋਪਟ ਕਰਨਾ ਚਾਹੁੰਦੇ ਆ, ਤਾਂ ਤੁਸੀਂ ਸਾਨੂੰ ਦੱਸੋ, ਇਹ ਇੱਕ ਸਾਂਝਾ ਮਿਸ਼ਨ ਹੈ। ਅਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਇੱਦਾਂ ਇਹ ਵੀ ਦੱਸਣਾ ਚਾਹੂੰਗਾ ਅਤੇ ਬੇਨਤੀ ਕਰਨਾ ਚਾਹੂੰਗਾ ਪੰਜਾਬ ਨੂੰ ਕਿ ਖਾਸ ਕਰਕੇ ਪਿੰਡਾਂ ਦੀ ਪੰਚਾਇਤਾਂ ਨੂੰ, ਪਿੰਡ ਵਾਲਿਆਂ ਨੂੰ, ਕਿ ਸਰਕਾਰੀ ਸਕੂਲ ਨੂੰ ਅਪਣਾਓ। ਦੁੱਖ ਉਦੋਂ ਹੁੰਦਾ ਜਦੋਂ ਸਰਕਾਰੀ ਸਕੂਲ ਨੂੰ ਆਪਾਂ ਡੰਪਿੰਗ ਗਰਾਊਂਡ ਸਮਝ ਲਿਆ ਕਿ ਅੱਛਾ ਜੀ ਪਿੰਡ ਦੇ ਵਿੱਚ ਕੋਈ ਵੀ ਹੈ ਇੱਥੇ ਕਰ ਲਓ, ਪਿੰਡ ਦਾ ਕੂੜਾ ਕਿੱਥੇ ਸਿੱਟਣਾ ਇੱਥੇ ਕਰ ਲਓ, ਪਿੰਡ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸਰਕਾਰੀ ਸਕੂਲ 'ਚ ਕਰ ਲਓ, ਉਦੋਂ ਦੁੱਖ ਹੁੰਦਾ। ਮੈਂ ਖਰੜ ਦੇ ਇੱਕ ਸਕੂਲ ਦੇ ਲਈ ਹਜੇ ਤੱਕ ਵੀ ਲੜਾਈ ਲੜ ਰਿਹਾ,
ਪਾਣੀ ਉਹ ਤਾਂ ਤੁਸੀਂ ਇੱਕ ਦਿਨ ਖਬਰ ਚਲਾਈ ਹੋਊਗੀ, ਪਰ ਮੈਂ ਪਿਛਲੇ 1.5 ਸਾਲ ਤੋਂ ਲੜਾਈ ਲੜ ਰਿਹਾ ਸਾਰੇ ਮੁਹੱਲੇ ਦੇ ਨਾਲ। ਉਸ ਮੁਹੱਲੇ ਦੇ ਵਿੱਚ ਜਦੋਂ ਪਾਣੀ ਆਉਂਦਾ ਦੀਵਾਰ ਤੋੜ ਦਿੰਦੇ ਆ ਸਕੂਲ ਦੀ, ਤੇ ਸਾਰਾ ਪਾਣੀ ਸਕੂਲ 'ਚ। ਹਾਂ, ਤਾਂ ਮੈਂ ਇਸ ਕਰਕੇ ਜਿਹੜਾ ਯਾਨੀ ਸਮਾਜ ਹੈ ਜੀ, ਉੱਥੇ ਉਹ ਕਹਿਣਗੇ ਨਹੀਂ ਜੀ ਇਹ ਤਾਂ ਸਾਡੇ ਬੱਚੇ ਨਹੀਂ ਪੜ੍ਹਦੇ, ਫਲਾਨਿਆਂ ਦੇ ਬੱਚੇ ਹੈ, ਉਹ ਵਿੱਦਿਆ ਦਾ ਮੰਦਿਰ ਹੈ। ਜੇ ਅਸੀਂ ਆਪਣੇ ਗੁਰੂ ਘਰਾਂ ਦੇ ਆਪਣੇ ਮੰਦਰਾਂ ਦੀ ਇੱਜ਼ਤ ਕਰ ਸਕਦੇ ਤੇ ਵਿੱਦਿਆ ਦੇ ਮੰਦਿਰ ਹੈ ਜੀ, ਇਸ ਦੀ ਰਿਸਪੈਕਟ ਵੀ ਕਰਨੀ ਚਾਹੀਦੀ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸ਼ੁਕਰੀਆ ਸਰ ਬਹੁਤ। ਤੁਹਾਡੇ ਵਿੱਚੋਂ ਸਿੰਗਾਪੁਰ ਕੌਣ ਗਿਆ? ਤੁਸੀਂ ਗਏ? ਤੁਸੀਂ ਇਹ ਸਾਡੇ ਸਿੰਗਾਪੁਰ ਰਿਟਰਨ। ਚਲੋ ਮੈਂ ਉਹਨਾਂ ਤੋਂ ਵੀ ਇੱਕ ਸਵਾਲ ਜ਼ਰੂਰ ਲੈ ਲੈਣਾ। ਮੈਂ ਥੋੜਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਸਿੰਗਾਪੁਰ ਜਾਣਾ ਵਾਪਸ ਆਣਾ, ਬੇਸਿਕਲੀ ਉੱਥੇ ਕੀ ਅਲੱਗ ਸਿੱਖ ਕੇ ਆਏ ਹੋ ਜਿਹੜਾ ਤੁਸੀਂ ਬੱਚਿਆਂ ਤੱਕ ਪਹੁੰਚਾ? ਅ ਵੈਰੀ ਗੁੱਡ ਈਵਨਿੰਗ ਟੂ ਆਲ ਦ ਲੇਡੀਜ਼ ਐਂਡ ਜੈਂਟਲਮੈਨ, ਐਂਡ ਆਈ ਵਾਜ਼ ਲੱਕੀ ਇਨਫ ਕਿ ਮੈਨੂੰ ਫਸਟ ਬੈਚ ਵਿੱਚ ਚਾਂਸ ਮਿਲਿਆ ਫੋਰ ਦ ਐਕਸਪੋਜਰ ਵਿਜ਼ਿਟ ਟੂ ਸਿੰਗਾਪੁਰ। ਸੋ ਬੇਸਿਕਲੀ ਸਰ ਜੋ ਸਾਡਾ ਇਹ ਸੀਗਾ, ਇਟ ਵਾਜ਼ ਅਬਾਊਟ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ, ਬਟ ਵਟ was most impressive was that we got a chance to see the working of the schools of Singapore, a deep insight into their education system, how they are working. No doubt we cannot copy each and everything of Singapore because a lot of difference of culture, then again population, but it was like jivein sir ne kiya ki sir Canada gaye, sir di ichha si ki school dekhiye. I think we were 36 delegates and saadi vi ichha si ki sanu schools route dikhaya jave. We had a talk with their principals, their teachers, and it was a great opportunity. And ode vich kuch cheeza I think many of us have started implementing in our own schools. Main just ek example dungi, I won't long prolong it so much, ki library sessions, kyunki main khud I am a lover of books. ਸੋ ਉੱਥੇ ਲਾਇਬ੍ਰੇਰੀਜ਼ ਦੇਖ ਕੇ ਆਈ ਵਟ ਆਈ ਫੈਲਟ ਵਾਜ਼ ਕਿ ਉਹਨਾਂ ਦੇ ਲਾਇਬ੍ਰੇਰੀ ਦਾ ਵੀ ਇੱਕ ਸਕੈਡਿਊਲ ਹੁੰਦਾ ਹੈ, ਐਂਡ ਦੇ ਹੈਵ ਟੂ ਲਾਈਕ ਮੋਸਟ ਆਫ ਦ ਪ੍ਰਾਈਵੇਟ ਸਕੂਲਸ ਮਸਟ ਬੀ ਹੈਵਿੰਗ ਆਲ ਦੀਸ ਥਿੰਗਸ, ਬਟ ਇਹ ਗਵਰਨਮੈਂਟ ਸਕੂਲਸ ਵਿੱਚ ਨਹੀਂ ਹੁੰਦਾ। ਸੋ ਉਹਨਾਂ ਮੈਂ ਉੱਥੋਂ ਸਿੱਖਿਆ ਕਿ ਈਵਨ ਦ ਲਾਇਬ੍ਰੇਰੀ ਸਕੈਡਿਊਲ ਸ਼ੁੱਡ ਬੀ ਦੇਅਰ। ਤੋ ਮੈਂ ਆਪ ਟਾਈਮ ਟੇਬਲ ਵਿੱਚ ਆਈ ਹੈਵ ਇੰਪਲੀਮੈਂਟਡ ਦ ਸੇਮ। ਹੁਣ ਮੇਰੇ ਲੈਂਗੁਏਜ ਟੀਚਰਸ ਇਟ ਇਜ਼ ਵੈਰੀ ਕੰਪਲਸਰੀ ਫੋਰ ਦੈਮ ਟੂ ਟੇਕ ਦੈਮ all the students at least twice a month to the library, aur wahan pe wo unka proper reading session hota hai, theek hai. So this is one thing that I incorporated from Singapore, their schools into my government schools. I know ki private schools mein hota hai, but I would like to say, just add on one thing, ki ek Malala Yousafzai thi, just I will end with this, ki wo kehte hai na ki one book, one teacher and one pen, and it can change the world, and I think one visionary leader, he can bring about a revolution in the education, because I think I'm very lucky enough, I am now presently working as a principal in School of Eminence, Ramsara district, Fazilka, and I have got a chance that I will try to turn his vision into a reality. Thank you very much. Hun main bas ek minute chat karunga. Ji please. Hun mera thode naal daawa hai, ਤੁਸੀਂ ਫਾਜ਼ਿਲਕਾ ਦੇ ਕੋਈ ਵੀ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਬੁਲਾ ਲਿਓ ਤੇ ਸਾਡੇ ਪ੍ਰਿੰਸੀਪਲ ਨਾਲ ਕੰਪੀਟੀਸ਼ਨ ਕਰਾ ਲਿਓ। ਆਪਾਂ ਫਾਜ਼ਿਲਕਾ ਹੀ ਚੱਲ ਰਹੇ ਹਾਂ। ਮੈਂ ਤੁਹਾਨੂੰ ਇਹ ਕਹਿੰਦਾ, ਅੱਛਾ ਮੈਂ ਦੇਖ ਰਿਹਾ, ਮੈਂ ਅੱਜ ਰਿਕੁਐਸਟ ਕੀਤੀ ਸੀ ਤਾਂ ਮੇਰੇ ਯਾਨੀ ਮੈਂ ਇਸਨੂੰ ਉਹ ਨਾ ਲੱਗੇ, ਪਰ ਮੈਂ ਸਾਰੇ ਸਕੂਲਾਂ ਨੂੰ ਆਪਣਾ ਸਕੂਲ ਆਪਣੇ ਬੱਚੇ ਕਹਿੰਦਾ, ਤਾਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਸਿਕਿਉਰਿਟੀ ਗਾਰਡ ਹੈ ਤਾਂ 2 ਸਿਕਿਉਰਿਟੀ ਗਾਰਡ, ਉਹ ਵੀ ਮੈਂ ਚਾਹੂੰਗਾ ਤੁਸੀਂ ਬੁਲਾਓ ਉਹਨਾਂ ਨੂੰ, ਤੇ ਉਹਨਾਂ ਦੇ ਵੀ ਤੁਸੀਂ ਦਿਖਾ ਸਕੋ ਕਿ ਇਹ ਸਿਕਿਉਰਿਟੀ ਗਾਰਡਸ ਨੇ, ਉਹਦਾ ਫਰਕ ਕੀ ਹੋਇਆ। ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਮੈਂ ਛੁੱਟੀ ਵੇਲੇ ਜਾਂਦੇ ਸੀ ਅਸੀਂ, ਬਹੁਤ ਸਾਰੇ ਪ੍ਰਿੰਸੀਪਲਸ ਬਹੁਤ ਪਰੇਸ਼ਾਨ ਹੁੰਦੇ ਸੀ, ਸਕੂਲ ਟਾਈਮਿੰਗ ਦੀ ਛੁੱਟੀ ਕਿੱਦਾਂ ਦਾ ਟਾਈਮ ਹੁੰਦਾ ਜਿਹਦੇ 'ਚ ਹੁੱਲੜਬਾਜ਼ੀ ਹੁੰਦੀ, ਈਵਨ ਪ੍ਰਾਈਵੇਟ ਸਕੂਲ 'ਚ ਵੀ ਕੋਈ ਲੜਾ ਪਿਆ। ਹੁਣ ਸਾਡੇ ਪ੍ਰਾਈਵੇਟ ਸਕੂਲ ਜ਼ਿਆਦਾ ਸੋਰੀ ਸਾਡੇ ਸਰਕਾਰੀ ਸਕੂਲ ਜ਼ਿਆਦਾ ਸੇਫੈਸਟ,
ਉਹ ਹੁਣ ਪ੍ਰਿੰਸੀਪਲ ਇੰਨੇ ਸਕੂਨ ਵਾਲਾ ਮਹਿਸੂਸ ਕਰਦੇ ਨੇ, ਹੁਣ ਉਹਨਾਂ ਨੂੰ ਛੁੱਟੀ ਵੇਲੇ ਉੱਥੇ ਨਹੀਂ ਗੇਟ 'ਤੇ ਨਹੀਂ ਖੜਾ ਹੋਣਾ ਪੈਂਦਾ, ਹੁਣ ਉਹ ਸਾਡੇ ਸਿਕਿਉਰਿਟੀ ਗਾਰਡਸ ਨੇ, ਉਹ ਬੱਚਿਆਂ ਨੂੰ ਸੜਕ ਵੀ ਕ੍ਰੋਸ ਕਰਾਉਂਦੇ ਨੇ, ਉਹ ਜੇ ਕੋਈ ਵੀ ਮਾੜਾ ਆਂਸਰ ਦੱਸੇ ਨਾਲ ਹੀ ਉਸ ਵਕਤ ਪੁਲਿਸ ਨੂੰ ਇਨਫੋਰਮ ਕਰਦੇ ਨੇ। ਗਰਲਸ ਸਕੂਲ ਦੇ ਲਈ ਕੀਤਾ ਜਾਂ ਸਭ ਦੇ ਲਈ? 500 ਤੋਂ ਵੱਧ ਬੱਚੇ। ਅੱਛਾ, ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ 'ਚ ਸਾਰਿਆਂ 'ਚ। ਹੌਲੀ ਹੌਲੀ ਅਸੀਂ ਇਹ ਸਕੂਲ ਵਧਾਵਾਂਗੇ, ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਇਹ ਵੀ ਅਸੀਂ ਚਾਹੁੰਦੇ ਹਾਂ, ਮੈਂ ਆਪ ਹੁਣ ਵੀ ਕਈ ਸੁਣ ਪਿੰਡਾਂ ਵਾਲੇ ਦੀ ਇੱਕੋ ਹੀ ਮੰਗ ਹੁੰਦੀ ਹੈ ਹਰ ਪਿੰਡ ਦੀ ਕਿ ਸਾਡਾ ਸਕੂਲ ਜੀ ਅਪਗ੍ਰੇਡ ਕਰ ਦਿਓ। ਅਪਗ੍ਰੇਡ ਸਲਿਊਸ਼ਨ ਨਹੀਂ ਹੈ, ਤੁਹਾਨੂੰ ਦੇਖੋ ਟਰਾਂਸਪੋਰਟ ਸਲਿਊਸ਼ਨ ਹੈ। ਅਸੀਂ ਹਰ ਪਿੰਡ ਦਾ ਸਕੂਲ ਸ਼ਾਨਦਾਰ ਨਹੀਂ ਬਣਾ ਪਾਵਾਂਗੇ, ਪਰ ਹਾਂ ਉਸ ਇਲਾਕੇ ਦੇ ਵਿੱਚ 5-7-8 ਕਿਲੋਮੀਟਰ ਦੇ ਵਿੱਚ ਇੱਕ ਸਕੂਲ ਫੜੀਏ, ਇੰਨਾ ਸ਼ਾਨਦਾਰ ਬਣਾਈਏ, ਉੱਥੇ ਸਿਕਿਉਰਿਟੀ ਗਾਰਡ ਵੀ ਹੋਣ, ਸਭ ਕੁਝ ਹੋਵੇ। ਅਗਲੇ 2 ਸਾਲਾਂ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਜੀ, ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਸਕੂਲ ਇੱਦਾਂ ਦਾ ਹੋਊਗਾ ਜਿੱਥੇ ਹਾਕੀ ਦੀ ਐਸਟ੍ਰੋਟਫ ਵੀ ਹੋਊਗੀ, ਇੱਕ ਸਰਕਾਰੀ ਸਕੂਲ ਇੱਦਾਂ ਦਾ ਹੋਊਗਾ ਜਿੱਥੇ ਸਵਿਮਿੰਗ ਪੂਲ ਹੋਊਗਾ ਅਤੇ ਸ਼ੂਟਿੰਗ ਰੇਂਜ ਹੋਊਗੀ। ਯਾਨੀ ਪੰਜਾਬ ਦੇ 23 ਜ਼ਿਲ੍ਹੇ ਆ, ਤਾਂ 23 ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਸਕੂਲ ਇੱਦਾਂ ਦਾ ਜ਼ਰੂਰ ਹੋਊਗਾ। ਤਾਂ ਇਹ ਇਨਫਰਾਸਟ੍ਰਕਚਰ ਤੁਸੀਂ ਹਰ ਪਿੰਡ 'ਚ ਨਹੀਂ ਦੇ ਸਕਦੇ, ਤੁਸੀਂ ਹਰ ਪਿੰਡ 'ਚ ਸ਼ੂਟਿੰਗ, ਤਾਂ ਇਸ ਕਰਕੇ ਆਹ ਕਹਿਣਾ ਕਿ ਜੀ ਸਾਡਾ ਸਕੂਲ ਅਪਗ੍ਰੇਡ ਕਰ ਦਿਓ, ਇਹਦੇ ਬਦਲਤ ਇਹ ਹੈ ਕਿ ਜੀ ਜਿਹੜਾ ਵੀ ਉਸ ਏਰੀਏ ਦਾ ਵਧੀਆ ਸਕੂਲ ਹੈ, ਜਿੱਥੇ ਬੱਚੇ ਜ਼ਿਆਦਾ ਹੋਣਗੇ ਬੱਚਿਆਂ ਦਾ ਵੀ ਕੌਨਫੀਡੈਂਸ ਵੱਧਦਾ, ਜਿੱਥੇ ਬੱਚੇ ਜ਼ਿਆਦਾ ਉਹ ਆਪਸ 'ਚ ਇੱਕ ਦੂਜੇ ਨੂੰ ਮਿਲਣਗੇ, ਉਹਨਾਂ ਦੀ ਸੋਚ ਵੱਡੀ ਹੁੰਦੀ ਹੈ, ਉਹਨਾਂ ਦੀ ਦੋਸਤੀ ਹੁੰਦੀ ਹੈ, ਤਾਂ ਤੁਸੀਂ ਕਹਿੰਦੇ ਹੋ ਨਾ ਜੇ ਤਰੱਕੀ ਕਰਨੀ ਹੈ ਤਾਂ ਪਿੰਡ ਤਾਂ ਛੱਡਣਾ ਪੈਣਾ। ਠੀਕ ਹੈ, ਅਸੀਂ ਵਾਈਂਡ ਅਪ ਵਾਲੇ ਪਾਸੇ ਵਗਦੇ ਹਾਂ, ਗਗਨ ਦਾ ਕੋਈ ਸਵਾਲ? ਮੈਂ ਸਭ ਜਿਸ ਤਰੀਕੇ ਤੁਸੀਂ ਚੇਂਜ ਦੇ ਵੱਲ ਵਧ ਰਹੇ ਹੋ, ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਹੁੰਦਾ ਰਿਹਾ ਕਿ NRAs ਨੂੰ ਵੀ ਕਾਲ ਹੁੰਦੀ ਸੀ ਕਿ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤਾਂ ਸਕੂਲ ਲਈ ਡੋਨੇਟ ਕਰੋ, ਹਾਂਜੀ ਕੰਟਰੀਬਿਊਟ ਕਰੋ। MNCs ਵੀ ਮੋਸਟ ਪ੍ਰੋਬਲੀ ਅਜਿਹੀਆਂ ਹੋਣਗੀਆਂ ਜਿਹੜੀ ਕੰਟਰੀਬਿਊਟ ਕਰਨਾ ਚਾਹੁੰਦੀਆਂ ਨੇ, ਜਿਹੜੀ ਆਉਂਦੀਆਂ ਨੇ ਨਾਲ ਸਰਕਾਰ ਦੇ, ਕਿਸ ਤਰੀਕੇ ਦਾ ਰਿਸਪੋਂਸ ਉਹਨਾਂ ਦਾ ਫਿਲਹਾਲ ਮਿਲ ਰਿਹਾ? ਹੁਣ ਵੀ ਬਹੁਤ ਵਧੀਆ ਜੀ, ਦੇਖੋ NRA ਭਰਾ ਸਾਡੇ ਉਹ ਤਾਂ ਹਮੇਸ਼ਾ ਪੰਜਾਬ ਨਾਲ ਮੁਹੱਬਤ ਕਰਦੇ ਨੇ, ਤੇ ਉਹਨਾਂ ਨੂੰ ਇਹ ਹੁੰਦਾ ਕਿ ਬਸ ਸਾਡੇ ਪਿੰਡ ਦਾ ਸਕੂਲ ਵਧੀਆ ਹੋ ਜਾਵੇ, ਤੇ ਉਹ ਹਮੇਸ਼ਾ ਬਹੁਤ ਸਾਰੇ NRA ਮੈਨੂੰ ਵੀ ਆ ਕੇ ਮਿਲਦੇ ਨੇ, ਤੇ ਉਹ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਠੀਕ ਕਰਨ ਲਈ ਉਹਨੇ ਯੋਗਦਾਨ ਪਾਇਆ ਵੀ ਹੈ। ਪਿਛਲੇ ਸਮੇਂ 'ਚ ਜਿੰਨੇ ਕੁ ਵੀ ਜ਼ਿਆਦਾ ਸਕੂਲ ਠੀਕ ਹੋਏ ਹੈ, ਬਹੁਤਾ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ, ਜਾਂ ਸਾਡੇ ਟੀਚਰਸ ਨੂੰ ਜਾਂਦਾ, ਜਾਂ ਉਹ NRIਆਂ ਨੇ ਪੈਸੇ ਲਾਏ, ਜਾਂ ਸਾਡੇ ਟੀਚਰਸ ਨੇ ਆਪਣੇ ਰਿਸ਼ਤੇਦਾਰਾਂ ਆਪਣੀ ਤਨਖਾਹਾਂ 'ਚੋਂ ਲਾਏ ਆ, ਬਹੁਤੇ ਪੈਸੇ, ਪਰ ਉਹਨਾਂ ਦਾ ਬਹੁਤ ਧੰਨਵਾਦ। ਹੁਣ ਵੀ ਬਹੁਤ ਸਾਰੇ NRIs ਆਉਂਦੇ, ਇੱਦਾਂ ਦੇ ਆਉਂਦੇ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਿਹਤ ਅਤੇ ਸਿੱਖਿਆ ਫੰਡ ਦੀ ਵੀ ਸ਼ੁਰੂਆਤ ਕੀਤੀ ਹੈ, ਉਹਦੇ ਵਿੱਚ ਵੀ NRIs ਵੱਡੀ ਭੂਮਿਕਾ ਨਿਭਾ ਰਹੇ ਨੇ, ਅਤੇ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਹੈ ਸਵਾਗਤ ਹੈ ਇਸ। ਚਲੋ, ਸਾਡੇ ਕੋਲ ਅੱਜ ਸਮਾਂ ਇੰਨਾ ਹੀ ਸੀ, ਇਨਫੈਕਟ ਆਪਾਂ ਥੋੜ੍ਹਾ ਜਿਹਾ ਹੋਰ ਵੱਧ ਸਮਾਂ ਲੈ ਲਿਆ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ, ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਾਂਗੇ, ਹਮੇਸ਼ਾ ਬਹੁਤ ਸਾਰੇ ਸਵਾਲ ਹੁੰਦੇ ਨੇ, ਖਾਸ ਤੌਰ 'ਤੇ ਜਦੋਂ ਆਪਾਂ ਐਜੂਕੇਸ਼ਨ ਦਾ ਜ਼ਿਕਰ ਕਰਦੇ ਹਾਂ। ਅਸੀਂ ਵਾਪਸ ਰੁੱਖ ਕਰਦੇ ਹਾਂ ਸਰਬਜੋਤ। ਥੈਂਕ ਯੂ ਸੋ ਮਚ ਸਰ ਫਾਰ ਯੋਰ ਵੈਲਿਊਏਬਲ ਇਨਸਾਈਟ, ਪਲੀਜ਼ ਸਟੇ ਔਨ ਦਾ ਸਟੇਜ। ਨੈਕਸਟ ਵੀ ਹੈਵ ਐਨ ਅਵਾਰਡ ਸੈਰੇਮਨੀ, ਨਿਊਜ਼ 18 ਵੁੱਡ ਲਾਈਕ ਟੂ ਆਨਰ ਐਂਡ ਰਿਵਾਰਡ ਦ ਇੰਸਟੀਟਿਊਸ਼ਨਸ ਦੈਟ ਆਰ ਰੀਡਿਸਕਵਰਿੰਗ, redefining and preparing students for life. Let's start our award ceremony. First we have takriban 45 sala to Amritsar se uske aas paas ke ilakon mein international standards ke mutabik high quality education pradan karte hue yuva peedhi ko bhavishya sawar rahe hain Holy Heart School Amritsar. Can we have the AVP please? ਤਕਰੀਬਨ 45 ਸਾਲਾਂ ਤੋਂ ਅੰਮ੍ਰਿਤਸਰ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਇੰਟਰਨੈਸ਼ਨਲ ਸਟੈਂਡਰਡਸ ਦੇ ਮੁਤਾਬਿਕ ਹਾਈ ਕੁਆਲਿਟੀ ਐਜੂਕੇਸ਼ਨ ਪ੍ਰਦਾਨ ਕਰਦਿਆਂ ਨੌਜਵਾਨ ਪੀੜ੍ਹੀ ਦਾ ਭਵਿੱਖ ਸੰਵਾਰ ਰਹੇ ਨੇ ਹੋਲੀ ਹਾਰਟ ਸਕੂਲ। ਗਰੁੱਪ ਦੀ ਮੁੱਖ ਬ੍ਰਾਂਚ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਸਾਲ 2000 ਵਿੱਚ ਸਥਾਪਿਤ ਕੀਤੀ ਗਈ। 15 ਏਕੜ ਏਰੀਆ ਵਿੱਚ 2 ਲੱਖ ਸਕੁਆਇਰ ਫੀਟ ਤੋਂ ਵਧੇਰੇ ਵਿਸ਼ਾਲ ਕੈਂਪਸ ਦੇ ਵਿੱਚ ਬਣੇ ਇਸ ਸਕੂਲ ਨੂੰ ਦੇਸ਼ ਦੇ ਸਭ ਤੋਂ ਬਿਹਤਰ ICSE ਸਕੂਲਾਂ ਵਿੱਚੋਂ ਇੱਕ ਚੁਣਿਆ ਗਿਆ ਹੈ।
ਇੱਥੇ ਦਾ ਇਨਡੋਰ ਸਪੋਰਟਸ ਕੰਪਲੈਕਸ ਵੀ ਉੱਤਰ ਭਾਰਤ ਦੇ ਵਿੱਚ ਆਪਣੇ ਤਰੀਕੇ ਦਾ ਵੱਖਰਾ ਹੀ ਹੈ, ਜਿਸ ਵਿੱਚ ਸ਼ੂਟਿੰਗ ਰੇਂਜ, ਯੋਗਾ ਰੂਮ, ਪੂਲ ਐਂਡ ਸਨੂਕਰ ਏਰੀਨਾ, ਜਿਮਨੇਜ਼ੀਅਮ, ਜਿਮਨਾਸਟਿਕ ਏਰੀਨਾ, ਟੇਬਲ ਟੈਨਿਸ ਏਰੀਨਾ, ਡਾਂਸ ਰੂਮ ਅਤੇ ਮਿਊਜ਼ਿਕ ਰੂਮ ਸ਼ਾਮਿਲ ਨੇ। ਹੋਲੀ ਹਾਰਟ ਸਕੂਲ ਅੰਮ੍ਰਿਤਸਰ ਦੇ ਵਿੱਚ 1000 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਹਾਈਟੈਕ ਅਤੇ ਦੁਨੀਆ ਦੇ ਬੈਸਟ ਸਾਊਂਡ ਐਂਡ ਲਾਈਟ ਸਿਸਟਮ ਦੇ ਨਾਲ ਸੁਸੱਜਿਤ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ ਹੈ। ਟ੍ਰੂ ਫਿਊਚਰਿਸਟਿਕ ਸਕੂਲ ਬਣਨ ਦੀ ਰਾਹ ਤੇ ਅੱਗੇ ਵਧ ਰਹੇ ਹੋਲੀ ਹਾਰਟ ਸਕੂਲ ਅੰਮ੍ਰਿਤਸਰ ਨੂੰ ਐਕਸੀਲੈਂਸ ਇਨ ਅਕੈਡਮਿਕਸ ਕੈਟੇਗਰੀ ਵਿੱਚ ਨਿਊਜ਼ 18 ਸਨਮਾਨਿਤ ਕਰਦਾ ਹੈ। I would like to invite Sunita Soni, Head Coordinator, Holy Heart School, Amritsar. Futuristic banne ki raah par aage badh rahe Holy Heart School, Amritsar ko excellence in academics category mein News 18 sammanit karta hai. होशियारपुर और उसके आसपास के बच्चों को ग्लोबल एजुकेशन प्रदान करने और समाज को नई बुलंदियों की तरफ ले जाने के विजन और मिशन के साथ साल 2006 में कैम्ब्रिज इंटरनेशनल स्कूल दसूहा की नींव पड़ी है। आई वुड लाइक टू इनवाइट मिस्टर राघव वासल। कैन वी हैव द एडी प्लीज। दसूहा होशियारपुर और उसके आले दुआले के बच्चों को ग्लोबल एजुकेशन प्रदान कर ਅਤੇ ਸਮਾਜ ਨੂੰ ਨਵੀਆਂ ਬੁਲੰਦੀਆਂ ਵੱਲ ਲਿਜਾਣ ਦੇ ਵਿਜ਼ਨ ਅਤੇ ਮਿਸ਼ਨ ਦੇ ਨਾਲ ਸਾਲ 2006 ਦੇ ਵਿੱਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਨੀਂਹ ਰੱਖੀ ਗਈ ਸੀ। ਵਾਸਲ ਐਜੂਕੇਸ਼ਨ ਫਲੈਗਸ਼ਿਪ ਦੇ ਤਹਿਤ CIS ਦਸੂਹਾ ਵਿੱਚ ਇਨੋਵੇਟਿਵ ਅਤੇ ਰੀਅਲ ਵਰਲਡ ਲਰਨਿੰਗ ਐਕਸਪੀਰੀਅੰਸਿਸ ਦੇ ਰਾਹੀਂ ਵਰਲਡ ਲੀਡਰਸ ਤਿਆਰ ਕੀਤੇ ਜਾ ਰਹੇ ਨੇ। CIS ਦਸੂਹਾ ਵਿੱਚ ਵੈਲ ਡਿਫਾਈਨਡ ਡਿਜੀਟਲ ਲਰਨਿੰਗ ਟੈਕਨੀਕਸ ਅਤੇ ਪ੍ਰੋਬਲਮ ਸੋਲਵਿੰਗ ਐਕਟੀਵਿਟੀਜ਼ ਦੇ ਨਾਲ ਸਟੂਡੈਂਟ ਸਿੱਖਣ ਦੀ ਪ੍ਰਕਿਰਿਆ ਵਿੱਚ ਸਰਗਰਮ ਤੌਰ ਤੇ ਸ਼ਾਮਿਲ ਹੁੰਦੇ ਨੇ। ਇੱਥੇ ਸਟੂਡੈਂਟਸ ਨੂੰ ਨਾ ਸਿਰਫ ਕੰਪੀਟੀਟਿਵ ਗਲੋਬਲ ਐਨਵਾਇਰਮੈਂਟ ਦੇ ਲਈ ਸਗੋਂ ਇੱਕ ਬਿਹਤਰ ਦੁਨੀਆ ਬਣਾਉਣ ਦੇ ਵਿੱਚ ਹਿੱਸੇਦਾਰੀ ਦੇ ਲਈ ਵੀ ਤਿਆਰ ਕੀਤਾ ਜਾਂਦਾ ਹੈ। CIS ਦਸੂਹਾ ਦੇ ਸਾਬਕਾ ਵਿਦਿਆਰਥੀ ਇੰਸਟੀਟਿਊਸ਼ਨ ਦੇ ਵਿਰਸੇ ਨੂੰ ਪੂਰੀ ਦੁਨੀਆ ਦੇ ਹਰ ਕੋਨੇ ਵਿੱਚ ਅੱਗੇ ਵਧਾ ਰਹੇ ਨੇ। ਸਿੱਖਿਆ ਦੀ ਦੁਨੀਆ ਵਿੱਚ ਮਿਸਾਲ ਕਾਇਮ ਕਰਨ ਵਾਲੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਹੁਸ਼ਿਆਰਪੁਰ ਨੂੰ ਲੈਗੇਸੀ ਇਨ ਸਕੂਲ ਕੈਟੇਗਰੀ ਦੇ ਵਿੱਚ ਨਿਊਜ਼ 18 ਸਨਮਾਨਿਤ ਕਰਦਾ ਹੈ। I would like to invite Mr. Raghav Vasal, CEO, Cambridge International School, Dasuha. Shiksha jagat mein misal qayam karne wale Cambridge International School, Dasuha, Hoshiarpur ko Legacy in School category mein News 18 sammanit karta hai. नॉर्दर्न इंडिया के एजुकेशन सेक्टर को नई पहचान दिला रही है वासल एजुकेशन ग्रुप जलंधर। प्री स्कूल्स और K-12 स्कूल्स के शानदार नेटवर्क के साथ शिक्षा जगत में एक पावर हाउस की भूमिका निभाने वाले वासल एजुकेशन ग्रुप जलंधर। कैन वी हैव द एवीपी। नॉर्दर्न इंडिया के एजुकेशन सेक्टर नू नवी पहचान दिवा रहा है वासल एजुकेशन ग्रुप जलंधर। ਪ੍ਰੀ ਸਕੂਲਸ ਅਤੇ K-12 ਸਕੂਲਸ ਦੇ ਸ਼ਾਨਦਾਰ ਨੈਟਵਰਕ ਦੇ ਨਾਲ
ਸਿੱਖਿਆ ਜਗਤ ਦੇ ਵਿੱਚ ਇੱਕ ਪਾਵਰ ਹਾਊਸ ਦੀ ਭੂਮਿਕਾ ਨਿਭਾਉਣ ਵਾਲਾ ਵਾਸਲ ਐਜੂਕੇਸ਼ਨ ਗਰੁੱਪ ਕੌਮਾਂਤਰੀ ਪੱਧਰ ਦੀ ਸਿੱਖਿਆ ਦੇ ਰਾਹੀਂ ਹਜ਼ਾਰਾਂ ਸਟੂਡੈਂਟਸ ਦੇ ਲਈ ਲਰਨਿੰਗ ਐਂਡ ਟ੍ਰਾਂਸਫਾਰਮੇਸ਼ਨ ਦਾ ਰਾਹ ਪੱਧਰਾ ਕਰ ਰਿਹਾ ਹੈ। ਸਟੇਟ ਆਫ ਦਾ ਆਰਟ ਫੈਸਿਲਿਟੀਜ਼ ਦੇ ਵਿਚਾਲੇ ਪੜ੍ਹਾਈ ਵਿੱਚ ਗੋਲਡ ਸਟੈਂਡਰਡ ਸਥਾਪਿਤ ਕਰਨ ਵਾਲਾ ਵਾਸਲ ਐਜੂਕੇਸ਼ਨ ਗਰੁੱਪ ਬੱਚਿਆਂ ਵਿੱਚ ਸਵੈ ਵਿਸ਼ਵਾਸ ਅਤੇ ਲਚੀਲੇਪਣ ਨੂੰ ਵਧਾਵਾ ਦੇਣ ਦੇ ਮਿਸ਼ਨ ਤੇ ਹੈ। ਲੈਸਨਸ ਤੋਂ ਲੈਗੇਸੀ ਨੂੰ ਰਫ਼ਤਾਰ ਦੇਣ ਦੇ ਨਾਲ ਐਕਸਪੀਰੀਅੰਸ ਅਤੇ ਟ੍ਰੇਨਡ ਐਜੂਕੇਸ਼ਨ ਪ੍ਰੋਫੈਸ਼ਨਲਸ ਦੀ ਗਾਈਡੈਂਸ ਵਿੱਚ ਗਲੋਬਲ ਲੀਡਰਸ ਤਿਆਰ ਕਰਨ ਵਾਲੇ ਵਾਸਲ ਐਜੂਕੇਸ਼ਨ ਗਰੁੱਪ ਜਲੰਧਰ ਨੂੰ ਨਿਊਜ਼ 18 ਆਊਟਸਟੈਂਡਿੰਗ ਸਪੋਰਟ ਫਾਰ ਸਟੂਡੈਂਟਸ ਦੀ ਕੈਟੇਗਰੀ ਵਿੱਚ ਸਨਮਾਨਿਤ ਕਰਦਾ ਹੈ। I would like to call upon stage Mr. Sanjeev Kumar Vasal, Chairman Vasal Education Group Jalandhar. Lessons se legacy ko raftaar dene ke saath experienced and trained education professionals ki guidance mein global leaders tayar karne wali Vasal Education Group Jalandhar ko News 18 Outstanding Support for Students ki category mein sammanit karta hai. Congratulations sir. ऐसे ग्लोबल लीडर्स जो अंतर्राष्ट्रीय मंच पर उड़ान भरें, लेकिन उनकी जड़ें भारतीय संस्कृति और परंपराओं से जुड़ी रहें, इस विजन और मिशन के साथ शिक्षित और सशक्त युवा पीढ़ी तैयार कर रहा है कैम्ब्रिज इंटरनेशनल स्कूल नवाशहर। कैन वी हैव द एवी प्लीज। एहो जे ग्लोबल लीडर्स जो इंटरनेशनल स्टेज से उड़ान भरन, लेकिन उन्हां दियां जड़ां भारतीय संस्कृति ते परंपरावां नाल जुड़िया रहन, इस विजन ते मिशन दे नाल ਐਜੂਕੇਟਿਡ ਤੇ ਸਸ਼ਕਤ ਨੌਜਵਾਨ ਪੀੜ੍ਹੀ ਤਿਆਰ ਕਰ ਰਿਹਾ ਹੈ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ। ਸਾਲ 2013 ਚ ਮੈਨੀ ਐਜੂਕੇਸ਼ਨਲ ਗਰੁੱਪ ਦੇ ਤਹਿਤ ਚੇਅਰਮੈਨ ਮਿਸਟਰ ਸੁਖਦੇਵ ਮੈਨੀ ਜੀ ਦੀ ਲੀਡਰਸ਼ਿਪ ਸਥਾਪਿਤ CIS ਨੇ ਕੁਆਲਿਟੀ ਐਜੂਕੇਸ਼ਨ ਦੇ ਹਾਈ ਸਟੈਂਡਰਡਸ ਬਰਕਰਾਰ ਰੱਖੇ ਨੇ। 13 ਏਕੜ ਦੇ ਗ੍ਰੀਨ ਐਂਡ ਕਲੀਨ ਕੈਂਪਸ ਚ ਫੈਲਿਆ CIS ਸੋਲਰ ਪਾਵਰਡ ਸਕੂਲ ਹੈ, ਜਿੱਥੇ ਕਿ ਸਟੇਟ ਆਫ ਦਾ ਆਰਟ ਇਨਫਰਾਸਟ੍ਰਕਚਰ, ਵੱਡੇ ਤੇ AC ਕਲਾਸਰੂਮਸ, ਹਾਈਟੈਕ ਲਾਇਬ੍ਰੇਰੀ, ਮਾਡਰਨ ਟੈਕਨੋਲੋਜੀ ਨਾਲ ਲੈਸ ਲੈਬਸ ਨੇ। 2022-23 ਦੇ ਸੈਸ਼ਨ ਚ CIS ਨਵਾਂਸ਼ਹਿਰ ਦੇ 5 ਸਟੂਡੈਂਟਸ ਨੇ NEET ਚ ਕਾਮਯਾਬੀ ਹਾਸਲ ਕਰਕੇ ਪਰਚਮ ਲਹਿਰਾਇਆ। ਗਲੋਬਲ ਐਂਡ ਇਨੋਵੇਟਿਵ ਐਜੂਕੇਸ਼ਨ ਦੇ ਨਾਲ ਹੀ ਸਪੋਰਟਸ ਤੇ ਕਲਚਰ ਐਕਟੀਵਿਟੀਜ਼ ਵੀ ਸਟੂਡੈਂਟਸ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਦੇਣ ਵਾਲਾ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਨੂੰ ਐਜੂਕੇਸ਼ਨ ਆਈਕਨਸ ਫਾਰ ਦਾ ਵਰਲਡ ਕਲਾਸ ਸਟੂਡੈਂਟਸ ਕੈਟੇਗਰੀ ਚ ਨਿਊਜ਼ 18 ਸਨਮਾਨਿਤ ਕਰਦਾ ਹੈ। ਆਈ ਵੁਡ ਲਾਈਕ ਟੂ ਕਾਲ ਅਪਨ ਸਟੇਜ ਸੋਨੀਆ ਵਾਲੀਆ, ਫਾਊਂਡਰ ਪ੍ਰਿੰਸੀਪਲ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ। ਗਲੋਬਲ ਔਰ ਇਨੋਵੇਟਿਵ ਐਜੂਕੇਸ਼ਨ ਕੇ ਸਾਥ ਹੀ ਸਪੋਰਟਸ ਔਰ ਕਲਚਰਲ ਐਕਟੀਵਿਟੀਜ਼ ਮੇ ਸਟੂਡੈਂਟਸ ਕੋ ਇੰਟਰਨੈਸ਼ਨਲ ਐਕਸਪੋਜ਼ਰ ਦੇਣ ਵਾਲੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਕੋ ਐਜੂਕੇਸ਼ਨ ਆਈਕਨਸ ਫਾਰ ਵਰਲਡ ਕਲਾਸ ਸਟੂਡੈਂਟਸ ਕੈਟੇਗਰੀ ਮੇ ਨਿਊਜ਼ 18 ਸਨਮਾਨਿਤ ਕਰਦਾ ਹੈ। Congratulations ma'am. Saal 2021 mein shiksha jagat mein kadam rakhne wala The Wisdom School of Academics and Sports Tarantaran Punjab mein pehla international school hai jo apne students ko 4C yani ki creative thinking, creative critical thinking, communication and collaboration ke zariye 21st century ki learning skills ko apnane mein madad kar raha hai Wisdom School of Tarantaran. Can we have the AVP? Saal 2021 ch sikhya de jagat ch kadam rakhan wala The Wisdom School of Academics and Sports Tarantaran Punjab ch pehla international school hai jo apne students nu 4C yani ki critical thinking, creative thinking,
ਕਮਿਊਨੀਕੇਸ਼ਨ ਐਂਡ ਕੋਲੈਬੋਰੇਸ਼ਨ ਦੇ ਜ਼ਰੀਏ 21st ਸੈਂਚੁਰੀ ਦੀ ਲਰਨਿੰਗ ਸਕਿੱਲਸ ਨੂੰ ਅਪਣਾਉਣ 'ਚ ਮਦਦ ਕਰਦਾ ਹੈ। ਦ ਵਿਜ਼ਡਮ ਸਕੂਲ 3 ਐਜੂਕੇਸ਼ਨਲ ਪ੍ਰੋਗਰਾਮਸ ਦੇ ਜ਼ਰੀਏ CBSE ਦੇ ਨਾਲ ਨਾਲ IB ਕਰਿਕੁਲਮ ਦਾ ਵੀ ਪਾਲਣ ਕਰਦਾ ਹੈ। ਦ ਵਿਜ਼ਡਮ ਸਕੂਲ ਪੂਰੀ ਤਰੀਕੇ ਦੇ ਨਾਲ ਖੇਡ ਸੁਵਿਧਾਵਾਂ, ਚਿਕਿਤਸਾ ਸੁਵਿਧਾਵਾਂ ਨਾਲ ਲੈਸ ਹੈ ਤੇ ਅੱਧੇ ਏਕੜ 'ਚ ਫੈਲਿਆ ਇੱਕ ਹਰਾ ਭਰਿਆ ਕੈਂਪਸ ਹੈ, ਜਿਸ ਦਾ ਆਰਕੀਟੈਕਚਰ ਬੇਹੱਦ ਹੀ ਸ਼ਾਨਦਾਰ ਹੈ। ਕਰੀਬ 32 ਤਰ੍ਹਾਂ ਦੀ ਸਪੋਰਟਸ ਐਕਟੀਵਿਟੀਜ਼ ਦੇ ਨਾਲ ਦ ਵਿਜ਼ਡਮ ਸਕੂਲ ਖੇਡ ਦਾ ਵੀ ਖਾਸ ਧਿਆਨ ਰੱਖਦਾ ਹੈ। ਫਾਰਮਰ ਇੰਡੀਅਨ ਟਰੈਕ ਐਂਡ ਫੀਲਡ ਅਥਲੀਟ ਡਾਕਟਰ PT ਊਸ਼ਾ ਸਪੋਰਟਸ ਕਰਿਕੁਲਮ ਡਿਜ਼ਾਈਨ ਕਰਦੇ ਨੇ ਤੇ ਇਸ ਦੇ ਨਾਲ ਹੀ ਸਕੂਲ 'ਚ ਸਪੋਰਟਸ ਟ੍ਰੇਨਰਸ ਨੂੰ ਵੀ ਕੋਚਿੰਗ ਤੇ ਸਿਖਲਾਈ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਵਰਲਡ ਕਲਾਸ ਐਜੂਕੇਸ਼ਨ ਦੇ ਨਾਲ ਨਵੀਂ ਪੀੜ੍ਹੀ ਨੂੰ ਤਰਾਸ਼ ਰਹੇ ਦ ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਤਰਨ ਤਾਰਨ ਨੂੰ ਇਨੋਵੇਸ਼ਨ ਇਨ ਐਜੂਕੇਸ਼ਨ ਕੈਟੇਗਰੀ 'ਚ News18 ਸਨਮਾਨਿਤ ਕਰਦਾ ਹੈ। Like to call upon stage Amrit Khera, director, and Shweta Sehgal, administrator, the Wisdom School of Academics and Sports, Tarantara. World class education ke saath nayi peedhi ko tarash rahe the Wisdom School of Academics and Support Sports Tarantara ko innovation in education category mein News 18 sammanit karta hai. IVY World Play School Ludhiana ek sirf school hi nahi balki ek aisi duniya hai jahan students ke liye seekhna aur khelne ke sath sath chalte hain. Yahan ke sakaratmak mahol mein har bachcha badhta hai, exposure karta hai aur learning activities ke zariye kuch naya aur behtar seekhta hai. Can we have the AV please? IVY World Play School Ludhiana sirf ek school nahi ਸਗੋਂ ਇੱਕ ਅਜਿਹੀ ਦੁਨੀਆ ਹੈ ਜਿੱਥੇ ਸਟੂਡੈਂਟਸ ਦੇ ਲਈ ਸਿੱਖਣਾ ਤੇ ਖੇਡਣਾ ਨਾਲ ਨਾਲ ਤੁਰਦੇ ਨੇ। ਇੱਥੇ ਦੇ ਹਾਂ ਪੱਖੀ ਮਾਹੌਲ ਦੇ ਵਿੱਚ ਹਰ ਬੱਚਾ ਵੱਧਦਾ ਹੈ, ਐਕਸਪਲੋਰ ਕਰਦਾ ਹੈ ਅਤੇ ਲਰਨਿੰਗ ਐਕਟੀਵਿਟੀਜ਼ ਦੇ ਰਾਹੀਂ ਕੁਝ ਨਵਾਂ ਤੇ ਬਿਹਤਰ ਸਿੱਖਦਾ ਰਹਿੰਦਾ ਹੈ। ਮਸ਼ਹੂਰ ਵਾਸਲ ਐਜੂਕੇਸ਼ਨ ਦੀ ਫਲੈਗਸ਼ਿਪ ਵਿੱਚ IVY ਵਰਲਡ ਪਲੇ ਸਕੂਲ ਪੰਜਾਬ ਦਾ ਅਜਿਹਾ ਪਹਿਲਾ ਤੇ ਇਕੱਲਾ ਪ੍ਰੀ ਸਕੂਲ ਹੈ ਜਿੱਥੇ ਬੱਚਿਆਂ ਦੀ ਲਰਨਿੰਗ ਐਬਿਲਿਟੀਜ਼ ਨੂੰ ਵਧਾਉਣ ਦੇ ਲਈ ਗੇਮਿੰਗ ਦੇ ਜ਼ਰੀਏ ਇੰਟਰਨੈਸ਼ਨਲ ਲਰਨਿੰਗ ਮੋਡਿਊਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਡਿਜੀਟਲ ਲਰਨਿੰਗ ਟੂਲਸ ਦੇ ਨਾਲ ਸੁਸੱਜਿਤ AC ਕਲਾਸਰੂਮਸ, ਐਡਵਾਂਸਡ ਇਨਡੋਰ ਅਤੇ ਆਊਟਡੋਰ ਪਲੇ ਏਰੀਆਜ਼, ਸਟੇਟ ਆਫ ਦਾ ਆਰਟ ਮਿਊਜ਼ਿਕ ਰੂਮ, BTS ਦੇ ਨਾਲ ਲੈਸ ਟ੍ਰਾਂਸਪੋਰਟ ਜਿਹੀ ਬਿਹਤਰ ਸਹੂਲਤਾਂ ਦੇ ਨਾਲ ਕੁਆਲਿਟੀ ਐਜੂਕੇਸ਼ਨ ਦੀ ਲੈਗੇਸੀ ਨੂੰ ਅੱਗੇ ਵਧਾਉਣ ਵਾਲੇ IVY ਵਰਲਡ ਸਕੂਲ ਜਲੰਧਰ ਨੂੰ ਨਿਊਜ਼ 18 ਐਕਸੀਲੈਂਸ ਇਨ ਇਨਫਰਾਸਟ੍ਰਕਚਰ ਆਫ ਦਾ ਈਅਰ ਕੈਟੇਗਰੀ ਵਿੱਚ ਸਨਮਾਨਿਤ ਕਰਦਾ ਹੈ। I would like to invite Ina Vasal, Vice President, IVY World Playway School, Ludhiana. Digital learning tools se susajjit AC classrooms, advanced indoor and outdoor play areas, state-of-the-art music room, BTS yukt transport jaisi behtar suvidhaon ke saath quality education ki legacy ko aage badhane wale IVY World School Jalandhar ko News 18 Excellence in Infrastructure of the Year category mein sammanit karta hai. Congratulations ma'am. ek lambe arse se moga mein samay samagra shiksha ko badhava dene ke liye leader bana hua hai CBSE affiliated blooming bud school moga. Can we have the AV please? ek lambe arse to moga ch myari shiksha nu vadhava dein ch leader banya hoya hai CBSE affiliated blooming bud school.
ਸਾਲ 2006 ਚ ਇਸ ਅਦਾਰੇ ਦੀ ਬਾਗਡੋਰ ਸਾਂਭਣ ਵਾਲੇ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਆਪਣੇ ਮਾਰਗਦਰਸ਼ਨ ਦੇ ਨਾਲ ਬਲੂਮਿੰਗ ਬਡ ਸਕੂਲ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਕੁਆਲਿਟੀ ਐਜੂਕੇਸ਼ਨ, ਸਪੋਰਟਸ, ਐਕਸਟਰਾ ਕਰੀਕੁਲਰ ਐਕਟੀਵਿਟੀਜ਼। ਵਿਲ ਸਮਿਥ ਜਿਨਕਾ ਬਹੁਤ ਫੇਮਸ ਇੱਕ ਕਾਂਡ ਹੋਇਆ ਤਾਂ ਉਹਨਾਂ ਨੇ ਬਹੁਤ ਪਿਆਰੀ ਬਾਤ। ਬਲੂਮਿੰਗ ਬਡ ਸਕੂਲ ਹਰ ਵਿਦਿਆਰਥੀ ਦੇ ਲਈ ਓਵਰਆਲ ਡਿਵੈਲਪਮੈਂਟ ਤੇ ਫੋਕਸ ਕਰਦਾ ਹੈ। ਇੱਥੇ ਦੇ ਸਟੂਡੈਂਟਸ ਵੱਖ ਵੱਖ ਖੇਡ ਪ੍ਰਤੀਯੋਗਤਾ ਚ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਨਾਮ ਰੋਸ਼ਨ ਕਰ ਰਹੇ ਨੇ। ਹਰ ਸਾਲ ਬਲੂਮਿੰਗ ਬਡ ਸਕੂਲ ਗੇਮਸ ਦੇ ਖੇਤਰ ਚ ਦੇਸ਼ ਦੇ ਮਹਾਨ ਖਿਡਾਰੀ ਸਟੂਡੈਂਟਸ ਦਾ ਹੌਸਲਾ ਵਧਾਉਣ ਦੇ ਲਈ ਆਉਂਦੇ ਨੇ, ਜਿਸ ਦੇ ਤਹਿਤ ਇਸ ਵਾਰ ਜਾਣੇ ਮਾਨੇ ਕ੍ਰਿਕਟ ਆਲਰਾਊਂਡਰ ਇਰਫਾਨ ਪਠਾਨ ਸ਼ਾਮਿਲ ਹੋਏ ਸੀ। ਵੈਲ ਐਜੂਕੇਟਿਡ ਤੇ ਸਟਰੋਂਗ ਗਲੋਬਲ ਲੀਡਰਸ ਦੇਣ ਵਾਲੇ ਬਲੂਮਿੰਗ ਬਡ ਸਕੂਲ ਮੋਗਾ ਨੂੰ ਨਿਊਜ਼ 18 ਐਕਸਲੈਂਸ ਇਨ ਓਵਰਆਲ ਚਾਈਲਡ ਡਿਵੈਲਪਮੈਂਟ ਕੈਟੇਗਰੀ ਸਨਮਾਨਿਤ ਕਰਦਾ ਹੈ। ਨਾਓ ਆਈ ਵੁੱਡ ਲਾਈਕ ਟੂ ਇਨਵਾਈਟ ਸੰਜੀਵ ਕੁਮਾਰ ਸੈਣੀ, ਚੇਅਰਮੈਨ ਬਲੂਮਿੰਗ ਬਡ ਸਕੂਲ ਮੋਗਾ। ਵੈਲ ਐਜੂਕੇਟਿਡ ਔਰ ਸਟਰੋਂਗ ਗਲੋਬਲ ਲੀਡਰਸ ਦੇਣ ਵਾਲੇ ਬਲੂਮਿੰਗ ਬਡ ਸਕੂਲ ਮੋਗਾ ਕੋ ਨਿਊਜ਼ 18 ਐਕਸਲੈਂਸ ਇਨ ਓਵਰਆਲ ਚਾਈਲਡ ਡਿਵੈਲਪਮੈਂਟ ਕੈਟੇਗਰੀ ਮੇ ਸਨਮਾਨਿਤ ਕਰਦਾ ਹੈ। ਕੰਗ੍ਰੈਚੁਲੇਸ਼ਨ ਸਰ। ਗੁਣਵੱਤਾਪੂਰਨ ਸਿੱਖਿਆ ਕੇ ਜ਼ਰੀਏ ਸਮਾਜ ਕੋ ਸਸ਼ਕਤ ਬਣਾਨੇ ਕਾ ਜੋ ਸਪਨਾ ਸਰਦਾਰ ਤਾਰਾ ਸਿੰਘ ਸੰਧੂ ਜੀ ਔਰ ਸਰਦਾਰਨੀ ਕੁਲਵੰਤ ਕੌਰ ਜੀ ਨੇ ਦੇਖਾ ਥਾ, ਉਸੇ ਉਨਕੇ ਹੋਣਹਾਰ ਬੇਟੋ ਸਰਦਾਰ ਬਲਜਿੰਦਰ ਸਿੰਘ ਸੰਧੂ ਔਰ ਸਰਦਾਰ ਗੁਰਪਿੰਦਰ ਸਿੰਘ ਸੰਧੂ ਨੇ ਸਾਲ 2006 ਮੇ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਕੇ ਜ਼ਰੀਏ ਪੂਰਾ ਕੀਆ। ਕੈਨ ਵੀ ਹੈਵ ਦ ਏਵੀ ਪਲੀਜ਼। ਮਿਆਰੀ ਸਿੱਖਿਆ ਦੇ ਜ਼ਰੀਏ ਸਮਾਜ ਨੂੰ ਮਜ਼ਬੂਤ ਬਣਾਉਣ ਦਾ ਜੋ ਸੁਪਨਾ ਸਰਦਾਰ ਤਾਰਾ ਸਿੰਘ ਸੰਧੂ ਜੀ ਅਤੇ ਸਰਦਾਰਨੀ ਕੁਲਵੰਤ ਕੌਰ ਜੀ ਨੇ ਵੇਖਿਆ ਸੀਗਾ, ਉਸ ਨੂੰ ਉਹਨਾਂ ਦੇ ਹੋਣਹਾਰ ਬੇਟਿਆਂ ਸਰਦਾਰ ਬਲਜਿੰਦਰ ਸਿੰਘ ਸੰਧੂ ਤੇ ਸਰਦਾਰ ਗੁਰਪਿੰਦਰ ਸਿੰਘ ਸੰਧੂ ਨੇ ਸਾਲ 2006 ਚ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਦੇ ਜ਼ਰੀਏ ਸੱਚ ਕਰ ਵਿਖਾਇਆ। ਮਹਿਜ 300 ਸਟੂਡੈਂਟਸ ਦੇ ਨਾਲ ਸ਼ੁਰੂ ਹੋਇਆ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਅੱਜ 3000 ਤੋਂ ਵੀ ਜ਼ਿਆਦਾ ਸਟੂਡੈਂਟਸ ਤੇ ਐਜੂਕੇਸ਼ਨ ਪ੍ਰੋਫੈਸ਼ਨਲ ਦੀ ਵੱਡੀ ਫੈਮਿਲੀ ਬਣ ਚੁੱਕਿਆ ਹੈ। ਇਨੋਵੇਟਿਵ ਵਿਜ਼ਨ ਤੇ ਮਿਸ਼ਨ ਦੇ ਨਾਲ ਸਿੱਖਿਆ ਜਗਤ 'ਚ ਤੇਜ਼ੀ ਨਾਲ ਅੱਗੇ ਵਧਦੇ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਦੀ ਅੱਜ ਦੂਸਰੀ ਬ੍ਰਾਂਚ ਵੀ ਹੈ। ਇਮਤਿਹਾਨ ਦੇ ਨਤੀਜਿਆਂ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਦੇ ਸਟੂਡੈਂਟਸ ਆਪਣਾ ਪਰਚਮ ਲਹਿਰਾ ਰਹੇ ਨੇ। ਕਾਮਯਾਬ ਲੀਡਰਸ਼ਿਪ, ਜਜ਼ਬੇ ਤੇ ਹੌਸਲੇ ਦੇ ਨਾਲ ਕੁਆਲਿਟੀ ਐਜੂਕੇਸ਼ਨ ਦਾ ਹੱਬ ਬਣ ਚੁੱਕੇ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਨੂੰ ਐਕਸੀਲੈਂਸ ਇਨ ਐਜੂਕੇਸ਼ਨ ਐਂਡ ਸਪੋਰਟਸ ਕੈਟੇਗਰੀ ਚ ਨਿਊਜ਼ 18 ਸਨਮਾਨਿਤ ਕਰਦਾ ਹੈ। Now I would like to invite Baljinder Sandhu, Director, and Harman Sandhu, Academic Director, International Public School, Ludhiana. Kamyab leadership, jazbe aur hausle ke sath quality education ka hub ban chuke International Public School, Ludhiana ko excellence in education and sports category mein News 18 sammanit karta hai. Congratulations, sir. Thank you, sir.
ट्राई सिटी में क्वालिटी एजुकेशन का एक ऐसा हब जो क्षेत्र का नंबर वन CBSE स्कूल होने के साथ इंटरनेशनल स्टैंडर्ड्स के मुताबिक शिक्षा प्रदान कर रहा है वो है ब्रुक्सफील्ड इंटरनेशनल स्कूल चंडीगढ़। कैन वी हैव द एवी प्लीज। एजुकेशन का एक एहोजा हब जो खेतर दे नंबर वन CBSE स्कूल होने के नाल इंटरनेशनल स्टैंडर्ड्स के मुताबिक शिक्षा प्रदान कर रहा है वो है ब्रुकफील्ड इंटरनेशनल स्कूल। 7 acres तो ज्यादा कैंपस च बने ब्रुकफील्ड इंटरनेशनल स्कूल च आधुनिक एजुकेशनल इंफ्रास्ट्रक्चर के नाल स्टूडेंट्स दे ओवरऑल डेवलपमेंट ले लई जरूरी सुविधावां उपलब्ध ने। स्मार्ट क्लासेस ते एडवांस लैब्स के नाल स्टूडेंट्स नू कॉन्सेप्ट क्लियर करन च मदद मिलती है। स्टूडेंट्स की सुरक्षा का ध्यान रखते हुए पूरे कैंपस के क्लासरूम च CCTV कैमराज लगाए गए ने। नाल ही स्कूल ट्रांसपोर्ट फैसिलिटी GPS युक्त है। ग्लोबल एजुकेशन स्टैंडर्ड से खरा उतर के विद्यार्थियों नू उना दे लई करियर च हर पहलू च लीडर बनाने वाले ब्रुकफील्ड इंटरनेशनल स्कूल चंडीगढ़ नू न्यूज 18 पंजाब बेस्ट इंफ्रास्ट्रक्चर ऑफ द ईयर दी कैटेगरी सम्मानित करता है। नाउ आई वुड लाइक टू इनवाइट मानव सिंह प्रेसिडेंट ब्रुकफील्ड इंटरनेशनल स्कूल। न्यूज 18 बेस्ट इंफ्रास्ट्रक्चर ऑफ द ईयर की कैटेगरी में इस स्कूल को सम्मानित करता है ब्रुकफील्ड इंटरनेशनल स्कूल चंडीगढ़। Honor our partners जिनके बगैर ये समिट संभव नहीं था। I would like to call upon stage नानक सिंह वालिया MD Future First Immigration Private Limited our overseas education partner. Overseas education partner Future First Immigration Private Limited Mr. नानक सिंह Managing Director First Immigration जलंधर। Immigration की दुनिया में सबसे भरोसेमंद नाम, लोगों ने इन पे अपना भरोसा जताया है। कमल वडेरा CEO एंड फाउंडर TCY ऑनलाइन आर ऑनलाइन एजुकेशन पार्टनर। मूविंग फॉरवर्ड वी हैव डॉक्टर बलविंदर सिंह वालिया चेयरमैन एंड इकबाल सिंह वालिया जनरल सेक्रेटरी गुरु नानक ग्रुप ऑफ कॉलेजेस आर स्पेशल पार्टनर। Minister Mr. Harjot Singh Bell.
जाने से पहले एक बार फिर मैं न्यूज 18 पंजाब हरियाणा एजुकेशन कॉन्क्लेव स्कूल्स ऑफ एक्सीलेंस सीजन 4 पावर्ड बाय रिलायंस इंडस्ट्रीज लिमिटेड ओवरसीज एजुकेशन पार्टनर फ्यूचर फर्स्ट इमिग्रेशन डिजिटल लर्निंग पार्टनर TCY ऑनलाइन हायर एजुकेशन पार्टनर चंडीगढ़ यूनिवर्सिटी एसोसिएट पार्टनर ESS ग्लोबल एंड गुरु नानक ग्रुप ऑफ कॉलेजेस के मंच पर सम्मानित किए गए पंजाब के उन दिग्गजों को सलाम करती हूं जो क्वालिटी एजुकेशन के साथ ग्लोबल लीडर्स को तैयार कर रहे हैं थैंक यू एवरीवन मुझे जो इजाजत आप न्यूज 18 पंजाब हरियाणा के साथ जुड़े रहें